A very good morning to all of you. Please connect to the session. We are live now. ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਪਲੀਜ਼ ਕਨੈਕਟ ਟੂ ਦ ਸੈਸ਼ਨ ਬੱਚੇ ਹਾਂਜੀ ਵਰੁਣ ਕੀ ਹਾਲ ਚਾਲ ਹੈ ਵਰੁਣ ਦੁਆਰਾ ਸਟਾਰਟ ਕਰਨ ਜਾ ਰਹੇ ਆਂ ਆਗਾਜ਼ ਕਰਨ ਜਾ ਰਹੇ ਆਂ ਉਸੇ ਪੀਐਸਟੈਟ ਦਾ ਜਿਹਦੀਆਂ ਅਸੀਂ 500 ਪਲੱਸ ਸਿਲੈਕਸ਼ਨਸ ਲੈ ਕੇ ਆਏ ਆਂ ਨਵੀਂ ਸ਼ੁਰੂਆਤ ਕਰਾਂਗੇ ਨਵੇਂ ਸਿਰੋ ਸ਼ੁਰੂਆਤ ਕਰਾਂਗੇ ਪੂਰੀ ਰੀਜ ਨਾਲ ਪੜਨਾ ਆਪਾਂ ਮੇਰੀ ਇੱਕ ਛੋਟੀ ਜੀ ਰਿਕੁਐਸਟ ਹੈ ਤੁਹਾਡੇ ਤੋਂ ਬਸ ਸੈਸ਼ਨ ਨਹੀਂ ਸਕਿਪ ਕਰਨਾ ਠੀਕ ਹੈ ਬੜੇ ਆਰਾਮ ਨਾਲ ਪੜਾਂਗੇ ਕਈ ਸੋਚਦੇ ਟਟ ਕਦੋਂ ਆਊਗਾ ਮੈਂ ਕਹਿੰਦਾ ਕਦੋਂ ਮਰਜੀ ਆਵੇ ਸਾਡੀ ਤਿਆਰੀ ਇੰਨੀ ਹੋ ਜੂਗੀ ਉਦੋਂ ਤੱਕ ਕਿ ਅਸੀਂ ਤਾਂ ਇਹ ਸੋਚਾਂਗੇ ਕਿ ਪੇਪਰ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਲਿਆ ਜਾਵੇ ਕਿਉਂਕਿ ਸਾਡੇ ਤੋਂ ਕਿਉਰਿਓਸਿਟੀ ਬਰਦਾਸ਼ਤ ਨਹੀਂ ਹੋਣੀ ਠੀਕ ਹੈ ਹਾਂ ਸ਼ਾਮ ਜੀ ਨੇ ਪਹਿਲਾਂ ਹੀ ਸਵਾਲ ਪੁੱਛ ਲਿਆ ਮੈਂ ਤਾਂ ਬੱਚੇ ਤੁਹਾਨੂੰ ਪਹਿਲਾਂ ਹੀ ਕਹਦਾ ਮੈਂ ਕਹਿੰਦਾ ਜਦੋਂ ਵੀ ਹੋਵੇ ਦੇਖੋ ਮਿਨੀਮਮ ਕ੍ਰਾਈਟੇਰੀਆ ਹੁੰਦਾ 3 ਮਹੀਨਿਆਂ ਬਾਅਦ ਨੋਟੀਫਿਕੇਸ਼ਨ ਆ ਸਕਦੀ ਹੈ ਮੈਕਸਿਮਮ ਹੈ 6 ਮਹੀਨਿਆਂ ਬਾਅਦ ਆ ਸਕਦੀ ਹੈ ਇਤੋਂ ਜ਼ਿਆਦਾ ਲੇਟ ਨਹੀਂ ਹੁੰਦੀ ਠੀਕ ਹੈ ਦੋਵੇਂ ਸਮੇਂ ਸਾਡੇ ਲਈ ਫੇਵਰੇਬਲ ਨਹੀਂ ਜੇ ਜੱਜ ਕੇ ਤਿਆਰੀ ਕਰਨੀ ਹੋਵੇ ਨਾ ਗਾਹ ਪਾਉਣਾ ਹੋਵੇ ਤਾਂ ਸਾਨੂੰ 4-5 ਮਹੀਨਿਆਂ ਦੀ ਤਿਆਰੀ ਚਾਹੀਦੀ ਹੈ ਮੈਂ ਕਹਿੰਦਾ ਜਦੋਂ ਨੂੰ ਨੋਟੀਫਿਕੇਸ਼ਨ ਆਊਗੀ ਉਦੋਂ ਤੱਕ ਅਸੀਂ ਵੈਲ ਵਰਸਟ ਹੋ ਜਾਾਂਗੇ ਸਾਡੇ ਲਈ ਸਿਰਫ ਇੱਕ ਹੀ ਚੀਜ਼ ਰਹਿ ਜੂਗੀ ਉਹ ਹੈ ਸਵਾਲ ਉਹ ਕੀ ਹੈ ਸਵਾਲ ਆਵਾਜ਼ ਦੀ ਪ੍ਰੋਬਲਮ ਹੋਰ ਕਿਹਨੂੰ ਆ ਰਹੀ ਹੈ ਦੱਸੋ ਮੈਨੂੰ ਵਰुण ਆਵਾਜ਼ ਆ ਰਹੀ ਬੱਚੇ ਆਵਾਜ਼ ਚੈੱਕ ਕਰ यूट्यूब से ओपन करके आ रही है चलो वैरी गुड शाम जी तुम आप ईयरफोन चेक करो ठीक है ओके वैरी गुड बच्चे करिए आगाज फिर शुरुआत करिए ਓ ਥੈਂਕ ਯੂ ਥੈਂਕ ਯੂ ਸਹੀ ਹੋਣ ਮੈਂ ਕਹਿੰਦਾ ਰੱਬ ਦਾ ਨਾਮ ਲੈ ਕੇ ਕਰੀਏ ਸ਼ੁਰੂਆਤ ਵੈਰੀ ਗੁੱਡ ਸ਼ੀਤਲ ਕੀ ਬਾਤ ਹੈ 103 ਦੇਖੋ ਆਪਣੇ ਚ ਇੱਕ ਬੱਚਾ ਹੈ ਜਿਹੜਾ ਮੇਰੇ ਕੋਲੇ ਪੜ ਕੇ ਗਿਆ ਅੱਗੇ ਸ਼ੀ ਗਾਟ 103 ਮਾਰਕਸ ਬਹੁਤ ਵਧੀਆ ਬੈਂਚਮਾਰਕ ਅਚੀਵ ਕੀਤਾ ਹੈ ਕੰਗ੍ਰੈਚੁਲੇਸ਼ਨਸ ਬੱਚੇ i hope for your better future very good thank you so much thank you a mutual ਜਿਹੜੀ ਹੁੰਦੀ ਹੈ ਉਹ efforts ਹੁੰਦੇ ਨੇ ਮੈਂ ਤੁਹਾਨੂੰ ਗਾਈਡਲਾਈਨਸ ਦੇ ਸਕਦਾ ਹਾਂ ਡਾਇਰੈਕਸ਼ਨਸ ਦੇ ਸਕਦਾ ਹਾਂ ਠੀਕ ਹੈ ਗਾਂ ਥੋਡੇ ਜਿਹੜੇ ਹੈ ਅਨਲਿमिटेड efforts ਹੁੰਦੇ ਨੇ ਜਿਹੜੇ ਤੁਸੀਂ ਪੁੱਟ ਅਪ ਕਰਦੇ ਹੋ ਸਬਜੈਕਟ ਲਈ ਠੀਕ ਹੈ ਕੰਗ੍ਰੈਚੁਲੇਸ਼ਨਸ ਬਾਕੀ ਸਾਰੇ ਵੀ ਕੰਗ੍ਰੈਚੁਲੇਟ ਕਰੋ ਠੀਕ ਹੈ ਚਲੋ ਆਗਾਜ਼ ਕਰੀਏ ਕਰੀਏ ਸ਼ੁਰੂਆਤ CDP ਦਾ ਵੈਰੀ ਫਸਟ ਵੈਰੀ ਫਸਟ ਟਾਪਿਕ ਤੋਂ ਸਟਾਰਟ ਕਰਨ ਲੱਗੇ ਆਪਾਂ ਉਹ ਟਾਪਿਕ ਕੀ ਹੈ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨ ਵਿਦ ਲਰਨਿੰਗ ਠੀਕ ਹੈ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨ ਵਿਦ ਲਰਨਿੰਗ ਬਿਲਕੁਲ ਬੇਸਿਕ ਤੋਂ ਸਟਾਰਟ ਕਰਾਂਗੇ ਬੜੇ ਹੀ ਆਰਾਮ ਨਾਲ ਪੜਨਾ ਆਪਾਂ ਸਿਰਫ ਸੁਣਨਾ ਹੈ ਮੈਂ ਇੰਨੀ ਤੁਹਾਨੂੰ ਗਾਰੰਟੀ ਕਰਦਾ ਹਾਂ ਬਸ ਇੱਕ ਵਾਰੀ ਘਰੇ ਜਾ ਕੇ ਵੀਡੀਓ ਨੂੰ ਦੁਬਾਰਾ ਸੁਣ ਲਿਓ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਨੂੰ ਚੱਕਣ ਦੀ ਠੀਕ ਹੈ થેન્ક યુ થેન્ક યુ બચ્ચે હા دوبارہ ਹੋਊਗਾ હોਣਾ ਤਾਂ ਹੈ ਹੀ છે ચલો સ્ટાર્ટ ਕਰਦੇ સબના પહેલા ਸਾਡੇ દિમાગ ચાંદે વોટ ඩ યુ મીન બાય ડેવલપમેન્ટ ડેવલપમેન્ટ ਹੁੰਦੀ ਕੀ ਹੈ ડેવલપમેન્ટ ਯਾਨੀ ਕਿ ਵਿਕਾਸ ਐਕਚੁਅਲੀ ਕੀ ਹੁੰਦਾ ਪੰਜਾਬੀ ਚ ਦੋ ਸ਼ਬਦਾਂ ਦਾ ਮੀਨ ਸੇਮ ਹੀ ਹੁੰਦਾ ਤੁਸੀਂ ਗ੍ਰੋਥ ਨੂੰ ਲਿਖੋਗੇ ਉਹਨੇ ਉਹਨੂੰ ਵਿਕਾਸ ਲਿਖ ਦੇਣਾ ਤੇ ਡਿਵੈਲਪਮੈਂਟ ਲਿਖੋਗੇ ਉਹਨੂੰ ਵੀ ਵਿਕਾਸ ਲਿਖ ਦੇਣਾ ਇੰਗਲਿਸ਼ ਬੜੀ ਸਪੈਸੀਫਿਕ ਬਣੀ ਹੈ ਐਕਚੁਅਲੀ ਹਰ ਵਰਡ ਲਈ ਇੱਕ मीनिंग ਸੁਜੈਸਟ ਕੀਤਾ ਜਾਂਦਾ ਹੈ ਠੀਕ ਹੈ ਤੇ ਡਿਵੈਲਪਮੈਂਟ ਨੂੰ ਅਸੀਂ ਕਿਹਦੇ ਨਾਲ ਰਿਲੇਟ ਕਰਦੇ ਆਂ ਡਿਵੈਲਪਮੈਂਟ ਨੂੰ ਅਸੀਂ ਰਿਲੇਟ ਕਰਦੇ ਆਂ ਵਿਕਾਸ ਨਾਲ ਠੀਕ ਹੈ ਇਹ ਵਿਕਾਸ ਉਹ ਹੁੰਦਾ ਹੈ ਜਿਹੜਾ ਸਾਡੇ ਜਨਮ ਤੋਂ ਮਰਨ ਤੱਕ ਚੱਲਦਾ ਹੈ ਠੀਕ ਹੈ ਵੂਮ ਤੋਂ ਟੂਮ ਤੱਕ ਅਸੀਂ ਕਹਿੰਦੇ ਆਂ ਨਾ ਗਰਭ ਤੋਂ ਕਬਰ ਤੱਕ ਇਹ ਵਿਕਾਸ ਚੱਲਦਾ ਹੈ ਠੀਕ ਹੈ ਬੇਸਿਕਲੀ ਵਿਕਾਸ ਦਾ ਮਤਲਬ ਕੀ ਹੁੰਦਾ ਹੈ ਵਿਕਾਸ ਦਾ ਮਤਲਬ ਹੈ ਕਿ ਜਦੋਂ ਅਸੀਂ ਆਪਣੀ ਨਿਰਭਰਤਾ ਨੂੰ ਛੱਡ ਕੇ ਆਤਮ ਨਿਰਭਰ ਹੋ ਜਾਂਦੇ ਹਾਂ ਜਦੋਂ ਬੱਚਾ ਜੰਮਦਾ ਉਹ ਨਿਰਭਰ ਹੁੰਦਾ ਆਪਦੀ ਮਾਂ ਤੇ ਨਿਰਭਰ ਹੁੰਦਾ ਇੱਕ ਛੋਟੀ ਜੀ ਮੈਂ ਤੁਹਾਨੂੰ ਇੱਥੇ ਰੋਕਣ ਲੱਗਾ ਇੱਕ ਛੋਟੀ ਜੀ ਸੁਜੈਸ਼ਨ ਹੈ ਤੁਹਾਡੀ ਤੁਹਾਡੇ ਲਈ ਜਦੋਂ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਪੜ੍ਹਨੀ ਹੈ ਨਾ ਬਸ ਆਪ ਦੇ ਆਪ ਨੂੰ ਅਸਿਊਮ ਕਰ ਲੈਣਾ ਕਿ ਮੈਂ ਬੱਚੇ ਦੀ ਅਵਸਥਾ 'ਚ ਹੈ ਜੇ ਸੇ ਦੌਰ ਨੂੰ ਸਮਝਾਂਗੇ ਉਸ ਦੌਰ ਚ ਆਪ ਦੇ ਆਪ ਨੂੰ ਸਮਝਣ ਲੱਗ ਜੋਗੇ ਨਾ ਨਾ ਤਾਂ ਕੋਈ ਸਵਾਲ ਗਲਤ ਹੋਊਗਾ ਨਾ ਕੋਈ ਸਿਚੁਏਸ਼ਨਲ ਸਵਾਲ ਗਲਤ ਹੋਊਗਾ ਬਸ ਸਮਝਣਾ ਬਹੁਤ ਕੰਫਰਟੇਬਲ ਹੋ ਜੂਗਾ ਜਦੋਂ ਅਸੀਂ ਇੱਕ ਬੱਚੇ ਦੇ ਨਜ਼ਰੀਏ ਨਾਲ ਸੋਚਾਂਗੇ ਗੁੱਡ ਮਾਰਨਿੰਗ ਬੱਚੇ ਗੁੱਡ ਮਾਰਨਿੰਗ ਰਿਕਾਰਡਿੰਗ ਦੀ ਲੋੜ ਨਹੀਂ ਜੀ ਉਹ ਤਾਂ ਚਲੋ ਤੁਸੀਂ ਕਹਿੰਦੇ ਹੋ ਆਪ ਰਿਕਾਰਡਿੰਗ ਲਾ ਲੈਣੇ ਵੈਸੇ ਰਿਕਾਰਡ ਹੋ ਕੇ ਮਿਲੂਗੀ ਤੁਹਾਨੂੰ ਠੀਕ ਹੈ ਰਿਕਾਰਡਿੰਗ हां मास्टर कैडर की तैयारी करवावांगे ਹੁਣ ਜਿਹੜੇ ਇਸ ਪੜਾਵ ਨੂੰ ਪਾਰ ਕਰ ਚੁੱਕੇ ਨੇ ਉਹ ਮਾਸਟਰ ਕੈਡਰ ਲਈ ਮੈਨੂੰ ਕਾਲ ਕਰਕੇ ਅਗਲੀਆਂ ਕੀ ਮੈਂ ਫਿਊਚਰ ਚ ਕਰਾਂ ਕਿਵੇਂ ਕਰਾਂ ਉਮੀਦ ਤੋਂ ਸੁਜੈਸ਼ਨਸ ਲੈ ਸਕਦੇ ਨੇ ਜੇ ਲੈਣਾ ਚਾਹੁੰਦੇ ਠੀਕ ਹੈ ਚਲੋ ਤਾਂ ਕਹਿੰਦੇ ਜਿਹੜੀ ਜਦੋਂ ਮੈਂ ਨਿਰਭਰਤਾ ਤੋਂ ਆਤਮ ਨਿਰਭਰਤਾ ਵੱਲ ਜਾਊਗਾ ਉਹਨੂੰ ਕੀ ਕਹਿ ਦਿੰਦੇ ਵਿਕਾਸ ਪਹਿਲਾਂ ਬੱਚਾ ਆਪਣੀ ਮਾਂ ਤੇ ਨਿਰਭਰ ਹੁੰਦਾ ਉਹਦੀ ਮਾਂ ਦੀ ਫੀਡ ਤੇ ਨਿਰਭਰ ਹੁੰਦਾ ਹਰ ਚੀਜ਼ ਕਰਨ ਲਈ ਉਹਨੂੰ ਸਹਾਰੇ ਦੀ ਲੋੜ ਹੈ ਚੱਲਣ ਲਈ ਵੀ ਉਹਨੂੰ ਸਾਰੇ ਦੀ ਲੋੜ ਹੈ ਪਰ ਬੱਚੇ ਦੀ ਇੱਕ ਖਾਸियत ਹੈ ਉਹ ਹੌਲੀ-ਹੌਲੀ ਚੱਲਣਾ ਸਿੱਖਦਾ ਤਾਂ ਉਂਗਲ ਫੜ ਕੇ ਆ ਪਰ ਹੌਲੀ-ਹੌਲੀ ਉਂਗਲ ਨੂੰ ਛੱਡਦਾ ਜਾਂਦਾ ਹੈ ਦੇਖਿਆ ਹੋਣਾ ਨਾ ਛੋਟਾ ਹੁੰਦਾ ਉਂਗਲ ਨੂੰ ਹੀ ਨਹੀਂ ਛੱਡਦਾ ਤੁਸੀਂ ਉਂਗਲ ਫੜਾ ਕੇ ਵੇਖੋ ਉਹਦੀ ਉਂਗਲ ਫੜ ਲੈਂਦਾ ਪਰ ਹੌਲੀ-ਹੌਲੀ ਕੀ ਹੈ ਉਹ ਜਦੋਂ ਉਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਮੈਂ ਆਪਦੇ ਪੈਰਾਂ ਤੇ ਖੜਾ ਹੋ ਗਿਆ ਇਹ ਉਂਗਲ ਹੌਲੀ-ਹੌਲੀ ਹੌਲੀ-ਹੌਲੀ ਛੱਡਦਾ ਜਾਂਦਾ ਹੈ ਛੱਡਦਾ ਜਾਂਦਾ ਨਾ ਯਾਨੀ ਕਿ ਉਹ ਆਤਮ ਨਿਰਭਰ ਹੁੰਦਾ ਜਾਂਦਾ ਹੈ ਇਹ ਕੱਲਾ ਉਹ ਤੁਰਨ ਵਾਲੀ ਉਂਗਲ ਨਹੀਂ ਜਿਹੜੀ ਉਹ ਹਰ ਗੱਲ ਪੇਰੈਂਟਸ ਨੂੰ ਪੁੱਛ ਕੇ ਕਰਦਾ ਪਹਿਲਾਂ ਹੌਲੀ-ਹੌਲੀ ਉਹ ਕੁਛ ਡਿਸੀਜਨਸ ਆਪ ਲੈਣ ਲੱਗ ਜਾਂਦਾ ਫਿਰ ਹੌਰੀ-ਹੌਲੀ ਸਾਰੇ ਡਿਸੀਜਨਸ ਹੀ ਆਪ ਲੈਣ ਲੱਗ ਜਾਂਦਾ ਉਹ ਰੀਜ਼ਨ ਕੀ ਹੈ ਉਹਦੀ ਜਿਹੜੀ ਹੈ ਵਿਕਾਸਦਰ ਵਧਦੀ ਜਾ ਰਹੀ ਹੈ ਉਹ ਵਿਕਾਸ ਵੱਲ ਵਧਦਾ ਜਾਂਦਾ ਤੇ ਉਹ ਆਤਮ ਨਿਰਭਰ ਹੁੰਦਾ ਜਾਂਦਾ ਤੇ ਇਹ ਪੜਾਵ ਕੀ ਹੈ ਇਹ ਪੜਾਵ ਜਿਹੜਾ ਚੱਲੂਗਾ ਇਹ ਨਿਰਭਰਤਾ ਤੋਂ ਆਤਮ ਨਿਰਭਰਤਾ ਵੱਲ ਚੱਲੂਗਾ ਦੇਖੋ ਆਪਾਂ ਤਿੰਨ ਤਰੀਕੇ ਨਾਲ ਇਹਨੂੰ ਡਿਫਾਈਨ ਕਰ ਲਿਆ ਕੋਈ ਫਿਕਸ ਡੈਫੀਨੇਸ਼ਨ ਹੋ ਸਕਦੀ ਹੈ ਨਹੀਂ ਹੋ ਸਕਦੀ ਮੈਂ ਕਹਿੰਦਾ ਇਹਦੋਂ ਵੀ ਕੋਈ ਪਰੇ ਹੋਵੇ ਨਾ ਬਸ ਮੈਂ ਇੰਨੀ ਇੱਕ ਗੱਲ ਚੈੱਕ ਕਰਨੀ ਹੈ ਕਿ ਬੱਚੇ ਦਾ ਹੋਣਾ ਚਾਹੀਦਾ ਹੈ ਵਿਕਾਸ ਠੀਕ ਹੈ ਕਿਸੇ ਸਟੇਟਮੈਂਟ ਚ ਮੈਨੂੰ ਇਹ ਸਮਝ ਆ ਗਿਆ ਕਿ ਵਿਕਾਸ ਹੁੰਦਾ ਹੈ ਤਾਂ ਮੈਂ ਸਮਝ ਲੂੰਗਾ ਪਰਿਭਾਸ਼ਾ ਕੀ ਦੀ ਹੈ ਡਿਵੈਲਪਮੈਂਟ ਚਲੋ ਵਧੀਆ ਥੈਂਕ ਯੂ ਥੈਂਕ ਯੂ ਸੋ ਮਚ ਚਲੋ ਆ ਦੇਖੋ ਹੁਣ ਆ ਬੱਚਾ ਇੱਥੇ ਕੀ ਹੈ ਪਹਿਲਾ ਬੱਚਾ ਸਿਰਫ ਘੁੰਮਦਾ ਹੁੰਦਾ ਹੈ ਤੁਸੀਂ ਵੇਖਿਆ ਹੁੰਦਾ ਬੈੱਡ ਤੇ ਪਿਆ ਹੀ ਘੁੰਮਿਆ ਜਾਂਦਾ ਹੈ ਪੇਰੈਂਟਸ ਨੂੰ ਡਰ ਹੁੰਦਾ ਕਿ ਇਹ ਰਾਤ ਨੂੰ ਡੇਗ ਹੀ ਨਾ ਜਾਵੇ ਕਿਉਂਕਿ ਉਹ ਰੋਲਿੰਗ ਮੋਸ਼ਨ ਚ ਹੁੰਦਾ ਹੈ ਇਹਦੇ ਚ ਹੁੰਦਾ ਹੈ ਰੋਲਿੰਗ ਫਿਰ ਰੈਡਣਾ ਸਿੱਖਦਾ ਕੀ ਸਿੱਖਦਾ ਸਕਰੋਲ ਕਰਨਾ ਰੈਡਣਾ ਉਸ ਤੋਂ ਬਾਅਦ ਕੀ ਸਿੱਖਦਾ ਬੈਠਣਾ ਸਿਟਿੰਗ ਪੋਸਚਰ ਬੈਠਣ ਲਈ ਵੀ ਕੀ ਚਾਹੀਦੀ ਹੈ ਸਟੇਬਿਲਟੀ ਚਾਹੀਦੀ ਹੈ ਬੈਕ ਦੀ ਜਿਹੜੀ ਸਟੇਬਿਲਟੀ ਤੁਹਾਨੂੰ ਯਾਦ ਹੋਣਾ ਸੀ ਬੱਚੇ ਨੂੰ ਬੈਠਣਾ ਸਿਖਾਉਣੇ ਆ ਉਹਦੀ ਬੈਕ ਮਗਰ ਪਿੱਲੋ ਲਗਾ ਦੇਣੇ ਤਾਂ ਜੋ ਬੈਠਣਾ ਸਿੱਖ ਜੇ ਹੌਲੀ ਹੌਲੀ ਅਸੀਂ ਕੀ ਕਰਦੇ ਹਾਂ ਉਹ ਥੋੜਾ ਜਿਹਾ ਪੈਰਾਂ ਦੇ ਪਾਰ ਖੜਾ ਹੁੰਦਾ ਡਿੱਗ ਜਾਂਦਾ ਵਿਚਾਰਾ ਫਿਰ ਅਸੀਂ ਸਹਾਰੇ ਨਾਲ ਖੜਾ ਕਰਦੇ ਹਾਂ ਤੁਸੀਂ ਵੇਖਿਆ ਹੋਣਾ ਬੈੱਡ ਦੇ ਆਸੇ-ਪਾਸੇ ਹੱਥ ਫੜ ਕੇ ਤੁਰਿਆ ਜਾਂਦਾ ਪਰ ਜਿਵੇਂ ਬੈੱਡ ਖਤਮ ਹੋ ਗਿਆ ਡਿੱਗ ਜਾਂਦਾ ਉਹ ਰੀਜ਼ਨ ਕੀ ਹੈ ਕੋਸ਼ਿਸ਼ ਤਾਂ ਬਹੁਤ ਕਰਦਾ ਹੈ ਆਖਰਕਾਰ ਉਹਦੀ ਕੋਸ਼ਿਸ਼ਾਂ ਨੂੰ ਮਿਲਦੀ ਹੈ ਸਫਲਤਾ ਉਹ ਖੜਨਾ ਸਿੱਖ ਜਾਂਦਾ ਹੈ ਠੀਕ ਹੈ ਪਹਿਲਾਂ ਖੜਦਾ ਥੋੜੀ देर ਖੜਦਾ ਤੁਸੀਂ ਵੇਖਣਾ ਪੈਰ ਬੜੇ ਦੱਬ ਕੇ ਜੇ ਪਟਦਾ ਪੂਰਾ ਜ਼ੋਰ ਲਾ ਕੇ ਪੈਰ ਅੱਗੇ ਲੈ ਕੇ ਜਾਂਦਾ ਉਹ ਰੀਜ਼ਨ ਕੀ ਹੁੰਦਾ ਹਜੇ ਉਹਨੂੰ ਯਕੀਨ ਨਹੀਂ ਹੁੰਦਾ ਕਿ ਮੇਰੇ ਪੈਰ ਮੇਰਾ ਭਾਰ ਚੱਲ ਲੈਣਗੇ ਵੇਖਿਆ ਨਾ ਉਹਨੂੰ ਯਕੀਨ ਨਹੀਂ ਹੁੰਦਾ ਮੇਰੇ ਪੈਰ ਮੇਰੇ ਭਾਰ ਚੱਲ ਲੈਣਗੇ ਐਨੇ ਜ਼ੋਰ-ਜ਼ੋਰ ਦੀ ਪੈਰ ਰੱਖਦਾ ਹੌਲੀ-ਹੌਲੀ ਉਹਨੂੰ ਯਕੀਨ ਹੋ ਜਾਂਦਾ ਕਿ ਨਹੀਂ ਹੁਣ ਮੇਰੇ ਪੈਰ ਮੇਰਾ ਭਾਰ ਚੱਲ ਲੈਣਗੇ ਤਾਂ ਇਹ ਦਰ ਕੀ ਦੀ ਹੈ ਵਿਕਾਸ ਦੀ ਦਰ ਹੈ ਇਹ ਦਰ ਕੀ ਦੀ ਹੈ ਵਿਕਾਸ ਦੀ ਮੈਨੂੰ ਇੰਨੀ ਇੱਕ ਗੱਲ ਦੱਸ ਦਿਓ ਕਿ ਡਿਵੈਲਪਮੈਂਟ ਦੀ ਪਰਿਭਾਸ਼ਾ ਤੁਹਾਡੇ ਮਨ ਚ ਕਲੀਅਰ ਹੈ ਕਿ ਨਹੀਂ ਦਿਓ ਜੀ ਜਵਾਬ ਜਵਾਬ ਦੇਣਾ ਸਾਰਿਆਂ ਨੇ ਨਾਲ ਨਾਲ ਹਾਂਜੀ ਦਨ ਠੀਕ ਹੈ ਬਸ ਵਿਜੂਅਲਾਈਜ਼ ਕਰਨਾ ਚੀਜ਼ਾਂ ਨੂੰ ਆਪਣੇ ਲਈ ਉਹ ਚੀਜ਼ਾਂ ਕਲੀਅਰ ਹੋ ਜਾਣਗੇ ਚੱਲਾਂਗੇ ਚਲ ਕਹਿੰਦੇ ਜਿਹੜਾ ਡਿਵੈਲਪਮੈਂਟ ਦਾ ਵਿਕਾਸ ਹੈ ਯਾਨੀ ਕਿ ਜਿਹੜੀ ਡਿਵੈਲਪਮੈਂਟ ਦਾ ਕਨਸੈਪਟ ਹੈ ਉਹ ਕਿਵੇਂ ਜਨਮ ਲਿਆ ਪਹਿਲੀ ਗੱਲ ਤਾਂ ਆਪਾਂ ਕਹਿੰਦੇ ਡਿਵੈਲਪਮੈਂਟ ਬੇਸਿਕਲੀ ਹੁੰਦੀ ਕੀ ਐ ਸਾਨੂੰ ਕਿਵੇਂ ਪਤਾ ਲੱਗਦਾ ਡਿਵੈਲਪਮੈਂਟ ਦਾ ਦਾ ਡਿਵੈਲਪਮੈਂਟ ਦਾ ਸਾਨੂੰ ਪਤਾ ਲੱਗਦਾ ਹੈ ਵਿਕਾਸ ਦਾ ਸਾਨੂੰ ਪਤਾ ਲੱਗਦਾ ਕਿਹਦੇ ਤੋਂ ਬਦਲਾਵ ਤੋਂ ਕਿਹਦੇ ਤੋਂ ਪਤਾ ਲੱਗਦਾ ਹੈ ਬਦਲਾਵ ਤੋਂ ਬਦਲਾਵ ਯਾਨੀ ਕਿ ਚੇਂਜ ਠੀਕ ਹੈ ਚੇਂਜ ਤੋਂ ਹੁਣੇ ਆਪਾਂ ਸਾਬਤ ਕਰਦਾਂਗੇ ਚੇਂਜ ਤੋਂ ਕਿਵੇਂ ਆ ਠੀਕ ਹੈ ਬੱਚੇ ਮੈਂ ਲਾਸਟ ਇਸ ਵਿਸ਼ੇ ਤੇ ਆਪਾਂ ਚਰਚਾ ਕਰਾਂਗੇ ਕਿ ਪੀਐਸਟੈਟ ਕਦੋਂ ਆਊਗਾ ਹੁਣ ਆਪਾਂ ਚਰਚਾ ਕਰਾਂਗੇ ਤਾਂ ਆਪਣਾ ਜਿਹੜਾ ਵੈਲਿਊਏਬਲ ਸਮਾਂ ਉਹ ਚਲਾ ਜਾਊਗਾ ਠੀਕ ਹੈ ਮੇਰੀ ਰਿਕੁਐਸਟ ਹੈ ਮੈਂ ਲਾਸਟ ਚ 5 ਮਿੰਟ ਜ਼ਰੂਰ ਰੱਖਿਆ ਇਸ ਵਿਸ਼ੇ ਤੇ ਚਰਚਾ ਕਰਨ ਲਈ ਚਲੋ ਤਾਂ ਕਹਿੰਦੇ ਵਿਕਾਸ ਜਿਹੜਾ ਹੈ ਉਹ ਮਤਲਬ ਉਹਦਾ ਕੀ ਹੈ ਬਦਲਾਵ ਦਾ ਮਤਲਬ ਹੈ ਜੇ ਬਦਲਾਵ ਮੇਰੇ ਬਿਹੇਵੀਅਰ ਚ ਆ ਰਿਹਾ ਹੈ ਤਾਂ ਯਾਨੀ ਕਿ ਮੈਂ ਕਿਹਦੇ ਵੱਲ ਵੱਧਾਂਗਾ ਮੈਚਿਓਰਿਟੀ ਵੱਲ ਵੱਧਾਂਗਾ ਮੈਂ ਆਪਦੇ ਇਮੋਸ਼ਨਸ ਤੇ ਕੰਟਰੋਲ ਕਰਦਾ ਜਾ ਰਿਹਾ ਉਹ ਵੀ ਬਦਲਾਵ ਹੈ ਪਹਿਲਾਂ ਮੈਂ ਗੱਲ-ਗੱਲ ਤੇ ਰੋ ਪੈਂਦਾ ਸੀ ਹੁਣ ਮੈਂ ਆਪਦੇ ਇਮੋਸ਼ਨਸ ਨੂੰ ਕੰਟਰੋਲ ਕਰ ਲਿਆ ਉਹ ਵੀ ਕੀ ਹੈ ਬਦਲਾਵ ਹੈ ਮੇਰੀ ਹਾਈਟ ਪਹਿਲਾਂ ਘੱਟ ਸੀ ਹੁਣ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਉਹ ਵੀ ਕੀ ਹੈ ਬਦਲਾਵ ਹੈ ਇੱਕ ਉਹ ਬਦਲਾਵ ਹੈ ਜਿਹੜਾ ਸਰੀਰ 'ਚ ਵੇਖਣ ਨੂੰ ਮਿਲਦਾ ਹੈ ਇੱਕ ਉਹ ਬਦਲਾਵ ਹੈ ਜਿਹੜਾ ਸਾਡੀ ਯਾਨੀ ਕਿ ਜਿਹੜੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਫੀਲ ਕਰ ਸਕਦੇ ਹਾਂ ਉਹਦੇ 'ਚ ਦੇਖਣ ਨੂੰ ਮਿਲ ਰਿਹਾ ਹੈ ਠੀਕ ਹੈ ਪਰ ਇਹ ਦੋਵੇਂ ਚੀਜ਼ਾਂ ਹਿੱਸਾ ਕੀਤੇ ਹੋਣ ਗਿਆ ਡਿਵੈਲਪਮੈਂਟ ਦਾ ਹਿੱਸਾ ਠੀਕ ਹੈ ਤਾਂ ਡਿਵੈਲਪਮੈਂਟ ਮਤਲਬ ਕੀ ਹੈ ਬਦਲਾਵ ਚਾਹੇ ਉਹ ਸਰੀਰਿਕ ਹੋਵੇ ਮਾਨਸਿਕ ਹੋਵੇ ਆਤਮਿਕ ਹੋਵੇ ਇਮੋਸ਼ਨਲ ਹੋਵੇ ਸਾਈਕੋਲੋਜੀਕਲ ਹੋਵੇ ਹੋਣਾ ਕੀ ਚਾਹੀਦਾ ਹੈ ਬਦਲਾਵ ਜਦੋਂ ਵੀ ਬਦਲਾਵ ਹੁੰਦਾ ਹੈ ਪਰ ਮੇਰਾ ਇੱਕ ਛੋਟਾ ਜਿਹਾ ਮੰਨਣਾ ਹੈ ਕਿ ਇਹ ਬਦਲਾਵ ਅਸੀਂ ਕਿਹਨੂੰ ਮੰਨਦੇ ਵਿਕਾਸ ਨੂੰ ਜਦੋਂ ਇਹ ਬਦਲਾਵ ਕੀ ਹੋਇਆ ਹੋਵੇ ਪੋਜ਼ਿਟਿਵ ਕੀ ਹੋਇਆ ਹੋਵੇ ਪੋਜ਼ਿਟਿਵ ਪੋਜ਼ਿਟਿਵ ਬਦਲਾਵ ਨੂੰ ਅਸੀਂ ਕਹਿੰਨੇ ਆ ਅਸੀਂ ਕਿਹਦੇ ਵੱਲ ਵਧ ਰਹੇ ਆ ਵਿਕਾਸ ਵੱਲ ਵਧ ਰਹੇ ਆ ਠੀਕ ਹੈ ਜੀ ਕਿਹਦੇ ਵੱਲ ਵਧ ਰਹੇ ਆ ਵਿਕਾਸ ਵੱਲ ਵਧ ਇੱਕ ਤੁਹਾਨੂੰ ਹੋਰ ਛੋਟੀ ਜੀ ਗੱਲ ਕਹਿੰਨਾ ਪੋਜ਼ਿਟਿਵ ਗੱਲ ਦਾ ਮਤਲਬ ਪਤਾ ਕੀ ਹੈ ਪਹਿਲਾਂ ਮੈਂ 0 ਤੇ ਸੀਗਾ ਫਿਰ ਮੈਂ 1 ਤੇ ਪਹੁੰਚਿਆ then 2 ਤੇ ਪਹੁੰਚਿਆ then 3 then 4 ਇਹ ਹੁੰਦਾ ਜੀ ਵਿਕਾਸ ਕਿਹਦੇ ਵੱਲ ਜਾ ਰਿਹਾ ਪੋਜ਼ਿਟਿਟਿਵ ਗ੍ਰਾਫ ਹੈ ਮੇਰਾ ਇਹੜਾ ਗ੍ਰਾਫ ਹੈ ਪੋਜ਼ਿਟਿਵ ਗ੍ਰਾਫ ਹੈ ਠੀਕ ਹੈ ਕਿ ਮੇਰੀ ਵਿਕਾਸ ਦਰ ਹੈ ਉਹ ਲਗਾਤਾਰ ਆ ਮੇਰੀ ਉਮਰ ਹੈ ਏਜ ਹੈ ਆ ਮੇਰੀ ਡਿਵੈਲਪਮੈਂਟ ਹੈ ਡੀ ਫਾਰ ਡਿਵੈਲਪਮੈਂਟ ਤੇ ਜੇ ਮੇਰਾ ਗ੍ਰਾਫ ਐਂ ਜਾਊਗਾ ਇਟ ਮੀਨਸ ਪੋਜ਼ਿਟਿਵ ਜਾ ਰਿਹਾ ਹੈ ਵੱਧ ਰਿਹਾ ਹੈ ਵਿਕਾਸ ਹੋ ਰਿਹਾ ਹੈ ਮੇਰਾ ਠੀਕ ਹੈ ਪਰ ਹੋਣਾ ਕਿਵੇਂ ਚਾਹੀਦਾ ਹੈ ਸਿਲਸਿਲੇਵਾਰ ਯਾਨੀ ਕਿ ਆਰਡਰ ਇੱਕ ਪ੍ਰੋਪਰ ਕ੍ਰੋਨੋਲੋਜੀ ਨਾਲ ਯਾਨੀ ਕਿ ਲੜੀਵਾਰ ਐਵੇਂ ਥੋੜੀ ਹੈ ਹੁਣ ਬੱਚਾ ਜਨਮ ਚ ਤਾਂ ਬਹੁਤ ਵਧੀਆ ਵਿਕਾਸ ਕੀਤਾ ਗਾਂ ਕਿਸ਼ੋਰ ਅਵਸਥਾ ਚ ਆ ਕੇ ਵਿਕਾਸ ਬਿਲਕੁਲ ਬੰਦ ਹੋ ਗਿਆ ਫਿਰ ਤੁਸੀਂ ਕੋ ਹੁਣ ਦੁਬਾਰਾ ਵਿਕਾਸ ਸ਼ੁਰੂ ਹੋ ਜੇ ਇਹ じゃ ਕਦੇ ਵੀ ਨਹੀਂ ਹੁੰਦਾ ਵਿਕਾਸ ਹੁੰਦਾ ਲਗਾਤਾਰ ਠੀਕ ਹੈ ਲਗਾਤਾਰ ਹੁੰਦਾ ਕਿ ਇਹ ਕਈ ਬਦਲਾਅ ਨਾ ਜ਼ਿੰਦਗੀ ਚ ਨਾ ਚਾਹੁੰਦੇ ਹੋਏ ਆ ਜਾਂਦੇ ਐ ਪਰ ਜਿਹੜਾ ਟੈਂਪਰੇਰੀ ਤੌਰ ਤੇ ਬਦਲਾਵ ਆਇਆ ਹੁੰਦਾ ਨਾ ਉਹਨੂੰ ਅਸੀਂ ਕਦੇ ਵੀ ਵਿਕਾਸ ਦਾ ਨਾਮ ਨਹੀਂ ਦੇਵਾਂਗੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਟੈਂਪਰੇਰੀ ਚੇਂਜ ਨੂੰ ਅਸੀਂ ਕਦੇ ਵੀ ਨਾਮ ਨਹੀਂ ਦੇਵਾਂਗੇ ਕਿਦਾ ਵਿਕਾਸ ਦਾ ਉਦਾਹਰਣ ਲਵਾਂਗੇ ਆਪਾਂ ਦੋ ਫੋਰ ਐਗਜ਼ਾਮਪਲ ਇੱਕ ਪਰਸਨ ਸੀਗਾ ਇੱਕ ਬੱਚਾ ਸੀਗਾ ਸਕੂਲ ਜਾ ਰਿਹਾ ਸੀ ਉਹਦਾ ਐਕਸੀਡੈਂਟ ਹੋ ਗਿਆ ਫ੍ਰੈਕਚਰ ਹੋ ਗਿਆ ਉਹ ਮਹੀਨਾ ਚੱਲ ਨਹੀਂ ਪਾਇਆ ਹੁਣ ਤੁਸੀਂ ਮੀਨੇ ਨੂੰ ਇਹ ਕਹੋ ਕਿ ਉਹਦੇ ਸਰੀਰ ਦੀ ਜਿਹੜਾ ਵਿਕਾਸ ਇਹ ਇਦਾਂ ਹੋਇਆ ਹੈ ਹੁਣ ਤੋਂ ਉਹ ਇਦਾਂ ਹੀ ਚੱਲਿਆ ਕਰੂਗਾ। ਯਾਨੀ ਕਿ ਉਹ ਹੁਣ ਤੋਂ ਪੈਰਾਲਾਈਜ਼ਡ ਹੋ ਕੇ ਚੱਲਿਆ ਕਰੂਗਾ ਇਹ ਉਹਦਾ ਵਿਕਾਸ ਨਹੀਂ ਹੈਗਾ ਕਿਉਂਕਿ ਇਹ ਆਰਜੀ ਤੌਰ ਤੇ ਹੈ। ਜਦੋਂ ਉਹਨੇ ਠੀਕ ਹੋ ਜਾਣਾ ਉਹ ਆਪਦੀ ਵਾਕ ਪ੍ਰੋਪਰ ਚੱਲਿਆ ਕਰੂਗਾ। ਤਾਂ ਜਿਹੜਾ ਆਹ ਟੈਂਪਰੇਰੀ ਚੇਂਜ ਆਇਆ ਉਹਦੀ ਡਿਵੈਲਪਮੈਂਟ 'ਚ ਇਹਨੂੰ ਅਸੀਂ ਵਿਕਾਸ ਨਹੀਂ ਕਵਾਂਗੇ। ਠੀਕ ਹੈ। ਫਾਰ ਐਗਜ਼ਾਮਪਲ ਇੱਕ ਸਿਚੁਏਸ਼ਨ ਹੋਰ ਲੈਣਾ। ਇੱਕ ਬੰਦੇ ਦੀ ਜ਼ਿੰਦਗੀ 'ਚ ਕੋਈ ਖਤਰਨਾਕ ਇਨਸੀਡੈਂਟ ਹੋ ਗਿਆ। ਉਹਨੇ ਕੋਈ ਕ੍ਰਾਈਮ ਆਪਦੀ ਅੱਖਾਂ ਦੇ ਸਾਹਮਣੇ ਵੇਖਿਆ ਜਿਹਦੇ ਨਾਲ ਉਹਦੇ ਮਾਨਸਿਕ ਜਿਹੜੇ ਐ ਦਿਮਾਗ ਤੇ ਬਹੁਤ 네ਗੇਟਿਵ ਪ੍ਰਭਾਵ ਪਿਆ। ਹੋਇਆ ਕਿ ਉਹਨੇ ਇਹਦੇ 'ਚੋਂ ਨਿਕਲਣ ਲਈ ਉਹਨੂੰ ਮਹੀਨਾ ਕ ਲੱਗ ਗਿਆ। ਆ ਜਿਹੜਾ 네ਗੇਟਿਵ ਪ੍ਰਭਾਵ ਪਿਆ ਉਹਦੇ ਦਿਮਾਗ 'ਚ ਜਿਹੜਾ ਉਹ ਰਾਤ ਨੂੰ ਸੁੱਤਾ ਪਿਆ ਉੱਠ ਉੱਠ ਕੇ ਜਾਗਣ ਲੱਗ ਗਿਆ, ਰੋਣ ਲੱਗ ਗਿਆ, ਚੀਕਾਂ ਮਾਰਨ ਲੱਗ ਗਿਆ। ਯਾ ਕੁਝ ਐਸੀਆਂ ਗੱਲਾਂ ਕਰਨ ਲੱਗਿਆ ਜਿਹੜੀ ਪ੍ਰੈਕਟੀਕਲ ਤੌਰ ਤੇ ਨਹੀਂ ਸਹੀ ਸੀਗਾ ਇਟ ਡਸਨਟ ਮੀਨ ਕਿ ਇਹ ਹਮੇਸ਼ਾ ਹੀ ਉਹਦੀ ਜ਼ਿੰਦਗੀ ਚ ਚੱਲਣਗੀਆਂ ਜਿਵੇਂ ਹੀ ਉਹ ਇਹਨਾਂ ਚੀਜ਼ਾਂ ਨੂੰ ਦੂਰ ਕਰ ਲੂਗਾ ਉਹ ਵਾਪਸ ਆਪਦੀ ਲਹਿ ਤੇ ਆ ਜਾਊਗਾ ਠੀਕ ਹੈ ਤਾਂ ਜਿਹੜੀਆਂ ਚੀਜ਼ਾਂ ਜ਼ਿੰਦਗੀ ਚ ਆਰਜੀ ਤੌਰ ਤੇ ਹੁੰਦੀਆਂ ਜਿਹੜਾ ਆਰਜੀ ਤੌਰ ਤੇ ਬਦਲਾਅ ਹੁੰਦਾ ਜਿਹੜਾ ਟੈਂਪਰੇਰੀ ਚੇਂਜ ਹੁੰਦਾ ਉਹ ਵਿਕਾਸ ਦਾ ਹਿੱਸਾ ਨਹੀਂ ਹੁੰਦਾ ਉਹ ਵਿਕਾਸ ਦਾ ਹਿੱਸਾ ਨਹੀਂ ਹੁੰਦਾ ਠੀਕ ਹੈ ਜੀ ਇੱਕ ਗੱਲ ਹੋਰ ਲਾਸਟ ਗੱਲ ਕਰਾਂਗੇ ਕਹਿੰਦੇ ਡਿਵੈਲਪਮੈਂਟ ਫਿਰ ਕੀ ਹੋਈ ਡਿਵੈਲਪਮੈਂਟ ਮਤਲਬ ਹੁੰਦਾ ਹੈ ਕੁਆਲਿਟੇਟਿਵ ਚੇਂजेस ਯਾਨੀ ਕਿ ਐਸੇ ਬਦਲਾਅ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਨੇ ਡਿਵੈਲਪਮੈਂਟ ਸ਼ਰੀਰਿਕ ਵਿਕਾਸ ਨਹੀਂ ਸ਼ਰੀਰਿਕ ਵਿਕਾਸ ਕਾਦੇ ਚ ਆ ਜਾਂਦਾ ਹੈ ਗਰੋਥ ਚ ਆ ਜਾਂਦਾ ਹੈ ਸਾਡਾ ਹਾਈਟ ਵੱਧ ਗਈ ਉਹ ਕਿਦੇ ਚ ਆ ਗਿਆ ਗਰੋਥ ਚ ਆ ਗਿਆ ਸਾਡਾ weight ਵੱਧ ਗਿਆ ਕਿਦੇ ਚ ਆ ਗਿਆ ਗਰੋਥ ਚ ਆ ਗਿਆ ਬਟ ਸਾਡਾ ਜਿਹੜਾ ਦਿਮਾਗ ਦਾ ਵਿਕਾਸ ਹੋਇਆ ਸਾਡੀ ਸੋਚਣੀ ਦਾ ਦਾਇਰਾ ਵੱਧ ਗਿਆ ਅਸੀਂ ਆਪਣੀਆਂ ਭਾਵਨਾਵਾਂ ਤੇ ਨਿਯੰਤਰਣ ਕਰ ਲਿਆ ਅਸੀਂ ਆਪਦੀ ਸੋਚਣੀ ਦਾ ਦਾਇਰਾ ਵਧਾਤਾ ਸਾਨੂੰ ਸਮਝ ਆ ਗਿਆ ਕਿਸ ਨਾਲ ਕਿਸ ਸਮੇਂ ਕਿਹੜੀ ਗੱਲ ਕਰਨੀ ਚਾਹੀਦੀ ਹੈ ਇਹ ਕੀ ਹੈ ਸਾਡਾ ਮਾਨਸਿਕ ਵਿਕਾਸ ਹੈ ਜਿਹੜਾ ਕਿਦਾ ਹਿੱਸਾ ਬੰਦ ਹੈ ਡਵੈਲਪਮੈਂਟ ਦਾ ਹਿੱਸਾ ਠੀਕ ਹੈ ਇੰਨੀ ਆ ਜਿੰਨਾ ਵੀ ਮੈਂ ਜ਼ਿਕਰ ਕੀਤਾ ਇਹਦੇ ਚ ਕੋਈ ਕਨਫਿਊਜ਼ਨ ਹੈ ਤਾਂ ਮੈਨੂੰ ਦੱਸੋ ਡਵੈਲਪਮੈਂਟ ਸ਼ਬਦ ਇੱਕ ਛੋਟਾ ਜਿਹਾ ਪੱਟੇ ਦਾ मीनिंग ਬਹੁਤ ਵੱਡਾ ਹੈ ਇਸ ਸਟੇਜ ਤੇ ਆਪਾਂ ਇਹੀ ਪੜਿਆ ਕਿ ਡਵੈਲਪਮੈਂਟ ਮਤਲਬ ਹੁੰਦਾ ਹੈ ਬਦਲਾਵ ਬਦਲਾਵ ਵੀ ਕਹਿ ਜਾ ਪੋਜ਼ਿਟਿਵ ਬਦਲਾਵ ਇਹ ਬਦਲਾਵ ਕੀ ਹੈ ਨਿਯੰਤਰਣ ਰੈਗੂਲਰ ਚੱਲਣਾ ਚਾਹੀਦਾ ਹੈ ਕੰਟੀਨਿਊਟੀ ਚ ਜਨਮ ਤੋਂ ਮਰਨ ਤੱਕ ਚੱਲਣਾ ਚਾਹੀਦਾ ਹੈ ਚੱਲਣਾ ਵੀ ਕਿਹੜੀ ਸਾਈਡ ਚਾਹੀਦਾ ਹੈ ਪੋਜ਼ਿਟਿਵ ਸਾਈਡ ਚੈਨਨਾ ਚਾਹੀਦਾ ਹੈ ਠੀਕ ਹੈ ਪਰ ਇਹ ਬਦਲਾਵ ਹਮੇਸ਼ਾ ਕਹਿ ਜਾਂਦਾ ਪਰਮਨੈਂਟ ਹੁੰਦਾ ਹੈ ਕਹਿ ਜਾਂਦਾ ਹੁੰਦਾ ਪਰਮਨੈਂਟ ਜਿਹੜੀ ਸਾਡੀ ਸ਼ਰੀਰ ਚ ਟੈਂਪਰੇਰੀ ਚੇਂਜ ਆਉਂਦੇ ਉਹਨੂੰ ਅਸੀਂ ਕਦੇ ਵੀ ਨਹੀਂ ਗਿੰਦੇ ਡਿਵੈਲਪਮੈਂਟ ਦਾ ਪਾਰਟ ਹਾਂਜੀ ਦੱਸੋ ਇੱਥੋਂ ਤੱਕ ਕੋਈ ਕਨਫਿਊਜ਼ਨ ਡਨ ਵੈਰੀ ਗੁੱਡ ਹਰਪ੍ਰੀਤ ਜੀ ਡੈਮੋ ਕਲਾਸਿਸ ਇੰਗਲਿਸ਼ ਦੀਆਂ ਸਟਾਰਟ ਹੋ ਚੁੱਕੀਆਂ ਮਾਸਟਰ ਕੈਡਰ ਦੀਆਂ ਤੁਸੀਂ ਅਫੀਸ਼ੀਅਲ ਕੰਟੈਕਟ ਨੰਬਰ ਤੇ ਕਾਲ ਕਰਕੇ ਉਹਦੀ ਜਾਣਕਾਰੀ ਲੈ ਸਕਦੇ ਹੋ ਪੀਐਸਟ ਦਾ ਆਨਲਾਈਨ ਬੈਚ ਬੱਚੇ ਸਟਾਰਟ ਹੈ ਜੀ ਆਹ ਵੇਖੋ ਅੱਜ ਆਪਾਂ ਲਾਈ ਰਿਹਾ ਕਲਾਸ ਸਟਾਰਟ ਕੁਝ ਫਰਦਰ ਜਾਣਕਾਰੀ ਲਈ ਤੁਸੀਂ ਆਫੀਸ਼ੀਅਲ ਨੰਬਰ ਤੇ ਕਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਹੈਗਾ ਤਾਂ ਠੀਕ ਹੈ ਨਹੀਂ ਤਾਂ ਮੈਂ ਲਾਸਟ ਤੇ ਮੈਂਸ਼ਨ ਕਰੂੰਗਾ ਠੀਕ ਹੈ ਚਲੋ ਹਾਂਜੀ ਰਿਕਾਰਡਡ ਮਿਲਣਗੇ ਬੱਚੇ ਮਿਲਣਗੇ YouTube ਤੇ ਅਪਲੋਡ ਹੋ ਜਾਣਗੇ ਬੱਚੇ PS Tat ਦਾ ਜ਼ਿਕਰ ਮੈਂ ਤੁਹਾਨੂੰ ਕਿਹਾ ਮੈਂ ਲਾਸਟ ਤੇ ਕਰੂੰਗਾ ਠੀਕ ਹੈ ਚਲੋ ਚਲਦੇ ਆਂ ਕਹਿੰਦੇ ਰਿਲੇਸ਼ਨਸ਼ਿਪ ਬੀਟਵੀਨ ਆ ਤਿੰਨ ਵਰਡਸ ਬੜੇ ਇੰਪੋਰਟੈਂਟ ਹੈ ਗਰੋਥ ਡਿਵੈਲਪਮੈਂਟ ਤੇ ਮੈਚਿਉਰੇਸ਼ਨ ਮੈਚਿਉਰਿਟੀ ਇਹ ਤਿੰਨ ਸ਼ਬਦਾਂ ਚ ਬੜਾ ਇਹ ਬੜੀ ਨੇੜਤਾ ਹੈ ਤਿੰਨ ਸ਼ਬਦਾਂ ਚ ਜੇ ਡਿਫਰੈਂਸ ਨਹੀਂ ਕਲੀਅਰ ਨਾ ਤਾਂ ਅਸੀਂ ਬਾਅਦ ਚ ਬੜੇ ਕਨਫਿਊਜ਼ ਹੁੰਨੇ ਆ ਕਿਉਂਕਿ ਇਹ ਸਾਡਾ ਬੇਸ ਹੈ ਬੇਸ ਕਲੀਅਰ ਹੋਣਾ ਬੜਾ ਜ਼ਰੂਰੀ ਹੈ ਇੱਕ ਮਕਾਨ ਬਣਾਉਣ ਲੱਗਿਆਂ ਨੀਵ ਜਿਹੜੀ ਹੈ ਸਟਰੋਂਗ ਹੋਣੀ ਚਾਹੀਦੀ ਹੈ ਉਵੇਂ ਸੀਡੀਪੀ ਚ ਅੱਗੇ ਜਾਣ ਵੇਲੇ ਇਹ টারਮਸ ਦਾ ਕਲੈਰਿਟੀ টারਮਸ ਦੀ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਚਲ ਚਰਚਾ ਕਰਦੇ ਆਂ ਤਾਂ ਗ੍ਰੋਥ ਕੀ ਦੇ ਨਾਲ ਜੁੜੀ ਹੋਈ ਹੈ ਸਾਡੀ ਕੁਆਂਟੀਟੇਟਿਵ ਚੇਂजेस ਨਾਲ ਯਾਨੀ ਕਿ ਐਸਾ ਬਦਲਾਵ ਐਸਾ ਬਦਲਾਵ ਜਿਹਨੂੰ ਮਾਪਿਆ ਜਾ ਸਕੇ ਜਿਹਨੂੰ ਮਾਪਿਆ ਜਾ ਸਕੇ ਜਿਹਨੂੰ ਅਸੀਂ ਕੀ ਕਰ ਸਕਦੇ ਆ ਮੈਜ਼ਰ ਕਰ ਸਕਦੇ ਆ ਜਿਹਨੂੰ ਅਸੀਂ ਕੀ ਕਰ ਸਕਦੇ ਆ ਮੈਜ਼ਰ ਕਰ ਸਕਦੇ ਆ ਇਹ ਐਸਾ ਬਦਲਾਵ ਹੈ ਜਿਹੜਾ इजीली ਵਿਜੀਬਲ ਹੈ इजीली ਕੀ ਹੈ ਵਿਜੀਬਲ ਹੈ ਯਾਨੀ ਕਿ ਜਿਹਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਠੀਕ ਹੈ ਨਾਲੇ ਜਦੋਂ ਕੁਆਂਟੀਟੇਟਿਵ ਯਾਨੀ ਕਿ ਕੁਆਂਟੀਟੀ ਯਾਨੀ ਕਿ ਗਿਣਤੀ ਚ ਆਉਂਦਾ ਤਾਂ ਇਹ ਰਿਲੇਟਡ ਟੂ ਕੀ ਹੁੰਦਾ ਫਿਜ਼ੀਕਲ ਚੇਂਜ ਰਿਲੇਟਡ ਟੂ ਫਿਜ਼ੀਕਲ ਚੇਂਜ ਯਾਨੀ ਕਿ ਜਿਹੜਾ ਸਾਡਾ ਸਰੀਰਕ ਬਦਲਾਵ ਹੈ ਉਹਦੇ ਨਾਲ ਸਬੰਧਤ ਹੈ ਠੀਕ ਹੈ ਤਾਂ ਗ੍ਰੋਥ ਕੀ ਗ੍ਰੋਥ ਨੂੰ ਵੈਸੇ ਤਾਂ ਪੰਜਾਬੀ ਚ ਵਿਕਾਸ ਲਿਖ ਦਿੰਦਾ ਪਰ ਇਹਦਾ ਮਤਲਬ ਹੁੰਦਾ ਵਾਧਾ ਗ੍ਰੋਥ ਮਤਲਬ ਵਾਧਾ ਠੀਕ ਹੈ ਹੁਣ ਆਪਾਂ ਪਿਕਚਰ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜਿੱਦੋਂ ਆ ਬੱਚਾ ਛੋਟਾ ਸੀਗਾ ਉਹਦੀ ਏਜ ਉਹਦੀ ਹਾਈਟ ਜਿਹੜੀ ਸੀਗੀ ਉਹ ਐਨੀ ਸੀਗੀ ਪਰ ਜਿਵੇਂ ਹੀ ਉਹਦੀ ਏਜ ਵਧੀ ਉਹਦੀ ਹਾਈਟ ਕੀ ਹੋਗੀ ਚੇਂਜ ਹੋਗੀ ਉਹਦੀ ਹਾਈਟ ਕੀ ਹੋਗੀ ਚੇਂਜ ਹੋਗੀ ਉਹਨਾਂ ਦੀ ਹਾਈਟ ਕੀ ਹੈ ਤਾਂ ਜਿਹੜਾ ਚੇਂਜ ਆਇਆ ਉਹਦੀ ਹਾਈਟ 'ਚ ਇਹ ਕੀ ਕਿਹਦਾ ਪਾਰਟ ਬਣਿਆ ਉਹਦੀ ਗਰੋਥ ਕੀਦਾ ਪਾਰਟ ਬਣਿਆ ਉਹਦੀ ਗਰੋਥ ਦਾ ਗਰੋਥ ਵਰਡ ਕਲੀਅਰ ਹੈ ਜੀ ਦੇਖੋ ਗ੍ਰੋਥ ਵਰਡ ਕੋਈ ਕਨਫਿਊਜ਼ਨ ਹਾਂਜੀ ਬੱਚੇ ਕੋਈ ਕਨਫਿਊਜ਼ਨ ਹੈ ਗ੍ਰੋਥ ਵਰਡ ਨੂੰ ਲੈ ਕੇ ਮੈਨੂੰ ਹੁਣੇ ਪੁੱਛ ਲਓ ਠੀਕ ਹੈ ਜ਼ਿਆਦਾਤਰ ਅਸੀਂ ਗ੍ਰੋਥ ਨੂੰ ਦੋ ਚੀਜ਼ਾਂ ਨਾਲ ਵੇਖਦੇ ਆਂ ਸਾਈਜ਼ ਨਾਲ ਸਾਈਜ਼ ਨਾਲ ਵੇਖਦੇ ਆਂ ਦੂਜਾ ਜਾਂ ਮੈਂ ਸਾਈਜ਼ ਦਾ ਹੀ ਇੱਕ ਪੈਰਾਮੀਟਰ ਹੈ ਹਾਈਟ ਨਾਲ ਜਾਂ ਫਿਰ ਮੈਂ ਕਹਿ ਸਕਦਾ ਵੇਟ ਨਾਲ ਬ੍ਰਾਡਲੀ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਲੈਂਦੇ ਹਾਂ ਠੀਕ ਹੈ ਚਲ ਚੱਲਦਾ ਅੱਗੇ موਵਿੰਗ ਟੂ ਨੈਕਸਟ ਡਿਵੈਲਪਮੈਂਟ ਜੀ ਆ ਜੀ ਡਿਵੈਲਪਮੈਂਟ ਡਿਵੈਲਪਮੈਂਟ ਤੇ ਹੁਣੇ ਆਪਾਂ ਚਰਚਾ ਕਰਕੇ ਹੱਟਿਆ ਕਿ ਡਿਵੈਲਪਮੈਂਟ ਜਿਹੜਾ ਵਿਕਾਸ ਹੁੰਦਾ ਨਾ ਵਿਕਾਸ ਦੋਵੇਂ ਚੀਜ਼ਾਂ ਨੂੰ ਲੈ ਕੇ ਚੱਲੂਗਾ ਕੁਆਂਟੀਟੇਟਿਵ ਤਾਂ ਹੈ ਹੀ ਕਵਾਂਟਿਟੇਟਿਵ ਯਾਨੀ ਕਿ ਗ੍ਰੋਥ ਤਾਂ ਇਹਦੇ ਚ ਆਈਗੀ ਹੁਣ ਬੱਚਾ ਉਮਰ ਨਾਲ ਵਧੂਗਾ ਤਾਂ ਹੈ ਹੀ ਦੂਜਾ ਇਹਦੇ ਚ ਜਿਹੜੀ ਮੇਨ ਚੀਜ਼ ਹੈ ਉਹ ਹੈ ਕੁਆਲੀਟੇਟਿਵ ਕੁਆਲੀਟੇਟਿਵ ਮਤਲਬ ਉਹਦੇ ਚ ਜਿਹੜੀ ਹੈ ਜਿਹੜੀ ਮੈਂਟਲ ਸਟੇਬਿਲਟੀ ਆਉਣੀ ਚਾਹੀਦੀ ਹੈ ਮੈਂਟਲ ਸਟੇਬਿਲਟੀ ਮਤਲਬ ਆਪਾਂ ਪਿਕਚਰਾਈ ਜਿਹੜੀਆਂ ਪਿਕਚਰਜ਼ ਹੈ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਸੋਸ਼ੀਓ ਕਲਚਰਲ ਉਹਨੂੰ ਸਮਝ ਆਉਂਦਾ ਸਮਾਜ ਚ ਕਿਵੇਂ ਵਿਚਰੀਦਾ ਹੈ ਸਮਾਜ ਦੇ ਲੋਕਾਂ ਨੂੰ ਕਿਵੇਂ ਡੀਲ ਕਰੀਦਾ ਹੈ ਬਿਹੇਵੀਅਰਲ ਡਿਵੈਲਪਮੈਂਟ ਯਾਨੀ ਕਿ ਆਪ ਦੇ ਬਿਹੇਵੀਅਰ ਨੂੰ ਕਿਵੇਂ ਕੰਟਰੋਲ ਕਰਨਾ ਹੈ ਯਾਨੀ ਕਿ ਜਦੋਂ ਅਸੀਂ ਫਰੈਂਡਸ ਨਾਲ ਖੇਡ ਰਹੇ ਹਾਂ ਉਦੋਂ ਸਾਡਾ ਬਿਹੇਵੀਅਰ ਕੁਝ ਹੋਰ ਹੁੰਦਾ ਹੈ ਜਦੋਂ ਅਸੀਂ ਸਕੂਲ 'ਚ ਹੁੰਨੇ ਹਾਂ ਉਦੋਂ ਸਾਡਾ ਬਿਹੇਵੀਅਰ ਕੁਝ ਹੋਰ ਹੁੰਦਾ ਹੈ ਜਦੋਂ ਅਸੀਂ ਘਰੇ ਹੁੰਨੇ ਹਾਂ ਉਦੋਂ ਬਿਹੇਵੀਅਰ ਕੁਝ ਹੋਰ ਹੁੰਦਾ ਹੈ ਜਦੋਂ ਅਸੀਂ ਰਿਸ਼ਤੇਦਾਰਾਂ ਕਰੇ ਜਾਂਦੇ ਹਾਂ ਉਦੋਂ ਬਿਹੇਵੀਅਰ ਕੁਝ ਹੋਰ ਹੁੰਦਾ ਹੈ ਇਹ ਬਿਹੇਵੀਅਰਲ ਡਿਵੈਲਪਮੈਂਟ ਹੈ ਅਟੈਚਮੈਂਟ ਥਿਊਰੀ ਅਟੈਚਮੈਂਟ ਮੀਨਸ ਜਿਹੜੀਆਂ ਸਾਡੇ ਚੀਜ਼ਾਂ ਨਾਲ ਲਗਾਅ ਹੁੰ ਪਹਿਣ ਪ੍ਰਾਣਾ ਸਾਡਾ ਲਗਾਵ ਦੋਸਤਾਂ ਦਾ ਸਾਡਾ ਲਗਾਵ ਇਹ ਲਗਾਵ ਚ ਫਰਕ ਹੁੰਦਾ ਹਰ ਚ ਠੀਕ ਹੈ ਹਰ ਪਰਸਨ ਜਦੋਂ ਅਸੀਂ ਆਡੇ ਡੀਲ ਕਰਦੇ ਆ ਸਾਡਾ ਚੀਜ਼ਾਂ ਨਾਲ ਵੀ ਲਗਾਵ ਹੋ ਸਕਦਾ ਹੈ ਮਟੀਰੀਅਲਿਸਟਿਕ ਚੀਜ਼ਾਂ ਨਾਲ ਵੀ ਸਾਡਾ ਲਗਾਵ ਹੁੰਦਾ ਹੈ ਹਾਂ ਉਹ ਆਪਾਂ ਡਿਫਰੈਂਸ ਕਰਾਂਗੇ ਗ੍ਰੋਥ ਇੱਕ ਸਮੇਂ ਤੇ ਆ ਕੇ ਰੁਕ ਜਾਂਦੀ ਹੈ ਬਟ ਜਿਹੜੀ ਸਾਡੀ ਡਿਵੈਲਪਮੈਂਟ ਉਹ ساری ਉਮਰ ਚੱਲਦੀ ਉਹ ਤੋਂ ਬਾਅਦ ਗੱਲ ਕਰਦੇ ਆ ਸਾਈਕੋਸੈਕਸ਼ੂਅਲ ਡਿਵੈਲਪਮੈਂਟ ਜਿਹੜੇ ਸਾਡੇ ਹਾਰਮੋਨਲ ਚੇਂजेस ਆਉਂਦੇ ਨੇ ਹਾਰਮੋਨਲ ਚੇਂजेस ਆਉਂਦੇ ਨੇ ਜਦੋਂ ਬੱਚਾ ਹੁੰਦਾ ਉਦੋਂ ਕੁਝ ਹੋਰ ਹੁੰਦਾ ਹੌਲੀ ਹੌਲੀ ਹਾਰਮੋਨਲ ਚੇਂजेस ਜਿਹੜੇ ਆ ਉਹ ਆਉਂਦੇ ਰਹਿੰਦੇ ਬਾਡੀ ਚ ਬਾਡੀ ਮੈਚੂਰ ਹੁੰਦੀ ਹੈ ਠੀਕ ਹੈ ਹਾਰਮੋਨਿਕਲੀ ਬਾਡੀ ਮੈਚੂਰ ਹੁੰਦੀ ਹੈ ਕਿਉਂਕਿ ਬਾਡੀ ਜਿਹੜੀ ਆ ਉਹ ਕਾਂ ਆਪਾਂ ਜਦੋਂ ਐਡੋਲਸੈਂਸ ਤੋਂ ਬਾਅਦ ਅਡਲਟ ਹੁੱਡ ਚ ਆਉਂਦੇ ਆ ਤਾਂ ਉਦੋਂ ਤੱਕ ਜਿਹੜੇ ਹਾਰਮੋਨਸ ਦਾ ਉਹ ਮੈਚੂਰ ਹੋਣੇ ਜ਼ਰੂਰੀ ਨੇ ਕਿਉਂਕਿ ਨਹੀਂ ਤਾਂ ਉਹਦੀ ਅੱਗੇ ਵਾਲੀ ਜ਼ਿੰਦਗੀ ਜਿਹੜੀ ਉਹ ਡਿਸਟਰਬ ਹੋ ਸਕਦੀ ਹੈ ਠੀਕ ਹੈ ਦੈਨ ਸੋਸ਼ਲ ਲਰਨਿੰਗ ਥਿਊਰੀ ਸਮਾਜ ਕਿਵੇਂ ਵਿਚਰਨਾ ਜਿੰਨਾ ਅਸੀਂ ਸਮਾਜ ਚ ਵਿਚਰਦੇ ਆ ਅਸੀਂ ਉਨਾ ਜ਼ਿਆਦਾ ਸਿੱਖਦੇ ਆ ਇੱਕ ਗਰੀਬ ਮਤਲਬ ਜਿਹੜੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਬੜਾ ਛੇਤੀ ਪਤਾ ਲੱਗ ਜਾਂਦਾ ਪੈਸੇ ਦੀ ਅਹਿਮੀਅਤ ਕੀ ਹੈ ਪਤਾ ਲੱਗ ਜਾਂਦਾ ਨਾ ਇਹ ਉਹਨਾਂ ਦੀ ਕੀ ਹੈ ਸੋਸ਼ਲ ਲਰਨਿੰਗ ਥਿਊਰੀ ਉਹ ਸਮਾਜ ਚ ਵਿਚਰੇ ਉਹਨਾਂ ਨੂੰ ਪਤਾ ਲੱਗਿਆ ਪੈਸਾ ਹੀ ਸਭ ਕੁਝ ਹੈ ਇੱਕ ਮੱਧ ਵਰਗ ਦੇ ਜਵਾਕ ਹੈ ਉਹ ਜਦੋਂ ਤੱਕ 22 23 ਸਾਲਾਂ ਦੇ ਹੁੰਦੇ ਉਹਨਾਂ ਨੂੰ ਵੀ ਸਮਝ ਆ ਜਾਂਦਾ ਪੈਸਾ ਬੜਾ ਜ਼ਰੂਰੀ ਤਾਂ ਉਹ ਫਿਰ ਨੌਕਰੀ ਲਈ ਕੋਸ਼ਿਸ਼ ਕਰਦੇ ਜਿਹੜੇ ਤਕੜੇ ਘਰਾਂ ਦੇ ਜਵਾਬ ਹੁੰਦੇ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ساری ਉਮਰ ਹੀ ਨਹੀਂ ਪਤਾ ਲੱਗਦਾ ਵੀ ਪੈਸੇ ਦੀ ਐਮੇਤ ਕੀ ਹੈ ਤਾਂ ਇਹ ਸਾਡੀ ਕੀ ਹੈ ਸੋਸ਼ਲ ਲਰਨਿੰਗ ਹੈ ਠੀਕ ਹੈ ਸੋਸ਼ਲ ਲਰਨਿੰਗ ਠੀਕ ਹੈ ਤਾਂ ਇਹ ਸਾਰੀਆਂ ਇੱਕ ਇਹਦੇ ਵਿੱਚ ਕੀ ਆ ਜਾਊਗਾ ਇਮੋਸ਼ਨਲ ਡਿਵੈਲਪਮੈਂਟ ਇਮੋਸ਼ਨਲ ਯਾਨੀ ਕਿ ਜਦੋਂ ਜਦੋਂ ਬੱਚਾ ਛੋਟਾ ਹੁੰਦਾ ਉਹ ਹਰ ਗੱਲ ਤੇ ਰੋ ਪੈਂਦਾ ਕਿਸੇ ਗੱਲ ਤੋਂ ਉਹਨੂੰ ਡਰਾਤਾ ਉਹ ਉਹਨੇ ਦਿਮਾਗ 'ਚ ਫਿੱਟ ਕਰ ਲੈਣੀ ਉਹਦੇ ਤੋਂ ਡਰਨ ਲੱਗ ਜਾਂਦਾ ਹੈ ਪਰ ਜਿਵੇਂ ਜਿਵੇਂ ਉਹ ਮੈਚੁਰ ਹੁੰਦਾ ਆਪਦੇ ਇਮੋਸ਼ਨਸ ਤੇ ਕੰਟਰੋਲ ਕਰਨਾ ਸਟਾਰਟ ਕਰ ਦਿੰਦਾ ਹੈ ਜ਼ਰੂਰੀ ਨਹੀਂ ਫਿਰ ਉਹ ਹਰ ਗੱਲ ਤੇ ਰੋਵੇ ਠੀਕ ਹੈ ਪਹਿਲਾਂ ਉਹ ਬਹੁਤ ਜ਼ਿਆਦਾ ਜਿੱਦ ਕਰਦਾ ਹੁੰਦਾ ਹੈ ਹੌਲੀ ਹੌਲੀ ਕੀ ਉਹ ਆਪਦੀ ਜਿੱਦ ਨੂੰ ਕੰਟਰੋਲ ਕਰ ਲੈਂਦਾ ਹੈ ਰੀਜ਼ਨ ਕੀ ਹੈ ਕਿ ਉਹ ਇਮੋਸ਼ਨਲੀ ਕੀ ਹੋ ਰਿਹਾ ਸਟੇਬਲ ਹੋ ਰਿਹਾ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਦਾ ਕੁਆਲੀਟੇਟਿਵ ਯਾਨੀ ਕਿ ਉਹਦਾ ਜਿਹੜਾ ਵਿਕਾਸ ਹੈ ਮੈਂਟਲ ਵਿਕਾਸ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਜਿਹੜੀ ਗ੍ਰੋਥ ਹੁੰਦੀ ਹੈ ਉਹ ਕਿਸੇ ਉਮਰ ਤੇ ਆ ਕੇ ਰੁਕ ਜਾਂਦੀ ਤੁਹਾਨੂੰ ਪਤਾ ਜਿਹੜੀ ਬੰਦੇ ਦੀ ਹਾਈਟ ਆ ਕਿਸੇ ਉਮਰ ਤੇ ਆ ਕੇ ਰੁਕ ਜਾਂਦੀ ਹੈ ਵੇਖਿਆ ਕਦੇ ਸਾਰੀ ਉਮਰ ਬੰਦੇ ਦੀ ਹਾਈਟ ਵੱਧਦੀ ਜਾਵੇ ਨਹੀਂ ਕਿਸੇ ਪੜਾਵ ਤੇ ਆ ਕੇ ਰੁਕ ਜਾਂਦੀ ਹੈ ਬਟ ਜਿਹੜੀ ਡਿਵੈਲਪਮੈਂਟ ਹੈ ਇਹ ਮਰਨ ਤੱਕ ਚੱਲਦੀ ਰਹੂਗੀ ਉਹ ਦੌਰ ਕਿਹੜੇ-ਕਿਹੜੇ ਆਉਣਗੇ ਉਹ ਆਪਾਂ ਵੇਖਾਂਗੇ ਅੱਗੇ ਠੀਕ ਹੈ ਜੀ ਡਿਵੈਲਪਮੈਂਟ 'ਚ ਕੋਈ ਡਾਊਟ ਬਚੇ ਨਹੀਂ ਬੱਚੇ ਗਰੋਥ ਆਲ ਟਾਈਮ ਨਹੀਂ ਚੱਲਦੀ ਗਰੋਥ ਸਿਰਫ ਕਿਸੇ ਸਰਟਨ ਏਜ ਤੇ ਚੱਲਦੀ ਉਸ ਤੋਂ ਬਾਅਦ ਸਟੈਂਡ ਸਟਿਲ ਹੋ ਜਾਂਦੀ ਹੈ ਜਾਂ ਇਹਦੀ ਰਫ਼ਤਾਰ ਬਹੁਤ ਘਟ ਜਾਂਦੀ ਹੈ ਹਾਂ ਵਾਈਟ ਰੈੱਡ ਐਕਸਪੈਰੀਮੈਂਟ ਹਾਂ ਇਹ ਐਕਸਪੈਰੀਮੈਂਟਸ ਤਾਂ ਆਪਾਂ ਇਹੀ ਚੈੱਕ ਕਰਨ ਲਈ ਕੀਤੇ ਗਏ ਨਾ ਸਾਰੇ ਠੀਕ ਹੈ ਚਲੋ ਮੂਵਿੰਗ ਟੂ ਮੋਸਟ ਇੰਪੋਰਟੈਂਟ ਟਰਮ ਮੈਚਿਓਰੇਸ਼ਨ ਵਾਲਾ ਵਾਧਦੇ ਮੈਚਿਓਰੇਸ਼ਨ ਕੀ ਹੁੰਦੀ ਹੈ ਮੈਚਿਊਰੇਸ਼ਨ ਦੱਸੋ ਮੈਚਿਊਰੇਸ਼ਨ ਕੀ ਹੁੰਦੀ ਹੈ ਕੌਣ ਦੱਸੂਗਾ ਹਾਂਜੀ ਕੈਸ਼ ਕਰੋ ਜੀ ਸਾਰਿਆਂ ਨੇ ਪੜ੍ਹੀ ਹੋਈ ਐ ਥੋੜਾ ਜਿਹਾ ਆਈਡੀਆ ਦਿਓ ਮੈਨੂੰ ਕੀ ਹੁੰਦੀ ਹੈ ਮੈਚਿਓਰੇਸ਼ਨ ਪਰਪਕਤਾ ਓਹੋ ਮੈਂ ਤਾਂ मीनिंग ਪੁੱਛਿਆ ਸੀ ਪਰਪਕਤਾ ਮੈਨੂੰ ਤਾਂ ਇੱਕ ਸ਼ਾਰਟ ਚ ਦੱਸ ਦਿਓ ਵਾਟ ਡੂ ਯੂ ਮੀਨ ਬਾਈ ਮੈਚੂਰੇਸ਼ਨ ਚਲ ਮੈਚੂਰੇਸ਼ਨ ਨਾਲ ਮੈਂ ਲੇਮਨ ਲੈਂਗੁਏਜ ਗੱਲ ਕਰਾਂ ਕਿ ਜਦੋਂ ਮੈਂ ਜ਼ਿੰਦਗੀ ਨੂੰ ਹਰ ਜ਼ਿੰਦਗੀ ਦੀ ਹਰ ਸਿਚੁਏਸ਼ਨ ਨਾਲ ਆਪਦੇ ਆਪ ਨੂੰ ਡੀਲ ਕਰਨ ਦੇ ਕਾਬਿਲ ਹੋ ਜਾ। ਲੇਮਨ ਲੈਂਗੁਏਜ ਦੱਸਣ ਲੱਗਿਆ ਤੁਹਾਨੂੰ। ਬੈਚੋਰੇਸ਼ਨ ਮਤਲਬ ਜ਼ਿੰਦਗੀ ਦੀਆਂ ਹਰ ਸਿਚੁਏਸ਼ਨਸ ਨੂੰ ਜਿਹੜਾ ਮੈਂ ਕੰਫਰਟੇਬਲੀ ਡੀਲ ਕਰਨ ਦੇ ਕਾਬਿਲ ਹੋ ਗਿਆ। ਤਾਂ ਸਮਝ ਲਿਓ ਮੈਂ ਕੀ ਹੋ ਗਿਆ। ਮੈਚੂ ਉਹ ਕਹਿੰਦੇ ਨਹੀਂ ਵਿਆਹ ਵੇਲੇ ਅਖੇ ਆ ਮੁੰਡਾ ਕੁੜੀ ਇਹ ਮੈਚੂਰ ਨਹੀਂ ਹੈਗੇ ਜਾਂ ਕਹਿੰਦੇ ਬਹੁਤ ਜ਼ਿਆਦਾ ਮੈਚੂਰ ਹੈ ਤੁਸੀਂ ਸੁਣਿਆ ਹੋਣਾ ਇਹ ਗੱਲਾਂ ਬਹੁਤ ਜ਼ਿਆਦਾ ਮੈਚੂਰ ਨੂੰ ਅਸੀਂ ਹੈਰਿਡਿਟੀ ਤਾਂ ਬੱਚੇ ਉਹਦਾ ਕਰੈਕਟਰ ਹੈ ਠੀਕ ਹੈ ਆਪਾਂ ਕਰਦੇ ਹਾਂ ਉਹਦੇ ਤੇ ਵੀ ਗੱਲ ਹੁੰਦਾ ਕਿ ਅਸੀਂ ਕਹਿ ਦਿੰਦੇ ਹਾਂ ਕਿ ਕਿਸੇ ਨੂੰ ਅਸੀਂ ਕਹਿ ਦਿੰਦੇ ਜਿਆਦਾ ਮੈਚੂਰ ਹੈ ਯਾਨੀ ਕਿ ਇੰਨੀ ਉਹਦੀ ਏਜ ਨਹੀਂ ਹੈਗੀ ਜਿੰਨੇ ਉਹ ਸਿਆਣੀਆਂ ਗੱਲਾਂ ਕਰੀ ਜਾਂਦਾ ਤੇ ਕਿਸੇ ਨੂੰ ਆਪਾਂ ਕਹਿ ਦਿੰਦੇ ਆ ਇੰਨੀ ਵੱਡੀ ਉਮਰ ਹੋ ਗਈ ਹਜੇ ਵੀ ਸਿਆਣੀਆਂ ਗੱਲਾਂ ਨਹੀਂ ਕਰਦਾ ਯਾਨੀ ਕਿ ਉਹਦੇ ਚੋ ਮੈਚਿਓਰਿਟੀ ਲੈਵਲ ਨਹੀਂ ਆਇਆ ਤਾਂ ਮੈਚਿਓਰਿਟੀ ਲੈਵਲ ਮੀਨਸ ਕੀ ਹੁੰਦਾ ਕਿ ਜਦੋਂ ਅਸੀਂ ਸਿਚੁਏਸ਼ਨਸ ਨੂੰ ਕੰਫਰਟੇਬਲੀ ਡੀਲ ਕਰਨ ਲੱਗ ਜਾਂਦੇ ਆ ਇਹਦੇ ਚ ਨਾ ਬਹੁਤ ਵੱਡਾ ਰੋਲ ਸਾਡੀ ਹੈਰਿਡਿਟੀ ਦਾ ਹੁੰਦਾ ਇਹਦੇ ਚ ਜਿਹੜਾ ਮੇਜਰ ਰੋਲ ਹੈ ਉਹ ਸਾਡੀ ਹੈਰਿਡਿਟੀ ਦਾ ਸਾਡੇ ਜੀਨਸ ਦਾ ਬੜਾ ਹੁੰਦਾ ਹੁਣ ਤੁਸੀਂ ਕਹੋਗੇ ਜੀਨਸ ਦਾ ਕਿਵੇਂ ਰੋਲ ਹੈ ਫਾਰ ਐਗਜ਼ਾਮਪਲ ਇੱਕ ਬੱਚੇ ਦੇ ਮਦਰ ਫਾਦਰ ਹਾਈਲੀ ਪ੍ਰੋਫੈਸ਼ਨਲ ਜੌਬ ਤੇ ਲੱਗੇ ਨੇ ਠੀਕ ਹੈ بڑا ਉਹਨਾਂ ਦਾ ਸੋਫਿਸਟੀਕੇਟਿਡ ਲਾਈਫਸਟਾਈਲ ਹੈ ਤਾਂ ਜਿਹੜਾ ਉਹਨਾਂ ਦੇ ਪੇਰੈਂਟਸ ਦੇ ਜੀਨਸ ਬੱਚੇ ਚ ਆਉਣਗੇ ਜਦੋਂ ਬੱਚੇ 'ਚ ਉਹ ਜੀਨਸ ਆਉਣਗੇ ਤਾਂ ਉਹਨਾਂ ਜੀਨਸ ਦਾ ਉਹਦੀ ਮੈਚਿਓਰੇਸ਼ਨ ਤੇ ਪ੍ਰਭਾਵ ਬੜਾ ਪੈਂਦਾ ਹੈ ਯਾਨੀ ਕਿ ਉਹ ਬੜਾ ਕੰਫਰਟੇਬਲੀ ਬੜਾ ਛੇਤੀ ਮੈਚੁਰ ਹੋਊਗਾ ਇਹਦਾ ਮਤਲਬ ਇਹ ਨਹੀਂ ਕਿ ਬਹੁਤ ਓਵਰ ਮੈਚੁਰ ਹੋ ਜਾਊਗਾ ਕੰਫਰਟੇਬਲੀ ਯਾਨੀ ਕਿ ਜਿਸ ਏਜ ਤੇ ਉਹਨੂੰ ਮੈਚੁਰ ਹੋਣਾ ਚਾਹੀਦਾ ਉਸ ਏਜ ਤੇ ਉਹ ਮੈਚੁਰ ਜ਼ਰੂਰ ਹੋਊਗਾ ਦੂਜਾ ਘਰੇ ਮਾਹੌਲ ਹੀ ਐਸਾ ਕਿਸੇ ਵੀ ਗੱਲ ਨੂੰ ਸੀਰੀਅਸ ਹੀ ਨਹੀਂ ਲੈਂਦੇ ਉਹ ਠੀਕ ਹੈ ਮਾਹੌਲ ਐਸਾ ਜੀ ਉਹ ਸੀਰੀਅਸ ਨਹੀਂ ਲੈਂਦੇ ਜਦੋਂ ਉਹਨਾਂ ਦਾ ਨਿਊ ਬੌਰਨ ਬੌਰਨ ਹੋਊਗਾ ਮਦਰ ਫਾਦਰ ਦੋਨੋਂ ਹੀ ਮਤਲਬ ਸਿਚੁਏਸ਼ਨਸ ਨੂੰ ਸੀਰੀਅਸਲੀ ਨਹੀਂ ਲੈਂਦੇ ਸੀ ਤਾਂ ਉਹਨਾਂ ਦੇ ਜੀਨਸ ਦਾ ਇੰਪੈਕਟ ਬੱਚੇ ਤੇ ਵੀ ਜ਼ਰੂਰ ਪਊਗਾ ਠੀਕ ਹੈ ਉਹਦਾ ਇੰਪੈਕਟ ਬੱਚੇ ਦੀ ਡਿਵੈਲਪਮੈਂਟ ਤੇ ਜ਼ਰੂਰ ਪਊਗਾ ਹੁਣ ਦੇਖੋ ਫਾਰ ਐਗਜ਼ਾਮਪਲ ਆ ਮਦਰ ਇੱਕ ਸਪੋਰਟਸ ਪਰਸਨ ਹੈ ਸਪੋਰਟਸ ਪਰਸਨ ਦੇ ਜੀਨਸ ਜਿਹੜੇ ਉਹ ਬੱਚੇ ਚ ਜਰੂਰ ਇਨਸਰਟ ਹੋਣਗੇ ਮਦਰ ਫਾਦਰ ਦੋਨੋਂ ਸਪੋਰਟਸ ਪਰਸਨ ਹੈ ਠੀਕ ਹੈ ਉਹ ਸਪੋਰਟਸ ਵਾਲਾ ਔਰਾ ਹਮੇਸ਼ਾ ਕਰੇ ਰਹੂਗਾ ਤਾਂ ਉਹ ਬੱਚੇ ਦੇ ਜਿਹੜਾ ਲਾਈਫ ਸਟਾਈਲ ਹੈ ਪਹਿਲਾਂ ਤਾਂ ਜੀਨਸ ਦੇ ਥਰੂ ਉਹਦੇ ਚ ਉਹ ਸਪੋਰਟਸ ਵਾਲੀ ਫੀਲਿੰਗ ਆ ਗਈ ਥੈਨ ਜਦੋਂ ਉਹ ਕਰੇ ਰਹੂਗਾ ਉਹ ਹਮੇਸ਼ਾ ਔਰਾ ਜਿਹੜਾ ਹੈ ਉਹ ਸਪੋਰਟਸ ਪਰਸਨਸ ਵਾਲਾ ਰਹੂਗਾ ਤਾਂ ਉਹ ਉਹਦੀ ਮੈਚਿਓਰੇਸ਼ਨ ਉਹਦੀ ਡਿਵੈਲਪਮੈਂਟ ਤੇ ਜਰੂਰ ਇੰਪੈਕਟ ਪਾਊਗਾ ਠੀਕ ਹੈ ਥੋੜੀ ਜੀ ਸੋਫਿਸਟੀਕੇਟਿਡ ਟਰਮ ਹੈ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਤਾਂ ਮੈਨੂੰ ਦੱਸੋ ਗੱਲ ਸਮਝ ਆਈ ਵਾਟ ਡੂ ਯੂ ਮੀਨ ਬਾਈ ਮੈਚਿਓਰੇਸ਼ਨ ਕਿ ਇੱਕ ਐਗਜ਼ਾਮਪਲ ਹੋਰ ਲਵਾਂ ਹਾਂਜੀ ਡੈਫੀਨੇਟਲੀ ਹੈਰਿਡਿਟੀ ਤੇ এনवायरमेंट ਦੋਨੋਂ ਇਫੈਕਟ ਕਰਨਗੇ ਮੈਚਿਉਰੇਸ਼ਨ ਨੂੰ ਜਿਹੜੀ ਹੈਰਿਡਿਟੀ ਹੈ ਐਂਡ এনवायरमेंट এনवायरमेंट ਦਾ ਤਾਂ ਬਹੁਤ ਵੱਡਾ ਰੋਲ ਹੈ ਬੱਚੇ ਨੂੰ ਸਿਸਟਮੈਟਿਕਲੀ ਡਿਵੈਲਪ ਕਰਾਉਣ ਚ এনवायरमेंट ਦਾ ਬਹੁਤ ਵੱਡਾ ਰੋਲ ਹੈ ਫੋਰ ਐਗਜ਼ਾਮਪਲ ਇੱਕ ਬੱਚਾ ਸੀਗਾ ਉਹ ਬੜੇ ਹੀ ਵਧੀਆ ਮਾਹੌਲ 'ਚ ਜਨਮ ਹੋਇਆ ਉਹਦਾ ਪਰ ਹੋਇਆ ਕਿ ਬਾਅਦ 'ਚ ਉਹਦੇ ਪੇਰੈਂਟਸ ਦੀ ਕਿਸੇ ਕਾਰਨ ਵਸ਼ ਉਹ ਐਕਸਪਾਇਰ ਹੋ ਗਏ ਉਹਨੂੰ ਪਾਲਿਆ ਕੀ ਉਹ ਇੱਧਰ ਉੱਧਰ ਰਿਸ਼ਤੇਦਾਰਾਂ ਨੇ ਉਹਨੂੰ ਪਾਲਿਆ ਨਾ ਵਿਚਾਰੇ ਨੂੰ ਉਹਨੂੰ ਚੰਗਾ ਮਾਹੌਲ ਦਿੱਤਾ ਉਹ ਜਦੋਂ ਮਾਹੌਲ ਹੀ ਉਹਨੂੰ ਚੰਗਾ ਨਹੀਂ ਦਿੱਤਾ ਤਾਂ ਉਹਦੀ ਜਿਹੜੀ ਹੈ ਡਿਵੈਲਪਮੈਂਟ ਹੈ ਉਹ ਬੜੀ ਡਿਸਆਰਡਰਡ ਰਹੂਗੀ ਹੈਪ ਹੈਜ਼ਰਡ ਰਹੂਗੀ ਤਾਂ ਉਹਦਾ ਵਿਕਾਸ ਜਿਹੜਾ ਹੈ ਉਹ ਸੀ ਜੋ ਸੋਚਿਆ ਸੀ ਉਹਦਾ ਨਹੀਂ ਹੋਊਗਾ ਠੀਕ ਹੈ ਰੀਜ਼ਨ ਕੀ ਹੈ ਉਹਦੇ ਤੇ ਜਿਹੜਾ ਇੰਪੈਕਟ ਸੀਗਾ ਹੈਰਿਟ ਐਨਵਾਇਰਨਮੈਂਟ ਦਾ ਉਹ ਕੀ ਪਊਗਾ 네ਗੇਟਿਵ ਪਊਗਾ ਚਲ ਅੱਗੇ ਚੱਲਦੇ ਆਂ ਕਹਿੰਦੇ ਆਹ ਦੇਖੋ ਆਪਾਂ ਹੁਣੇ ਹੀ ਚਰਚਾ ਕਰਕੇ ਅੱਡੇਂ ਡਿਵੈਲਪਮੈਂਟ ਦਾ ਹਿੱਸਾ ਨਹੀਂ ਦੋਨੋਂ ਡਿਵੈਲਪਮੈਂਟ ਚ ਗਰੋਥ ਵੀ ਆ ਜਾਂਦੀ ਹੈ ਡਿਵੈਲਪਮੈਂਟ ਚ ਮੈਚਿਓਰੇਸ਼ਨ ਵੀ ਆ ਜਾਂਦੀ ਹੈ ਕਿਉਂਕਿ ਗਰੋਥ ਸਿਰਫ ਲੈਂਗਥ ਕਿਦੇ ਨਾਲ ਸੀਗੇ ਫਿਜ਼ੀਕਲ ਚੇਂਜਸ ਨਾਲ ਬਟ ਮੈਚਿਓਰੇਸ਼ਨ ਚ ਸਾਰਾ ਕੁਝ ਆ ਗਿਆ ਮੈਚਿਉਰੇਸ਼ਨ ਚੋਂ ਦੀ ਹੈਰਿਡਿਟੀ ਆ ਗਈ ਯਾਨੀ ਕਿ ਮਾਪਿਆਂ ਤੋਂ ਮਿਲੇ ਜੀਨਸ ਮੈਚਿਉਰੇਸ਼ਨ ਚੋਂ ਦਾ ਕੀ ਆ ਗਿਆ এনवायरमेंट ਵੀ ਆ ਗਿਆ ਯਾਨੀ ਕਿ ਕਿਸ ਤਰ੍ਹਾਂ ਉਹ ਸਮਾਜ ਚ ਵਿਚਰਦਾ ਜਾਂ ਕੈਸੇ ਮਾਹੌਲ ਚ ਉਹ ਪੈਦਾ ਹੋਇਆ ਤੇ ਇਹ ਦੋ ਚੀਜ਼ਾਂ ਦਾ ਬੜਾ ਵੱਡਾ ਰੋਲ ਹੈ ਕਿਦੇ ਚ ਡਿਵੈਲਪਮੈਂਟ ਚ ਠੀਕ ਹੈ ਜੇ ਆ ਫੋਟੋ ਤੁਹਾਨੂੰ ਸਮਝ ਆ ਗਈ ਨਾ ਇਟ ਮੀਨਸ ਤੁਸੀਂ ਆ টারਮਸ ਜਿੰਨਾ ਆਪਾਂ ਹੁਣ ਪੜੇ ਇੱਥੋਂ ਤੱਕ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਊਗੀ ਦੱਸੋ ਮੈਨੂੰ ਸਾਰੇ ਜਣੇ ਰਿਪਲਾਈ ਕਰਨਗੇ ਇੱਥੋਂ ਤੱਕ ਗੱਲ ਕਲੀਅਰ ਹੈ ਕਿ ਨਹੀਂ ਹਾਂਜੀ ਜਸਪ੍ਰੀਤ ਦਲਵੀਰ ਐਂਡ ਰੇਨੂਕਾ ਅਦਰ ਰਾਜੀਵ ਸਾਖਸ਼ੀ ਕਮਲਜੀਤ ਓਕੇ ਵੈਰੀ ਗੁੱਡ ਵੈਰੀ ਗੁੱਡ ਮਨਪ੍ਰੀਤ ਵੈਰੀ ਗੁੱਡ ਬੱਚੇ ਸਮਝ ਆਇਆ ਠੀਕ ਹੈ ਬੜੇ ਆਰਾਮ ਨਾਲ ਚੱਲਣ ਦਾ ਰੀਜ਼ਨ ਇਹ ਹੈ ਕਿ ਆਪਾਂ ਨੇ ਕੋਲੇ ਸਫੀਸ਼ੀਐਂਟ ਟਾਈਮ ਹੈ ਆਪਾਂ ਉਦੋਂ ਤੱਕ ਬੜਾ ਕੰਫਰਟੇਬਲੀ ਸਾਰੀਆਂ ਚੀਜ਼ਾਂ ਨੂੰ ਐਨਲਾਈਜ਼ ਕਰ ਲਾਂਗੇ ਸਮਝ ਲਾਂਗੇ ਫਿਰ ਆਪਾਂ ਜਦੋਂ ਤੱਕ ਆਪਣਾ ਪੇਪਰ ਆਊਗਾ ਉਦੋਂ ਤੱਕ ਆਪਾਂ ਸਿਰਫ ਸਵਾਲ ਕਰਾਂਗੇ ਠੀਕ ਹੈ ਚਲ ਕਹਿੰਦੇ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ ਕੀ ਹੈ ਗਰੋਥ ਸਿਰਫ ਕੀ ਦਿਖਾਉਂਦੀ ਹੈ ਕੁਆਲਿਟੇਟਿਵ ਚੇਂजेस ਕੁਆਂਟੀਟੇਟਿਵ ਜਿਹੜੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ ਇਹ ਕੀ ਦੇ ਨਾਮ ਡਿਵੈਲਪਮੈਂਟ ਕੀ ਹੈ ਕੁਆਲਿਟੇਟਿਵ ਵੀ ਹੈ ਕੁਆਂਟੀਟੇਟਿਵ ਵੀ ਹੈ ਬਟ ਜਿਆਦਾ ਐਮਫਸਾਈਜ਼ ਅਸੀਂ ਕਿਹਦੇ 'ਚ ਕਰਦੇ ਆਂ ਕੁਆਲਿਟੀ ਤੇ ਠੀਕ ਹੈ ਇਹਦਾ ਮਤਲਬ ਸਿਰਫ ਕਿਹਦੇ ਨਾਲ ਫਿਜ਼ੀਕਲ ਚੇਂजेस ਨਾਲ ਹੈ ਜਿਹੜਾ ਸਰੀਰਿਕ ਬਦਲਾਅ ਨਾਲ ਇਹਦਾ ਫਿਜ਼ੀਕਲ ਤਾਂ ਹੈ ਹੀ ਹੈ ਕਿਉਂਕਿ ਕੁਆਂਟੀਟੀ ਨਾਲ ਵੀ ਇਹ ਡੀਲ ਕਰਦੀ ਹੈ ਇਸ ਤੋਂ ਇਲਾਵਾ ਕੌਗਨੀਟਿਵ ਜਿਹੜਾ ਸਾਡਾ ਮਾਨਸਿਕ ਵਿਕਾਸ ਸਾਡਾ ਭਾਸ਼ਾ ਦਾ ਵਿਕਾਸ ਸਾਡਾ ਭਾਵਨਾਵਾਂ ਦਾ ਵਿਕਾਸ ਸਾਡਾ ਸਮਾਜਿਕ ਵਿਕਾਸ ਸਾਰੇ ਵਿਕਾਸ ਇਹਦੇ 'ਚ ਆ ਜਾਂਦੇ ਨੇ ਫਿਰ ਗਰੋਥ ਸਿਰਫ ਲਿਮਟਿਡ ਕਿਹਦੇ ਨਾਲ ਹੁੰਦੀ ਹੈ ਹਾਈਟ ਤੇ weight ਨਾਲ ਸਾਡਾ ਸਮੇਂ ਨਾਲ ਉਮਰ ਦਾ ਵਧਣਾ ਤੇ ਸਾਡੇ ਭਾਰ ਚ ਆਉਣ ਵਾਲੀ ਤਬਦੀਲੀ ਨੂੰ ਅਸੀਂ ਕੀ ਕਹਦੇ ਨੇ ਗ੍ਰੋਥ ਕਹਿੰਦੇ ਨੇ ਪਰ ਡਿਵੈਲਪਮੈਂਟ ਸਾਰੇ ਬਦਲਾਵਾਂ ਨੂੰ ਲੈ ਕੇ ਚੱਲਦੀ ਹੈ ਇਹਨੂੰ ਹੈ ਸਾਰੇ ਬਦਲਾਵਾਂ ਗ੍ਰੋਥ ਕਿਸੇ ਹੱਦ ਤੇ ਆ ਕੇ ਰੁਕ ਜਾਂਦੀ ਹੈ ਜਿਹੜਾ ਸਾਡਾ ਵਧਦਾ ਹੈ ਨਾ ਉਹ ਕਿਸੇ ਉਮਰ ਤੇ ਆ ਕੇ ਰੁਕ ਜਾਂਦਾ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਜਿਹੜੀ ਸਾਡੀ ਹਾਈਟ ਹੈ ਉਹ ਕਿਸੇ ਉਮਰ ਤੱਕ ਵਧਦੀ ਉਹ ਤੋਂ ਬਾਅਦ ਸਟੇਬਲ ਹੋ ਜਾਂਦੀ ਹੈ ਡਿਵੈਲਪਮੈਂਟ ਜਿਹੜੀ ਹੈ ਮਰਨ ਤੱਕ ਚੱਲੂਗੀ ਸੌ ਤੱਕ ਚੱਲੂਗੀ ਮਰਨ ਤੱਕ ਗ੍ਰੋਥ ਨੂੰ ਅਸੀਂ ਮੈਜ਼ਰ ਕਰ ਸਕਦੇ ਹਾਂ ਯਾਨੀ ਕਿ ਮਾਪ ਸਕਦੇ ਹਾਂ ਇੰਚੀ ਟੇਪ ਲਾਓ ਤੇ ਮਾਪ ਲਓ weight ਲਈ ਅਸੀਂ ਕੀ ਬਣੀ ਹੈ ਵੇਇੰਗ ਮਸ਼ੀਨਸ ਬਣੀ ਹੈ ਬਟ ਜਿਹੜੀ ਡਿਵੈਲਪਮੈਂਟ ਹੈ ਇਹਨੂੰ ਅਸੀਂ ਅਸੈਸ ਕਰ ਸਕਦੇ ਹਾਂ ਮਾਪ ਨਹੀਂ ਸਕਦੇ ਕੋਈ ਮੀਟਰ ਨਹੀਂ ਬਣਿਆ ਅਸੈਸ ਕਰ ਸਕਦੇ ਫਾਰ ਇਕਜ਼ੈਂਪਲ ਮੈਂ ਇੱਕ ਟੀਚਰ ਹਾਂ ਮੈਨੂੰ ਚਾਰ ਬੱਚੇ ਮੇਰੇ ਕੋਲੇ ਆਏ ਉਹ ਕਹਿੰਦੇ ਸਰ ਸਾਡੀ ਮੈਂਟਲ ਡਿਵੈਲਪਮੈਂਟ ਚੈੱਕ ਕਰੋ ਤਾਂ ਮੈਂ ਕੁਝ ਉਹਨਾਂ ਨੂੰ ਐਸੇ ਸਵਾਲ ਪੁੱਛੂੰਗਾ ਜਿਹਦੇ ਤੋਂ ਮੈਨੂੰ ਉਹਨਾਂ ਦੀ ਮੈਚਿਓਰਿਟੀ ਦਾ ਪਤਾ ਲੱਗੇ ਉਹਨਾਂ ਦੀ इमोशनल ਸਟੇਬਿਲਟੀ ਦਾ ਪਤਾ ਲੱਗੇ ਉਹਨਾਂ ਦੀ ਸੋਸ਼ਲ ਡਿਵੈਲਪਮੈਂਟ ਦਾ ਪਤਾ ਲੱਗੇ ਤਾਂ ਹਰ ਐਸਪੈਕਟ ਨੂੰ ਲੈ ਕੇ ਮੈਂ ਕੁਝ ਸਵਾਲ ਪੁੱਛੂੰਗਾ ਜਿਹਹ ਜਿਹੋ ਉਹਨਾਂ ਦੇ ਜਵਾਬ ਹੋਣਗੇ ਉਹਦੇ ਤੋਂ ਮੈਂ ਅੰਦਾਜ਼ਾ ਲਗਾ ਲੂੰਗਾ ਕਿ ਇਹਨਾਂ ਦੀ 멘ਟਲ ਸਿਚੁਏਸ਼ਨ ਇਹਨਾਂ ਦੀ ਡਿਵੈਲਪਮੈਂਟ ਕਿਹ ਹੈ ਜੀ ਤਾਂ ਇਹਨੂੰ ਕੀ ਹੈ ਮਾਪਿਆ ਨਹੀਂ ਜਾ ਸਕਦਾ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਇਹਨੂੰ ਅਸੈਸ ਕੀਤਾ ਜਾ ਸਕਦਾ ਇਹਨੂੰ ਐਨਾਲਾਈਜ਼ ਕੀਤਾ ਜਾ ਸਕਦਾ ਠੀਕ ਹੈ ਡਿਫਰੈਂਸ ਕਲੀਅਰ ਹੋਇਆ ਇਹ ਡਿਫਰੈਂਸ ਬਹੁਤ ਇੰਪੋਰਟੈਂਟ ਹੈ ਹਾਂਜੀ ਅਮਨ ਜੀ ਦੁਬਾਰਾ ਕਲਾਸ ਅੱਜ ਫਸਟ ਡੇ ਕਲਾਸ ਲਗਾ ਰਹੇ ਆ ਆਪਾਂ ਆਜਿਆ ਕਰੋ ਕਲਾਸ 'ਚ ਆਪਾਂ ਜਿਹੜਾ ਬੂਸਟਰ ਡੋਸ ਦੁਬਾਰਾ ਸਟਾਰਟ ਕਰ ਰਹੇ ਆ ਚਲਾਂ ਜੀ ਅੱਗੇ ਕੋਈ ਡਾਊਟ ਆ ਤਾਂ ਪੁੱਛੋ ਦੋਨਾਂ ਦੇ ਡਿਫਰੈਂਸ 'ਚ ਕੋਈ ਵੀ ਡਾਊਟ हां अंदाजा लगा सकदे हैं एक्चुअली की हुंदा बच्चे तूसी कहो मेनू 100% श्योर दसो 100% श्योर नहीं हुंदा मैं एनालाइज कर सकदा हूं हो सकदा है कोई मेरे तो भी ज्यादा एक्सपर्ट बैठा होवे ओदा एनालिसिस कुछ और हो सकदा है मेरा ते ओदा एनालिसिस 100% एक दूसरे ਨਾਲ ਮੈਚ ਕਰਨ ਇਹ ਕਦੇ ਨਹੀਂ ਹੋ ਸਕਦਾ ਹੋ ਸਕਦਾ ਉਹਨੇ ਕਿਸੇ ਹੋਰ ਵਿਊ ਪੁਆਇੰਟ ਨਾਲ ਜਜ ਕੀਤਾ ਹੋਵੇ ਜਾਂ ਉਹ ਜਿਆਦਾ ਐਨਾਲਿਟਿਕਲੀ ਬੰਦੇ ਨੂੰ ਜਜ ਕੀਤਾ ਹੋਵੇ ਤਾਂ ਹੋ ਸਕਦਾ ਐਨਾਲਿਸਿਸ 'ਚ ਥੋੜਾ ਬਹੁਤ ਡਿਫਰੈਂਸ ਹੋ ਸਕਦਾ ਉੱਪਰ-ਨੀਚੇ ਹੋ ਸਕਦਾ ਬਟ ਇਟਸ ਜਸਟ ਅਨਾਲਿਸਿਸ ਅਸੈਸ ਕਰਦੇ ਆਪਾਂ ਠੀਕ ਹੈ ਚਲ ਹੁਣ ਕਹਿੰਦੇ ਰਿਲੇਸ਼ਨ ਕੀ ਹੈ ਲਰਨਿੰਗ ਦਾ ਡਿਵੈਲਪਮੈਂਟ ਨਾਲ ਲਰਨਿੰਗ ਦਾ ਰਿਲੇਸ਼ਨ ਕੀ ਹੈ ਡਿਵੈਲਪਮੈਂਟ ਨਾਲ ਜਿਹੜਾ ਅਸੀਂ ਆ ਸਿੱਖ ਰਹੇ ਹਾਂ ਇਹਦਾ ਸਾਡੇ ਵਿਕਾਸ ਨਾਲ ਕੀ ਸਬੰਧ ਹੈ ਕਹਿੰਦੇ ਦੇਖੋ ਇੱਕ ਵਿਕਾਸ ਕਦੇ ਵੀ ਵਿਕਾਸ ਆਪਣੇ ਆਪ ਨਹੀਂ ਹੁੰਦਾ ਵਿਕਾਸ ਤਾਂ ਕਰਨਾ ਪੈਂਦਾ ਹੈ ਕੋਸ਼ਿਸ਼ ਕਰਨੀ ਪੈਂਦੀ ਹੈ ਉਹਦੇ ਲਈ ਤਜਰਬਾ ਲੈਣਾ ਪੈਂਦਾ ਹੈ ਦਾ ਕਹਿੰਦੇ ਲਰਨਿੰਗ ਇਜ਼ ਦਾ ਲਰਨਿੰਗ ਕੀ ਹੈ ਲਰਨਿੰਗ ਇਜ਼ ਅ ਪਾਰਟ ਆਫ ਡਿਵੈਲਪਮੈਂਟ ਠੀਕ ਹੈ ਜਿਹੜੀ ਆਉਂਦੀ ਕਿਵੇਂ ਹੈ ਦੋ ਚੀਜ਼ਾਂ ਨਾਲ ਐਫਰਟਸ ਨਾਲ ਪਲੱਸ ਪ੍ਰੈਕਟਿਸ ਨਾਲ ਜਿੰਨਾ ਚਿਰ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਸਿੱਖ ਨਹੀਂ ਸਕਦੇ ਇਹ ਤਾਂ ਗੱਲ ਪੱਕੀ ਐ ਹੁੰਦਾ ਕਿ ਜਦੋਂ ਬਚਪਨ ਚ ਬੱਚਾ ਛੋਟਾ ਹੁੰਦਾ ਉਹਨੂੰ ਸਾਈਕਲ ਚਲਾਉਣ ਦਾ ਬੜਾ ਚਾਹ ਹੁੰਦਾ ਰੀਜ਼ਨ ਕਿ ਉਹ ਪਹਿਲਾਂ ਆਪਣੇ ਦੋਸਤਾਂ ਨੂੰ ਵੇਖਦਾ ਹੈ ਕ੍ਰਿਓਸਿਟੀ ਡਿਵੈਲਪ ਹੁੰਦੀ ਹੈ ਉਹਦੇ ਚ ਇੱਕ ਸਪਾਰਕ ਆਉਂਦੀ ਹੈ ਕਿ ਮੈਂ ਸਿੱਖਣਾ ਹੈ ਉਹਦੇ ਲਈ ਉਹ ਕੀ ਕਰਦਾ ਐਫਰਟਸ ਕਰਦਾ ਐਫਰਟਸ ਕੀਤੇ ਕਿਸੇ ਨੂੰ ਕਿਹਾ ਯਾਰ ਮੈਨੂੰ ਸਿਖਾ ਦੇ ਜਾਂ ਆਪ ਹੀ ਪੰਗੇ ਪੰਗੇ ਲੈ ਕੇ ਵੇਖਿਆ ਉਹਨੇ ਕਈ ਵਾਰੀ ਡਿੱਗਿਆ ਇੱਕ ਵਾਰੀ ਚ ਕਦੇ ਨਹੀਂ ਸਿੱਖੂਗਾ ਕਈ ਵਾਰੀ ਡਿੱਗੂਗਾ ਵਾਰ-ਵਾਰ ਕੀ ਕਰੂਗਾ ਪ੍ਰੈਕਟਿਸ ਕਰੂਗਾ ਫਿਰ ਉਹ ਸਿੱਖ ਜੂਗਾ ਜਦੋਂ ਉਸ ਕਲਾ ਨੂੰ ਸਿੱਖ ਗਿਆ ਫਿਰ ਉਸ ਕਲਾ ਨੂੰ ਉਹਨੇ ਕੀ ਲੈਣਾ ਅਪਣਾ ਲੈਣਾ ਯਾਨੀ ਕਿ ਲਰਨਿੰਗ ਕੀ ਦਾ ਪਾਰਟ ਹੈ ਡਿਵੈਲਪਮੈਂਟ ਦਾ ਉਹਦਾ ਵਿਕਾਸ ਹੋ ਗਿਆ ਉਹਨੇ ਆਪ ਦੇ ਚ ਇੱਕ ਫੀਚਰ ਐਡ ਕਰ ਲਿਆ ਕਿ ਮੈਨੂੰ ਸਾਈਕਲ ਵੀ ਚਲਾਉਣਾ ਆਉਂਦਾ ਹੈ ਇਹ ਸਾਈਕਲ ਸਿੱਖਿਆ ਕਿਵੇਂ ਉਹਨੇ ਐਫਰਟਸ ਤੇ ਪ੍ਰੈਕਟਿਸ ਨਾਲ ਪਰ ਇਸ ਤੋਂ ਬਾਅਦ ਉਹ ਆਪ ਦੇ ਚ ਇੱਕ ਕੀ ਕਰ ਲੂਗਾ ਡਿਵੈਲਪ ਕਰ ਲੂਗਾ ਬਿਹੇਵੀਅਰ ਇਹ ਬਿਹੇਵੀਅਰ ਦਾ ਮਤਲਬ ਹੈ ਕਿ ਜਦੋਂ ਵੀ ਉਹ ਸਾਈਕਲ ਦੇਖੂਗਾ ਉਹਨੂੰ ਪਤਾ ਹੋਊਗਾ ਕਿ ਇਹ ਸਾਈਕਲ ਨੂੰ ਕਿਵੇਂ ਚਲਾਉਣਾ ਹੈ ਬਿਹੇਵੀਅਰ ਮਤਲਬ ਹੁੰਦਾ ਜਦੋਂ ਅਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹਾਂ ਉਹਦੇ ਚ ਕਿਹੋ ਜੀ ਪ੍ਰਤੀਕਿਰਿਆ ਜ਼ਾਹਿਰ ਕਰਨੀ ਚਾਹੀਦੀ ਹੈ ਉਹਨੂੰ ਕਹਿ ਦਿੰਦੇ ਆ ਬਿਹੇਵੀਅਰ ਪਰ ਇਹ ਬਿਹੇਵੀਅਰ ਕਦੋਂ ਆਊਗਾ ਜਦੋਂ ਮੈਂ ਉਸ ਚੀਜ਼ ਨੂੰ ਲਰਨ ਕਰੂੰਗਾ ਲਰਨਿੰਗ ਲਈ ਕੀ ਜ਼ਰੂਰੀ ਹੈ ਐਫਰਟਸ ਐਫਰਟਸ ਦੇ ਨਾਲ ਕੀ ਜ਼ਰੂਰੀ ਹੈ ਪ੍ਰੈਕਟਿਸ ਅੱਜ ਤੁਸੀਂ ਸੀਡੀਪੀ ਲਈ ਤਿਆਰੀ ਕਰ ਰਹੇ ਹੋ ਸਭ ਨਾਲ ਪਹਿਲਾਂ ਤੁਹਾਡਾ ਸੀਡੀਪੀ ਚ ਆਪਦੇ ਆਪ ਨੂੰ ਅੱਗੇ ਲੈ ਕੇ ਜਾਣ ਲਈ ਸੀਡੀਪੀ ਚ ਆਪਦਾ ਵਿਕਾਸ ਕਰਨ ਲਈ ਤੁਹਾਡੇ ਲਈ ਸਭ ਨਾਲ ਜ਼ਰੂਰੀ ਕੀ ਚੀਜ਼ ਹੈ ਜ਼ਰੂਰੀ ਚੀਜ਼ ਹੈ ਕਿ ਪਹਿਲਾਂ ਤੁਸੀਂ ਲਰਨ ਕਰੋ ਚੀਜ਼ਾਂ ਨੂੰ ਸਿੱਖੋ ਸਿੱਖਣ ਲਈ ਤੁਹਾਨੂੰ ਕੀ ਕਰਨੇ ਪੈਣੇ ਐਫਰਟਸ ਕਰਨੇ ਪੈਣੇ ਤੁਹਾਨੂੰ ਕੋਚਿੰਗ ਜੁਆਇਨ ਕਰਨੀ ਪੈਣੀ ਤੁਹਾਨੂੰ ਆਨਲਾਈਨ ਪਲੈਟਫਾਰਮ ਤੇ ਜਾਣਾ ਪੈਣਾ ਉੱਥੋਂ ਤੁਸੀਂ ਚੀਜ਼ਾਂ ਨੂੰ ਸਮਝੋਗੇ ਫਿਰ ਉਹਨਾਂ ਚੀਜ਼ਾਂ ਨੂੰ ਲੈ ਕੇ ਸਵਾਲਾਂ ਦੀ ਕੀ ਕਰੋਗੇ ਪ੍ਰੈਕਟਿਸ ਕਰੋਗੇ ਪ੍ਰੈਕਟਿਸ ਕਰਨ ਤੋਂ ਬਾਅਦ ਤੁਸੀਂ ਪੇਪਰ ਦਿਓਗੇ ਪੇਪਰ ਕਲੀਅਰ ਹੋ ਜਾਊਗਾ ਤਾਂ ਤੁਸੀਂ ਇੱਕ ਬਿਹੇਵੀਅਰ ਅਪਣਾ ਲੋਗੇ ਕਿ ਜੇ ਪੇਪਰ ਕਰੈਕ ਕਰਨਾ ਤਾਂ ਆ ਸਾਰੇ ਕੰਮ ਕਰਨੇ ਪੈਣੇ ਠੀਕ ਹੈ ਤਾਂ ਆ ਸਾਰੇ ਕੰਮ ਕਰਨੇ ਪੈਣੇ ਠੀਕ ਹੈ ਆ ਵੇਖੋ ਲਰਨਿੰਗ ਨਾ ਕੀ ਹੁੰਦਾ ਹੈ ਅਸੀਂ ਇੱਕ ਪਾਰਟिकुलर ਬਿਹੇਵੀਅਰ ਨੂੰ ਅਪਣਾਉਨੇ ਆ ਉਹ ਬਿਹੇਵੀਅਰ ਕਦੋਂ ਆਊਗਾ ਜਦੋਂ ਸਾਡੀ ਲਰਨਿੰਗ ਕੀ ਹੋ ਜਾਂਦੀ ਹੈ ਸਕਸੈਸਫੁਲ ਲਰਨਿੰਗ ਕਿ ਹੋ ਜਾਂਦੀ ਜਦੋਂ ਸਾਡੀ ਸਕਸੈਸਫੁਲ ਠੀਕ ਹੈ ਤੇ ਕਹਿੰਦੇ ਡਿਵੈਲਪਮੈਂਟ ਲਈ ਆਪਾਂ ਪਿੱਛੇ ਪੜ ਕੇ ਆਏ ਆਂ ਡਿਵੈਲਪਮੈਂਟ ਲਈ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੈ ਇੱਕ ਤਾਂ ਮੈਚਿਓਰੇਸ਼ਨ ਹੁਣ ਤੁਸੀਂ ਕਹੋਗੇ ਇਸ ਐਗਜ਼ਾਮਪਲ ਚ ਮੈਚਿਓਰੇਸ਼ਨ ਤੇ ਲਰਨਿੰਗ ਕਿਵੇਂ ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇਣ ਲੱਗਿਆ ਆਹੀ ਤੁਹਾਡੀ ਤਿਆਰੀ ਦੀ ਮੈਂ ਤੁਹਾਨੂੰ ਕਹਣਾ ਐਗਜ਼ਾਮ ਕਲੀਅਰ ਕਰਨ ਲਈ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੈ ਇੱਕ ਤਾਂ ਲਰਨਿੰਗ ਐਕ ਮੈਚਿਓਰੇਸ਼ਨ ਹੁੰਦਾ ਕੀ ਹੈ ਤੁਸੀਂ ਸਿੱਖਣ ਆਏ ਇੱਕ ਦੋ ਵਾਰ ਗਲਤੀਆਂ ਕੀਤੀਆਂ ਮੇਥੋਂ ਗਾਲਾਂ ਜ਼ਰੂਰ ਪੈਣਗੀਆਂ ਤੁਹਾਨੂੰ ਮੈਚਿਓਰਿਟੀ ਕੀ ਹੁੰਦੀ ਹੈ ਕਿ ਟੀਚਰ ਨੇ ਸਾਨੂੰ ਡਾਂਟਿਆ ਤੇ ਇਟ ਮੀਨਸ ਉਹ ਸਾਡੀ ਭਲਾਈ ਲਈ ਡਾਂਟਿਆ ਜਾਂ ਉਹਨਾਂ ਨੇ ਸਾਨੂੰ ਕਿਸੇ ਵੇ ਨਾਲ ਸਟ੍ਰਿਕਟਲੀ ਪਨਿਸ਼ ਕੀਤਾ ਤੇ ਇਟ ਮੀਨਸ ਅਸੀਂ ਉਹਦੂ ਲੈ ਕੇ ਆਪਦਾ ਬਿਹੇਵੀਅਰ ਚੇਂਜ ਕਰਨਾ ਤੇ ਜੋ ਟੀਚਰ ਐਕਸਪੈਕਟ ਕਰ ਰਿਹਾ ਉਹ ਮੈਂ ਕਰਨਾ ਹੈ ਇਨੂੰ ਕਹਿੰਦੇ ਨੇ ਮੈਚਿਓਰਿਟੀ ਤੇ ਦੇ ਉਲਟ ਇਮੈਚਿਓਰ ਕੀ ਕਰਨਗੇ ਮੇਰੀ ਤਾਂ ਜੀ ਬੇਸਤੀ ਕਰਤੀ ਠੀਕ ਹੈ ਉਹ ਬੇਸਤੀ ਕਰਤੀ ਮਤਲਬ ਕੀ ਹੈ ਉਹਦਾ ਮੈਚਿਓਰਿਟੀ ਲੈਵਲ ਕੀ ਹੈ ਲੋ ਹੈ ਸਮਝ ਆਈ ਗੱਲ ਲਰਨਿੰਗ ਨੂੰ ਲੈ ਕੇ ਗੱਲ ਕਲੀਅਰ ਹੋਈ ਕਿ ਨਹੀਂ ਕੋਈ ਡਾਊਟ ਆ ਤਾਂ ਪੁੱਛੋ ਹਾਂਜੀ ਰਿਲੇਸ਼ਨ ਡਿਵੈਲਪਮੈਂਟ ਦਾ ਲਰਨਿੰਗ ਨ ਸਮਝ ਆਇਆ ਕਿ ਨਹੀਂ ਮੈਂ ਤੁਹਾਨੂੰ ਆ ਸਿਨੌਪਸਿਸ ਦੀ ਫਾਰਮ 'ਚ ਸਮਝਾਇਆ ਹੈ ਬਸ ਤੁਸੀਂ ਇੰਨਾ ਦੱਸਣਾ ਵੀ ਇਹ ਕਹਾਣੀ ਸਮਝ ਆ ਗਈ ਕਿ ਨਹੀਂ ਜ਼ਰੂਰੀ ਹੈ ਹਾਂਜੀ ਵਨਪ੍ਰੀਤ ਸਮਝ ਆਇਆ ਕਿਸੇ ਪੁਆਇੰਟ ਕੋਈ ਕਨਫਿਊਜ਼ਨ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਵੈਰੀ ਗੁੱਡ ਨੋਟ ਕਰਨ ਦੀ ਲੋੜ ਨਹੀਂ ਕੁਝ ਵੀ ਤੁਹਾਨੂੰ ਵੀਡੀਓ ਜਿਹੜੀ ਹੈ YouTube ਤੇ ਅਵੇਲੇਬਲ ਹੋ ਜੂਗੀ ਉਥੋਂ ਸਮਝ ਸਕਦੇ ਹੋ ਹਰ ਚੀਜ਼ ਨੂੰ ਠੀਕ ਹੈ ਡਾਊਟ ਨਹੀਂ ਕਰੇ ਲੈ ਕੇ ਜਾਣਾ ਬੱਚੇ ਕੋਈ ਵੀ ਗੱਲ ਨਾ ਸਮਝ ਆਈ ਹੋਵੇ ਹੁਣੇ ਪੁੱਛ ਲੈਣੀ ਜਿਹੜੇ ਬਿਲਕੁਲ ਫਰੈਸ਼ ਤੋਂ ਪੜ ਰਹੇ ਨੇ ਉਹ ਇੱਕ ਵਾਰੀ ਵੀਡੀਓ ਨੂੰ ਦੁਬਾਰਾ ਦੇਖਣਗੇ ਤਾਂ ਉਹਨਾਂ ਨੂੰ ਸਮਝ ਆ ਜਾਊਗਾ ਦੁਬਾਰਾ ਦੇਖਣ ਦਾ ਮਤਲਬ ਇਹ ਹੁੰਦਾ ਕਿ ਜਦੋਂ ਮੈਂ ਪਰਸਨਲੀ ਬਹਿ ਕੇ ਸਮਝੂਗਾ ਨਾ ਉਦੋਂ ਮੈਨੂੰ ਹੁਣ ਤਾਂ ਮੈਂ ਸਿਰਫ ਸੁਣ ਰਿਹਾ ਹਾਂ ਕਿ ਆ ਚੀਜ਼ਾਂ ਐ ਹੁੰਦੀਆਂ ਠੀਕ ਐ ਜਦੋਂ ਮੈਂ ਦੁਬਾਰਾ ਐਨਲਾਈਜ਼ ਕਰੂੰਗਾ ਤਾਂ ਮੈਨੂੰ ਪਤਾ ਲੱਗ ਜਾਊਗਾ ਕਿਹੜੀ ਮੇਰੇ ਲੂਪ ਹੋਲਸ ਨੇ ਓਕੇ ਚੱਲੀਏ ਅੱਗੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕਲਾਸ ਰੋਜ਼ ਇਸੇ ਟਾਈਮ ਤੇ ਲੱਗੂਗੀ ਬੱਚੇ ਤੁਸੀਂ ਚੈਨਲ ਦੀ ਨੋਟੀਫਿਕੇਸ਼ਨਸ ਔਨ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਚਲ ਕਹਿੰਦੇ 스테जेस ਆਫ ਡਿਵੈਲਪਮੈਂਟ ਵਿਕਾਸ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਇਹ ਤਾਂ ਅਸੀਂ ਮੰਨਦੇ ਆ ਵਿਕਾਸ ਜਿਹੜਾ ਕੀ ਹੈ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਫਰਸਟ ਸਟੇਜ ਕੀ ਹੁੰਦੀ ਹੈ ਪ੍ਰੀਨੇਟਲ 240 ਦਿਨਾਂ ਦੀ ਜਾਂ ਜਦੋਂ 9 ਮਹੀਨਿਆਂ ਦਾ ਸਮਾਂ ਹੁੰਦਾ ਹੈ ਗਰਭਵਸਤਾ ਵਾਲਾ ਇਹ ਉਹ ਲਰਨਿੰਗ ਹੈ ਜਿਹੜੇ ਉਹ ਪੇਟ 'ਚ ਕਰੂਗਾ ਵਿਕਾਸ ਜੀਨਸ ਟ੍ਰਾਂਸਫਰ ਹੋਣਗੇ ਉਹਦੇ 'ਚ ਹੈਰਿਡਿਟੀ ਕੈਰੈਕਟਰ ਆਊਗਾ ਇਹ ਉਹ ਹੈ 9 ਮਹੀਨਿਆਂ ਦਾ ਸਮਾਂ 240 ਦਿਨ 9 ਮਹੀਨਿਆਂ ਦਾ ਸਮਾਂ ਠੀਕ ਹੈ ਦੈਨ ਆਗੀ ਇਨਫੈਂਸੀ ਇਨਫੈਂਟ ਜਿਹੜਾ ਹੁੰਦਾ 0 ਤੋਂ 2 ਸਾਲ ਦਾ ਇਹ ਜ਼ੀਰੋ ਤੋਂ 2 ਸਾਲ ਪਤਾ ਕਿਉਂ ਲਿਖ ਦਿੰਦੇ ਨੇ ਜਦੋਂ ਤੱਕ 12 ਮਹੀਨੇ ਨਾ ਪੂਰੇ ਹੋਏ ਹੋਣ ਜਦੋਂ ਸਮਾਂ ਹੋਵੇ ਲੈਸਰ than 12 ਮੰਥਸ ਤਾਂ ਉਹਨੂੰ ਅਸੀਂ ਕੀ ਲਿਖ ਦਿੰਦੇ ਨੇ ਜ਼ੀਰੋ ਈਅਰ ਕਈ ਪੁੱਛ ਲੈਂਦੇ ਜ਼ੀਰੋ ਕਿਵੇਂ ਆ ਗਿਆ ਠੀਕ ਹੈ ਤਾਂ ਇਨਫੈਂਟ ਏਜ ਹੁੰਦੀ ਹੈ ਜਦੋਂ ਬੱਚਾ ਸੈਂਸਸ ਨਾਲ ਚੱਲਦਾ ਹੈ ਸੈਂਸੀਜ਼ ਹੀ ਉਹਦੇ ਟੀਚਰ ਹੁੰਦੇ ਨੇ ਇਹ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਣਾ ਹੈ ਸੈਂਸੀਜ਼ ਹੀ ਕਿਵੇਂ ਟੀਚਰ ਹੁੰਦੇ ਨੇ ਬੱਚਾ ਆਪਦੀ ਮਾਂ ਦੀ ਫੀਲ ਉਦੀ ਬਾਡੀ ਦਾ ਜਿਹੜਾ ਟੈਂਪਰੇਚਰ ਹੈ ਜਿਹੜਾ ਉਹਦਾ ਬਾਡੀ ਦਾ ਟੱਚ ਹੈ ਉਹਨੂੰ ਮਹਿਸੂਸ ਕਰਕੇ ਪਹਿਚਾਨ ਲੈਂਦਾ ਕਿ ਇਹ ਮੇਰੀ ਮਾਂ ਹੈ ਚਲੋ ਮਾਂ ਤਾਂ ਨਹੀਂ ਉਹਨੂੰ ਪਤਾ ਹੁੰਦਾ ਬਸ ਇੰਨਾ ਪਤਾ ਹੁੰਦਾ ਮੇਰੀ ਸਭ ਕੁਝ ਇਹੀ ਹੈ ਜਿਵੇਂ ਆਫ ਦੀ ਮਾਂ ਨਾਲ ਲੱਗਦਾ ਚੁੱਪ ਕਰ ਜਾਂਦਾ ਕੋਈ ਹੋਰ ਜਿੰਨਾ ਮਰਜ਼ੀ ਚੱਕੀ ਜਾਵੇ ਉਹਨੂੰ ਨਾ ਚੈਨ ਨਹੀਂ ਆਉਣਾ ਉਹਨੂੰ ਚੈਨ ਉਦੋਂ ਆਣਾ ਜਦੋਂ ਉਹਨੇ ਆਪਦੀ ਮਾਂ ਨਾਲ ਲੱਗ ਜਾਣਾ ਜਦੋਂ ਆਪਦੀ ਮਾਂ ਨਾਲ ਟੱਚ ਹੋ ਜੂਗਾ ਉਹਨੂੰ ਉਹਨੂੰ ਸੈਂਸ ਆ ਜਾਂਦਾ ਕਿ ਇਹ ਉਹੀ ਪਰਸਨ ਹੈ ਜਿਨੇ ਮੈਨੂੰ ਜਨਮ ਦਿੱਤਾ ਹੈ ਜਿਹਨੂੰ ਜਿਹੜੀ ਮੈਨੂੰ ਫੀਡ ਦਿੰਦੀ ਹੈ ਜਿਹੜੀ ਮੇਰੀ ਪਿਆਸ ਨੂੰ 부ਝਾਉਂਦੀ ਹੈ ਇਹ ਉਹੀ ਇਨਸਾਨ ਹੈ ਠੀਕ ਹੈ ਤਾਂ ਉਹਨੇ ਚੁੱਪ ਕਰ ਜਾਣਾ ਤੇ ਇੱਥੇ ਉਹਦੇ ਵਰਕ ਕੀ ਕਰ ਰਹੇ ਹੁੰਦੇ ਨੇ ਸੈਂਸਸ ਜਿਵੇਂ ਉਹਨੇ ਫੀਡ ਲਈ ਉਹਦੀ ਭੁੱਖ ਮੁੜ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਉਹਨੇ ਸੈਂਸ ਕਰਦਾ ਹੈ ਮੈਂ ਫੀਡ ਲੈਣੀ ਹੈ ਤੇ ਮੇਰੇ ਜਿਹੜੀ ਹੈ ਭੁੱਖ ਹੈ ਉਹ ਸ਼ਾਂਤ ਹੋ ਜਾਣੀ ਹੈ ਤੇ ਇੱਥੇ ਸਿਰਫ ਉਹਦੇ ਵਰਕ ਕੀ ਕਰ ਰਹੇ ਹੁੰਦੇ ਨੇ ਸੈਂਸਸ ਥੈਨ 무ਵਿੰਗ ਟੂ अर्ਲੀ ਚਾਈਲਡਹੂਡ 2 ਤੋਂ 6 ਸਾਲ ਦੀ ਇਹ 2 ਤੋਂ 6 ਸਾਲ ਦੀ ਅਵਸਥਾ ਹੁੰਦੀ ਟੌਏ ਏਜ ਖਡਾਉਣਿਆਂ ਨਾਲ ਖੇਡਣ ਦਾ ਬੜਾ ਸ਼ੌਕ ਹੁੰਦਾ ਹੈ ਮਾੜੀ ਜੀ ਆਵਾਜ਼ ਆਉਂਦੀ ਖੁਸ਼ ਹੋਈ ਜਾਂਦਾ ਬਸ ਕੱਲਈ ਕੱਲਈ ਖੁਸ਼ ਹੋਈ ਜਾਂਦਾ ਖਡਾਉਣਿਆਂ ਦੀ ਆਵਾਜ਼ ਨਾਲ ਫਿਰ ਕੀ ਹੈ ਬੋਲਣਾ ਸਟਾਰਟ ਕਰਦਾ ਇਸ ਅਵਸਥਾ ਚ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ ਪਾਪਾ ਮਮਾ ਮਾ ਹੌਲੀ ਹੌਲੀ ਬੋਲਦਾ ਕੋਸ਼ਿਸ਼ ਕਰਦਾ ਜਿੰਨਾ ਸੀ ਬੁਲਾਉਣੇ ਬੋਲਣ ਦੀ ਕੋਸ਼ਿਸ਼ ਕਰਦਾ ਨਾ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ ਇੱਕ ਇਹਦੇ ਚ ਹੁੰਦਾ ਈਗੋਸੈਂਟ੍ਰਿਕ ਬਿਹੇਵੀਅਰ ਇਹ ਪਿਆਜੇ ਦੇ ਹਿਸਾਬ ਨਾਲ ਈਗੋਸੈਂਟ੍ਰਿਕ ਹੈ ਵਾਈਗੋਸਕੀ ਦੇ ਹਿਸਾਬ ਨਾਲ ਪ੍ਰਾਈਵੇਟ ਸਪੀਚ ਹੈ ਹੁੰਦਾ ਕਿ ਬੱਚਾ ਜਦੋਂ ਨਾ 2 ਤੋਂ 6 ਸਾਲ ਦੇ ਹੁੰਦੇ ਨਾ ਹੌਲੀ ਹੌਲੀ ਆਪ ਦੇ ਨਾਲ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਉਹਨੂੰ ਕੋਈ ਡਾਲ ਫੜਾ ਦਿਓ ਕੋਈ ਅ ਟੈਡੀ ਫੜਾ ਦਿਓ ਉਹਦੇ ਨਾਲ ਇਕੱਲਾ ਹੀ ਗੱਲਾਂ ਕਰੀ ਜਾਂਦਾ ਹੈ ਇਹ ਇਕੱਲਾ ਗੱਲਾਂ ਕਰਨ ਨੂੰ ਕੀ ਕਹਿ ਦਿੰਦੇ ਨੇ ਈਗੋਸੈਂਟ੍ਰਿਕ ਬਿਹੇਵੀਅਰ ਜਾਂ ਫਿਰ ਪ੍ਰਾਈਵੇਟ ਸਪੀਚ ਨਾਲ ਨਾਲ ਤੁਸੀਂ ਵੀ ਰਿਪਲਾਈ ਕਰਿਆ ਕਰੋ ਬੱਚਿਆਂ ਨੂੰ ਤੁਸੀਂ ਵੀ ਦੇਖਿਆ ਹੈ ਕਹੇ ਜਾਂ ਬਿਹੇਵੀਅਰ ਸ਼ੋ ਕਰਦੇ ਨੇ ਕਰਦੇ ਕਿ ਨਹੀਂ ਕਰਦੇ ਇਹੋ ਜਿਹਾ ਬਿਹੇਵੀਅਰ ਸ਼ੋ ਮੈਂ ਤਾਂ ਤੁਹਾਨੂੰ ਡੇ ਟੂ ਡੇ ਜਿਹੜੀਆਂ ਅਸੀਂ ਪੰਜਾਬ 'ਚ ਰਹਿੰਦੇ ਐਗਜ਼ਾਮਪਲਾਂ ਵੇਖਦੇ ਨਾ ਉਹਨਾਂ ਐਗਜ਼ਾਮਪਲਾਂ ਨੂੰ ਹੀ ਲਿਆ ਹੈ ਵੇਖਦੇ ਹੋ ਕਿ ਨਹੀਂ ਆਵਾਜ਼ਾਂ ਜੀਆਂ ਕੱਢਦੇ ਹੁੰਦੇ ਨੇ ਇਹ ਕੋਰੀਅਰ ਜਵਾਬ ਨਾਲ ਨਾਲ ਮੈਂ ਆ ਸੁਣਿਆ ਬੱਚੇ ਨੂੰ ਕਰਦੇ ਠੀਕ ਹੈ ਹੁਣ ਤੋਂ ਜਦੋਂ ਵੀ ਨਵਾਂ ਕੋਈ ਨਿਊ ਬੋਨ ਬੇਬੀ ਹੋਵੇ ਨਾ ਉਹਨੂੰ ਐਨਾਲਾਈਜ਼ ਕਰਿਆ ਕਰੋ ਥੈਨ ਲੇਟਰ ਚਾਈਲਡਹੂਡ 6 ਤੋਂ 12 ਸਾਲ ਦਾ ਇਹ 6 ਤੋਂ 12 ਸਾਲ ਦਾ ਉਹ ਸਮਾਂ ਠੀਕ ਹੈ ਟ੍ਰਬਲ ਸਮ ਏਜ ਹੁੰਦੀ ਹੈ ਇੱਚ ਕ੍ਰੀਏਟੀਵਿਟੀ ਬੜੀ ਹੁੰਦੀ ਹੈ ਕ੍ਰੀਏਟੀਵਿਟੀ ਤੇ ਕੀ ਬਿਲਡ ਕਰਦਾ ਹੈ ਰਿਲੇਸ਼ਨਸ ਕ੍ਰੀਏਟੀਵਿਟੀ ਮਤਲਬ ਸਕੂਲ ਜਾਣ ਦੀ ਅਵਸਥਾ ਹੁੰਦੀ ਹੈ ਸਕੂਲ ਚ ਤਾਂ ਵੈਸੇ ਪਹਿਲੇ ਹੀ ਪਹੁੰਚ ਜਾਂਦਾ ਹੈ ਟਰਬਲਸਮ ਏਜ ਹੁੰਦੀ ਹੈ ਦਿਮਾਗ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਕੀੜੇ ਉੱਛਲਦੇ ਨੇ ਦਿਮਾਗ ਚ ਆਹ ਵੀ ਪੰਗੇ ਲੈ ਲਾਂ ਆਹ ਵੀ ਪੰਗੇ ਲੈ ਲਾਂ ਆਹ ਵੀ ਪੰਗੇ ਲੈ ਲਾਂ ਕ੍ਰੀਏਟੀਵਿਟੀ ਡਿਵੈਲਪ ਹੁੰਦੀ ਹੈ ਇਸ ਸਟੇਜ ਤੇ ਆ ਕੇ ਬੱਚੇ ਦੀ ਠੀਕ ਹੈ ਮੈਂ ਪੰਜਾਬੀ ਚ ਕਹਦਾ ਕੀੜੇ ਹੁੰਦੇ ਨੇ ਹੁੰਦੇ ਕੀੜੇ ਹੀ ਨੇ ਤੁਸੀਂ ਵੇਖਿਆ ਹੁਣ ਸਭ ਨਾਲ ਜ਼ਿਆਦਾ ਪੰਗੇ ਅਸੀਂ ਐਸ ਏਜ ਚ ਲੈਏ ਨੇ 6 ਤੋਂ 12 ਸਾਲ ਸਭ ਨਾਲ ਜ਼ਿਆਦਾ ਸੱਟਾਂ ਵੀ ਇਸ ਏਜ ਚ ਖਾਧੀਆਂ ਨੇ 6 ਤੋਂ 12 ਸਾਲ ਕਿਉਂਕਿ ਸਾਨੂੰ ਟਿਕਾਈ ਨਹੀਂ ਹੁੰਦਾ ਇਸ ਇਸ ਏਜ 'ਚ ਸਾਨੂੰ ਟਿਕਾ ਨਹੀਂ ਹੁੰਦਾ ਕਿਉਂ એનર્ਜੀ ਇੰਨੀ ਜ਼ਿਆਦਾ ਹੁੰਦੀ ਹੈ ਕ੍ਰੀਏਟੀਵਿਟੀ ਇੰਨੀ ਜ਼ਿਆਦਾ ਹੁੰਦੀ ਹਰ ਚੀਜ਼ ਨਾਲ ਪੰਗੇ ਲੈਣੇ ਆ ਸੀ ਠੀਕ ਹੈ ਹਾਂ ਗੇਮ ਏਜ ਕਹਿ ਦੋ ਮੈਂ ਤੁਹਾਨੂੰ ਉਹੀ ਕਹਿ ਰਿਹਾ ਇਹ ਜਿਹੜੇ ਨਾਮ ਬਣੇ ਆ ਨਾ ਇਹ ਨਾਮ ਤਾਂ ਛੋਟੀ ਗੱਲ ਹੈ ਤੁਸੀਂ ਬਸ ਇਹਨੂੰ ਲਿਖ ਲਓ ਪੰਗਿਆਂ ਵਾਲੀ ਏਜ ਹਰ ਚੀਜ਼ 'ਚ ਪੰਗੇ ਲੈਣੇ ਆ ਸੀ ਭਾਵੇਂ ਅਸੀਂ ਟ੍ਰਬਲ 'ਚ ਫੜ ਲਈ ਸਭ ਨਾਲੋਂ ਜ਼ਿਆਦਾ ਛਿੱਤਰ ਵੀ ਅਸੀਂ ਇਸ ਏਜ 'ਚ ਖਾਨੇ ਆ ਸਭ ਨਾਲੋਂ ਜ਼ਿਆਦਾ ਠੁਕਾਈ ਸਾਡੀ ਇਸ ਏਜ 'ਚ ਹੁੰਦੀ ਹੈ ਰੀਜ਼ਨ ਕੀ ਹੈ ਅਸੀਂ ਪੰਗੇ ਐਨੇ ਲੈਣੇ ਆ ਕ੍ਰੀਏਟੀਵਿਟੀ ਹਰ ਚੀਜ਼ ਨਾਲ ਡਰਾਇੰਗ ਕਰਨਾ ਇਹਦੇ ਸਿੱਖਦੇ ਆ ਪੇਂਟਿੰਗ ਕਰਨਾ ਇਹਦੇ ਸਿੱਖਦੇ ਆ ਗੇਮਸ ਖੇਡਣਾ ਇਹਦੇ ਸਿੱਖਦੇ ਆ ਦੋਸਤਾਂ ਨਾਲ ਸਾਈਕਲਾਂ ਤੇ ਜਾਣਾ ਇਹਦੇ ਸਿੱਖਦੇ ਆ ਸਾਈਕਲ ਨੂੰ ਪਾਣੀ ਚ ਖੜਾ ਕੇ ਚਲਾਉਣਾ ਇਹ ਸੇਚ ਕਰਦੇ ਆ ਹਰ ਸਾਰੇ ਪੁੱਠੇ ਸਿੱਧੇ ਕੰਮ ਅਸੀਂ ਇਹ ਚ ਕਰਦੇ ਆ ਠੀਕ ਹੈ ਬਿਲਡ ਕਰਦੇ ਆ ਰਿਲੇਸ਼ਨਸ ਦੋਸਤੀ ਫਰੈਂਡਸ਼ਿਪ ਯਾਰੀ ਦੋਸਤੀ ਦੋਸਤਾਂ ਨਾਲ ਖੇਡਣ ਜਾਣਾ ਸਹੇਲੀਆਂ ਨਾਲ ਖੇਡਣ ਜਾਣਾ ਕੀੜੀ ਖੇਡਣੀ ਇਹ ਸਾਰੇ ਕੰਮ ਕਿਹਦੇ ਚ ਕਰਦਾ ਬੰਦਾ ਲੇਟਰ ਚਾਈਲਡਹੂਡ ਚ ਠੀਕ ਹੈ ਚਲੋ ਓਦੋਂ ਬਾਅਦ ਆ ਗਿਆ ਐਡੋਲਸੈਂਸ ਕਿਸ਼ੋਰ ਅਵਸਥਾ ਵੈਸੇ ਤਾਂ ਕਿਸ਼ੋਰ ਅਵਸਥਾ ਦੀ ਸਹੀ ਏਜ ਹੁੰਦੀ 12 ਤੋਂ 18 ਤੁਸੀਂ 12 ਤੋਂ 18 ਹੀ ਯਾਦ ਰੱਖਣੀ ਹੈ ਠੀਕ ਹੈ ਸਾਲ ਗਾਂ ਪਸ਼ਾਂ ਕਰ ਲੈਂਦੇ ਕਈ ਵਾਰੀ ਬਟ ਐਗਜ਼ੈਕਟ ਜਿਹੜੀ ਹੈ 12 ਤੋਂ 18 ਐਡੋਲਸੈਂਸ ਆਇਡੈਂਟੀਟੀ ਕ੍ਰਾਈਸਿਸ ਹੁਣ ਹੁੰਦਾ ਕਿ ਇਹ ਮੈਨੂੰ ਪਤਾ ਹੀ ਨਹੀਂ ਹੁੰਦਾ ਕਰਨਾ ਕੀ ਹੈ ਜ਼ਿੰਦਗੀ ਚ ਕਨਫਿਊਜ਼ ਹੁੰਦਾ ਬੰਦਾ ਸਭ ਨਾਲੋਂ ਜ਼ਿਆਦਾ ਆਪਦੀ ਪਹਿਚਾਨ ਨੂੰ ਲੈ ਕੇ ਪਹਿਚਾਨ ਨੂੰ ਲੈ ਕੇ ਸਭ ਨਾਲੋਂ ਜ਼ਿਆਦਾ ਕਨਫਿਊਜ਼ ਹੁੰਦਾ ਹੈ इमोशनल ਡਿਸਟਰਬੈਂਸ ਹੁੰਦੀ ਹੈ ਐਕਚੁਅਲੀ ਕੀ ਹੁੰਦਾ ਸਾਡੇ ਹਾਰਮੋਨਸ ਇਸ ਏਜ ਚ ਚੇਂਜ ਹੋ ਰਹੇ ਹੁੰਦੇ ਨੇ ਹਾਰਮੋਨਸ ਚੇਂਜ ਠੀਕ ਹੈ ਉਹਦੇ ਕਰਕੇ इमोशनल ਡਿਸਟਰਬੈਂਸ ਜ਼ਰੂਰ ਆਉਂਦੀ ਹੈ ਬਾਕੀ ਤੁਸੀਂ ਸਮਝ ਹੀ ਗਏ ਹੋਗੇ ਸਭ ਨਾਲੋਂ ਘੈਂਟ ਗੱਲ ਹੈ ਸਟ੍ਰੈਸ ਤੇ ਸਟ੍ਰੋਮ ਦੀ ਅਵਸਥਾ ਤੂਫਾਨ ਤੇ ਤਣਾਵ ਦੀ ਅਵਸਥਾ ਤੂਫਾਨ ਹੁੰਦਾ ਸਾਡੇ ਦਿਮਾਗ ਜੇ ਉਹ ਤੂਫਾਨ ਨੂੰ ਅਸੀਂ ਚੈਨਲਾਈਜ਼ ਕਰ ਦਈਏ ਤਾਂ ਬੰਦਾ ਤਰੱਕੀ ਕਰ ਲੈਂਦਾ ਜੇ ਉਹ ਤੂਫਾਨ ਗਲਤ ਪਾਸੇ ਚਲਾ ਗਿਆ ਤਾਂ ਅੱਗ ਵੀ ਲਾ ਦਿੰਦਾ ਰੀਜ਼ਨ ਕੀ ਹੈ ਇਸ ਏਜ 'ਚ ਬੱਚੇ ਦੇ ਵਿਗੜਨ ਦੇ ਸਭ ਨਾਲ ਜ਼ਿਆਦਾ ਚਾਂਸ ਹੁੰਦੇ ਨੇ ਐਂ ਨਹੀਂ ਪਤਾ ਤੁਹਾਡੇ ਹੱਥੋਂ ਬਾਹਰ ਹੋ ਜੇ ਹੱਥੋਂ ਬਾਹਰ ਹੋ ਗਿਆ ਤਾਂ ਕਿਤੇ ਹੋਰ ਪਹੁੰਚ ਜਾਊਗਾ ਜੇ ਤੁਸੀਂ ਉਹਨੂੰ ਸਹੀ ਡਾਇਰੈਕਸ਼ਨ 'ਚ ਲਾਤਾ ਤਾਂ ਬਹੁਤ ਅੱਗੇ ਚਲਾ ਜਾਊਗਾ ਠੀਕ ਹੈ ਚਲ ਅੱਗੇ ਹੋਰ ਜ਼ਿਆਦਾ ਸਮਝਦੇ ਆਪਾਂ ਦੇਖੋ ਜਦੋਂ ਬੱਚਾ ਜਨਮ ਲੈਂਦਾ ਇਨਫੈਂਟ ਹੁੰਦਾ ਉਦੋਂ ਉਹਦਾ ਕੰਮ ਸਿਰਫ ਕਿਹੜਾ ਹੁੰਦਾ ਫੀਡਣਾ ਉਹਨੂੰ ਫੀਡਣਾ ਮਤਲਬ ਹੁੰਦਾ ਉਹਨੂੰ ਆਪਦੇ ਕੀ ਦੇਣਾ ਮਤਲਬ ਹੁੰਦਾ ਪਲੇజర్ ਨਾ ਆਪਦੇ ਸੁੱਖ ਨਾ ਮਤਲਬ ਹੁੰਦਾ ਠੀਕ ਹੈ ਜਿਵੇਂ ਸੁੱਖ ਨਹੀਂ ਮਿਲਿਆ ਬਾਵਾ ਸ਼ੁਰੂ ਰੋਣਾ ਸ਼ੁਰੂ ਬਾਵਾ ਸ਼ੁਰੂ ਐਵੇਂ ਕਹਿੰਦੇ ਨੇ ਕਰਦੇ ਬਾਵਾ ਲਾ ਲਈ ਤਾਂ ਬਾਵਾ ਸ਼ੁਰੂ ਠੀਕ ਹੈ ਜਿਵੇਂ ਕਿ ਉਹਦੇ ਹਿਸਾਬ ਨਾਲ ਉਹਨੂੰ ਛੇੜੀ ਜਾਓ ਤਾਂ ਠੀਕ ਐ ਜਿਵੇਂ ਤੁਸੀਂ ਪਾਸੇ ਹੋ ਕੇ ਰੋਣਾ ਸ਼ੁਰੂ ਉਹਦੋਂ ਅਗਲੀ ਏਜ ਹੁੰਦੀ ਐ 2 ਤੋਂ 3 ਸਾਲ ਵਾਲੀ ਇਹਦੇ ਚੋ ਕੀ ਸਕਦਾ ਟਾਇਲਟ ਟ੍ਰੇਨਿੰਗ ਆ ਸਭ ਨਾਲ ਵੱਡਾ ਯੱਬਤਾ ਐ ਹਨਾ ਇਹ ਟ੍ਰੇਨਿੰਗ ਹੀ ਐ ਦਾ ਕੋਰਸ ਹੁੰਦਾ ਐ ਇਹਦੇ ਲਈ ਵਾਜਾਂ-ਬੁਜਾਂ ਵੀ ਕੱਢਣੀਆਂ ਪੈਂਦੀਆਂ ਕੋਰਸ ਹੁੰਦਾ ਐ ਇਹਦੇ ਲਈ ਟਾਇਲਟ ਟ੍ਰੇਨਿੰਗ ਲਈ ਬੱਚਾ ਆਪ ਤਾਂ ਟੌਰ ਨਾਲ ਬੈਠਾ ਹੁੰਦਾ ਐ ਮਮੀ ਦੀ ਆਵਾਜ਼ ਦਾ ਗਲਾ ਬਹਿਜੇ ਭਾਵੇਂ ਬੱਚੇ ਮੈਂ ਥਿਊਰੀ ਤਾਂ ਮੈਟਰ ਹੀ ਨਹੀਂ ਕਰ ਰਿਆ ਕੀ ਦੀ ਹੈ ਆਪਾਂ ਤਾਂ ਸਿਰਫ ਪੜਾਵ ਦੇਖ ਰਹੇ ਹਾਂ ਬੱਚੇ ਦੇ ਠੀਕ ਹੈ ਥਿਊਰੀ ਐਰਿਕਸਨ ਦੀ ਹੈ ਆਈ ਨੋ ਐਰਿਕਸਨ ਬਾਰੇ ਵੀ ਪੜਾਂਗੇ ਹਜੇ ਤਾਂ ਆਪਾਂ ਜਸਟ ਦੇਖ ਰਹੇ ਹਾਂ ਪੜਾਵ ਕੀ ਹੁੰਦੇ ਉਹਦੇ ਵਿਕਾਸ ਦੇ ਬਣੇ ਤਾਂ ਬੱਚੇ ਨੂੰ ਵੇਖ ਕੇ ਹੀ ਹੈ ਠੀਕ ਹੈ ਮੈਂ ਤਾਂ ਕੋਈ ਉੱਪਰ ਨਹੀਂ ਪੜਾ ਰਿਹਾ ਤੁਹਾਨੂੰ ਕੀ ਚੱਲ ਰਿਹਾ ਆ ਨਹੀਂ ਮੈਂ ਪੜਾ ਰਿਹਾ ਟਰਸਟ ਵਰਸ ਮਿਸਟਰਸ ਦੇ ਕੁਝ ਨਹੀਂ ਪੜਾ ਰਿਹਾ ਇਹ ਉਦੋਂ ਪੜਾਂਗੇ ਜਦੋਂ ਐਰਿਕਸਨ ਦੀ ਗੱਲ ਆਊਗੀ ਹਜੇ ਤਾਂ ਆਪਾਂ ਦੇਖ ਰਹੇ ਹਾਂ ਬੱਚੇ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਮਹਿਸੂਸ ਕਰ ਰਹੇ ਹਾਂ ਅੰਦਰੋਂ ਮਹਿਸੂਸ ਹੋਣਾ ਚਾਹੀਦਾ ਹਾਂ ਬੱਚੇ ਦੀ ਵਾਕਈ ਜ਼ਿੰਦਗੀ 'ਚ ਏਦਾਂ ਤਬਦੀਲੀਆਂ ਆਉਂਦੀਆਂ ਆਪਾਂ ਤਾਂ ਤਬਦੀਲੀਆਂ ਨੂੰ ਮਹਿਸੂਸ ਕਰ ਰਹੇ ਹਾਂ ਉਸ ਤੋਂ ਬਾਅਦ ਸਕੂਲ ਜਾ ਕੇ ਕੀ ਕਰਦਾ ਐਕਸਪਲੋਰ ਕਰਦਾ ਉਹ ਅੱਜਕੱਲ੍ਹ ਬੜੀਆਂ ਕਲਰਫੁਲ ਬੁੱਕਸ ਨੇ ਉਹ ਬੁੱਕਸ ਨੂੰ ਵੇਖ-ਵੇਖ ਕੇ ਖੁਸ਼ ਹੋ ਜਾਂਦਾ ਠੀਕ ਹੈ ਅੱਜਕੱਲ੍ਹ ਇੰਨੀਆਂ ਕਲਰਫੁਲ ਬੁੱਕਸ ਹੁੰਦੀਆਂ जो बच्चे को कलरफुल बुक्स ना होना तो वो लर्निंग बड़ी स्लो हो जाए रीज़न की है बच्चे की कोशिश होंगी हर रोज़ नवी चीज़ देखा ठीक है हर रोज़ नवी चीज़ा देखा एक्सप्लोर करा उदू चला गया स्कूल च नवी नवी, नवी, नवी गेम्स नवे नवे टीचर नवे नवे बच्चे नवी गल् नमें कम रोज़ ही नमें कम दैन किशोर सोशल रिलेनशिप्स ਸੋਸ਼ਲ ਰਿਲੇਸ਼ਨਸ਼ਿਪਸ ਹੁੰਦੇ ਫਰੈਂਡਸ ਇਹ ਫਰੈਂਡਸ ਬਣਾ ਲੇ ਠੀਕ ਹੈ ਚਲੋ ਮੋਰ ਦੈਨ ਫਰੈਂਡਸ ਵੀ ਬਣਾ ਲੈਂਦੇ ਨੇ ਇਸ ਏਜ 'ਚ ਅੱਜਕੱਲ ਕਿਉਂਕਿ ਪਤਾ ਹੀ ਨਹੀਂ ਹੁੰਦਾ ਕੀ ਕਰਨਾ ਹੈ ਕਨਫਿਊਜ਼ ਹੁੰਦਾ ਬੰਦਾ ਕਿਸੇ ਵੀ ਦਿਸ਼ਾ 'ਚ ਚਲਾ ਜਾਂਦਾ ਨਹੀਂ ਸਮਝ ਆਇਆ ਤਾਂ ਹੋਰ ਕਿਸੇ ਦਿਸ਼ਾ 'ਚ ਚਲਾ ਗਿਆ ਲਾਸਟ ਯੰਗ ਐਡਲਟਹੂਡ ਯੰਗ ਐਡਲਟਹੂਡ 'ਚ ਹੁਣੋਂ ਫੇਰ ਉਹ ਤੁਹਾਨੂੰ ਪਤਾ ਹੀ ਹੈ ਇਦੇ ਲਈ ਐਗਜ਼ੈਕਟ ਵਰਡ ਬਣਿਆ ਅਫੇਅਰਸ ਠੀਕ ਹੈ ਇੱਥੇ ਵੇਖਣ ਨੂੰ ਮਿਲਦੇ ਨੇ ਥੈਨ ਉਸ ਤੋਂ ਬਾਅਦ ਵਰਕ ਤੇ ਪੇਰੈਂਟਹੁਡ ਚ ਪੈ ਜਾਂਦਾ ਵਿਆਹ ਹੋ ਜਾਂਦਾ ਉਹਨਾਂ ਅਫੇਅਰ ਸਾਰੀ ਉਮਰ ਤੱਕ ਚੱਲਦੇ ਨਹੀਂ ਰਹਿਣਗੇ ਉਸ ਤੋਂ ਬਾਅਦ ਬੰਦੇ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਬੰਦੇ ਦੀ ਦੋ ਹੀ ਜ਼ਿੰਮੇਵਾਰੀਆਂ ਹੁੰਦੀਆਂ ਇੱਕ ਤਾਂ ਉਹ ਆਪਦੇ ਕੰਮ ਕਾਜ ਨੂੰ ਲੈ ਕੇ ਹੁੰਦਾ ਵੀ ਮੈਂ ਕੰਮ ਤੇ ਜਾਵਾਂ ਜਿਹੜੀ ਜੀ ਜੌਬ ਹੈ ਉਹ ਜੋ ਵਰਕ ਜੋ ਐਸੋਸੀਏਟ ਹੁੰਦਾ ਇੱਕ ਉਹ ਪੈ ਜਾਂਦਾ ਪੇਰੈਂਟਹੁਡ ਚ ਬੱਚਿਆਂ ਨੂੰ ਪਾਲਣ ਚ ਇੱਕ ਲਾਸਟ ਅਵਸਥਾ ਹੁੰਦੀ ਹੈ 65 ਸਾਲ ਤੋਂ ਲੈ ਕੇ ਮਰਨ ਤੱਕ ਇਹ 65 ਸਾਲ ਤੋਂ ਲੈ ਕੇ ਮਰਨ ਤੱਕ ਨਾ ਬੰਦਾ ਜਿਹੜਾ ਆਪਦੀ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ ਨਾ ਉਹਦੀ ਫਲੈਸ਼ਬੈਕ ਵੇਖਦਾ ਹੈ ਜੇ ਤਾਂ ਉਹ ਵੇਖਦਾ ਵੀ ਉਹਦੇ ਬੱਚੇ ਬੜੇ ਚੰਗੇ ਨੇ ਉਹਦਾ ਆਦਰ ਸਤਿਕਾਰ ਕਰਦੇ ਨੇ ਉਹਨਾਂ ਦੇ ਕੋਲ ਬਹਿੰਦੇ ਨੇ ਉਹਨਾਂ ਦੁੱਖ ਸੁੱਖ ਸੁਣਦੇ ਨੇ ਉਹਨੂੰ ਲੱਗਦਾ ਕਿ ਮੈਂ ਜ਼ਿੰਦਗੀ ਚ ਬਹੁਤ ਕੁਝ ਕਮਾਇਆ ਹੈ ਬਹੁਤ ਕੁਝ ਕਮਾਇਆ ਤੇ ਜਦੋਂ ਇਹ ਚੀਜ਼ਾਂ ਉਹਦੇ ਨਾਲ ਨਹੀਂ ਹੁੰਦੀਆਂ ਉਹਨੂੰ ਕੋਈ ਪੁੱਛਦਾ ਨਹੀਂ ਉਹ ਪਿਆ ਉਹਨੂੰ ਕੋਈ ਲੈੱਕੇ ਨਹੀਂ ਜਾਂਦਾ ਉਹਨੇ ਕੋਈ ਗੱਲਬਾਤ ਨਹੀਂ ਕਰਦਾ ਉਹਦਾ ਦੁੱਖ ਸੁੱਖ ਨਹੀਂ ਸੁਣਦਾ ਤਾਂ ਉਹਨੂੰ ਗੁੱਸਾ ਆਉਂਦਾ ਹੈ ਕਿ ਮੈਂ ਆਪਦੀ ਜ਼ਿੰਦਗੀ ਚ ਕੁਝ ਨਹੀਂ ਕਮਾਇਆ ਜੋ ਕੁਝ ਕੀਤਾ ਸੀ ਉਹ ਵਿਅਰਥ ਸੀ ਫਿਰ ਉਹ ਇਹੀ ਸੋਚਦਾ ਕਾਸ਼ ਮੈਂ ਆਪਦੇ ਬਾਰੇ ਸੋਚਿਆ ਹੁੰਦਾ ਠੀਕ ਹੈ ਤਾਂ ਉਹਦੇ ਅੰਦਰ ਕੀ ਪੈਦਾ ਹੋ ਜਾਂਦੀ ਹੈ ਗਿਲਟ ਠੀਕ ਹੈ ਤਾਂ ਆਵਸਥਾਵਾਂ ਸਮਝ ਆਈਆਂ ਸਾਰੀਆਂ ਕਿਵੇਂ ਸਾਡੀ ਆਵਸਥਾਵਾਂ ਆਉਂਦੀਆਂ ਨੇ ਸਾਡੇ ਤੇ ਕਿਵੇਂ ਬੱਚੇ ਦਾ ਵਿਕਾਸ ਹੁੰਦਾ ਹੈ ਕਿਵੇਂ ਜਨਮ ਤੋਂ ਮਰਨ ਤੱਕ ਦੀ ਜਿਹੜੀ ਸਟੋਰੀ ਚੱਲਦੀ ਹੈ ਰੇਖਾ ਜੀ ਕਿਉਂ ਟੈਨਸ਼ਨ ਲੈਨੇ ਹੋ ਸਭ ਕੁਝ ਮਿਲੂਗਾ ਨੋਟਸ ਵੀ ਮਿਲਣਗੇ ਮੈਂ ਕਦੇ ਵੀ ਐਸਾ ਕੰਮ ਨਹੀਂ ਕੀਤਾ ਕਿ ਤੁਹਾਨੂੰ ਕੱਲ ਨੂੰ ਐਸਾ ਮਹਿਸੂਸ ਹੋਵੇ ਕਿ ਮੈਂ ਪੜਾਂ ਕਿੱਥੋਂ ਤੁਸੀਂ ਸਿਰ ਸੁਣਨਾ ਪਰਵਾਹ ਨਾ ਕਰੋ ਹਾਂਜੀ ਉਹ ਮਜ਼ਾ ਆ ਰਿਹਾ ਪੜ ਕੇ ਕਿ ਨਹੀਂ ਜਵਾਬ ਨਾ ਸਾਰਿਆਂ ਨੇ ਦੇਣਾ ਹੈ ਆਨਲਾਈਨ ਵਾਲਿਆਂ ਨੇ ਵੀ ਦੇਣਾ ਤੇ ਜ਼ੂਮ ਵਾਲਿਆਂ ਨੇ ਵੀ ਦੇਣਾ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੇ ਤੁਸੀਂ ਸੋਚਦੇ ਹੋ ਕਿ ਵਾਕਈ ਸਾਨੂੰ ਪੜ੍ਹ ਕੇ ਮਜ਼ਾ ਆ ਰਿਹਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚਲ ਵੈਰੀ ਗੁੱਡ ਚੱਲਦੇ ਆ ਅੱਗੇ ਕਹਿੰਦੇ ਫੈਕਟਰ ਰਿਸਪੌਂਸਿਬਲ ਫॉर ਗ੍ਰੋਥ ਐਂਡ ਡਿਵੈਲਪਮੈਂਟ ਕਿਹੜੇ-ਕਿਹੜੇ ਐਸ ਫੈਕਟਰ ਨੇ ਸਾਡੀ ਜਿਹੜੀ ਵਿਕਾਸ ਸਾਡੇ ਵਾਧੇ ਨੂੰ ਪ੍ਰਭਾਵਿਤ ਕਰਦੇ ਪਹਿਲਾਂ ਗੱਲ ਕਰਾਂਗੇ ਅੰਦਰੂਨੀ ਕਾਰਨਾ ਦੀ ਇੰਟਰਨਲ ਫੈਕਟਰਸ ਕੀ ਦੀ ਗੱਲ ਕਰਾਂਗੇ ਇੰਟਰਨਲ ਫੈਕਟਰਸ ਤੇ ਸਭ ਨਾਲ ਪਹਿਲਾਂ ਮੈਨੂੰ ਤੁਸੀਂ ਸਿਰਫ ਸਮਝਣਾ ਚੰਗਾ ਸਮਝਨੇ ਨੇ ਫੈਕਟਰਸ ਪਹਿਲੀ ਚੀਜ਼ ਹੈ এনवायरमेंट ਸਾਡਾ ਵਾਤਾਵਰਨ ਜਿਹਦੇ ਚ ਅਸੀਂ ਪਾਲ ਰਹੇ ਹਾਂ ਸਾਡਾ ਵਾਤਾਵਰਨ ਐਸੇ ਮਾਹੌਲ ਚ ਜਿਹਦੇ ਚ ਅਸੀਂ ਪੈਦਾ ਹੋਏ ਹਾਂ ਜਿਹਦੇ ਚ ਅਸੀਂ ਵੱਧ ਰਹੇ ਹਾਂ ਜਿਹਦੇ ਤੇ ਅਸੀਂ ਰੋਜ਼ ਜ਼ਿੰਦਗੀ ਬਤੀਤ ਕਰਦੇ ਹਾਂ ਉਹ ਮਾਹੌਲ ਬੜਾ ਮਾਇਨੇ ਰੱਖਦਾ ਫੋਰ ਐਗਜ਼ਾਮਪਲ ਤੁਹਾਡੇ ਘਰੇ ਰੋਜ਼ ਕਲੇਸ਼ ਹੁੰਦਾ ਰੋਜ਼ ਲੜਾਈਆਂ ਹੁੰਦੀਆਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਬੱਚਿਆਂ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਉਹ ਬੱਚੇ ਕੀ ਕੈਰੀ ਕਰਨਗੇ ਫਰਸਟ੍ਰੇਸ਼ਨ ਕੈਰੀ ਕਰਨਗੇ ਉਹਨਾਂ ਦੀ એનર્ਜੀ ਗਲਤ ਸਾਈਡ ਤੇ ਚਲੀ ਜਾਊਗੀ ਉਹਨਾਂ ਦੇ ਅੰਦਰ ਡਰ ਪੈਦਾ ਹੋ ਜਾਊਗਾ ਉਹਨਾਂ ਦੀ ਲਰਨਿੰਗ ਕੀ ਹੋ ਜਾਊਗੀ ਸਲੋ ਹੋ ਚੁੱਕੀ ਇੱਕ ਬੱਚਾ ਹੈ ਜਿਹਨੂੰ ਕੰਡਸਿਵ এনवायरमेंट ਪ੍ਰੋਵਾਈਡ ਕੀਤਾ ਹੈ ਹਰ ਰੋਜ਼ ਉਹਨੂੰ ਪੁੱਛਿਆ ਜਾਂਦਾ ਬੱਚੇ ਤੈਨੂੰ ਕੋਈ ਤਕਲੀਫ ਤਾਂ ਨਹੀਂ ਉਹਦੇ ਇਮੋਸ਼ਨਸ ਨੂੰ ਸਮਝਿਆ ਜਾਂਦਾ ਉਹਦੀਆਂ ਲੋੜਾਂ ਨੂੰ ਸਮਝਿਆ ਜਾਂਦਾ ਉਹਨੂੰ ਘਰੇ ਚੰਗਾ ਮਾਹੌਲ ਦਿੱਤਾ ਜਾਂਦਾ ਹਰ ਚੀਜ਼ ਉਹਨੂੰ ਸਿਖਾਈ ਜਾਂਦੀ ਹੈ ऐसे माहौल 'ਚ ਉਹ ਤਰੱਕੀ ਕੀ ਕਰੂਗਾ ਜ਼ਿਆਦਾ ਕਰੂਗਾ ਇੱਕ ਮਾਹੌਲ ਦਾ ਹੋਰ ਪਹਿਲੂ ਹੈ ਜਿਵੇਂ ਮੈਂ ਅੱਗੇ ਤੁਹਾਨੂੰ ਉਹ ਜਿਹੜੇ ਗਰੀਬਾਂ ਦੀ ਐਗਜ਼ਾਮਪਲ ਲਈ ਸੀਗੀ ਉਹਨਾਂ ਲਈ ਵੀ ਕੀ ਹੈ এনवायरमेंट ਮਾਇਨੇ ਰੱਖਦਾ ਉਹ ਵੇਖਦੇ ਆ ਪੈਸੇ ਦੀ ਤੰਗੀ ਪੈਸੇ ਦੀ ਤੰਗੀ ਤੋਂ ਉਹ ਇੱਕ ਚੀਜ਼ ਜ਼ਰੂਰ ਸਿੱਖ ਲੈਂਦੇ ਵੀ ਯਾਰ ਪੈਸਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਤਾਂ ਬੜੀ ਛੋਟੀ ਉਮਰ 'ਚ ਪੈਸੇ ਕਮਾਉਣ ਦੇ ਮਗਰ ਚਲੇ ਜਾਂਦੇ ਨੇ ਠੀਕ ਹੈ ਉਹ ਮੈਚ्योर ਛੇਤੀ ਹੋ ਜਾਂਦੇ ਨੇ ਦੂਜੇ ਜਿਨ੍ਹਾਂ ਨੂੰ ਕਦੇ ਦੁੱਖ ਹੀ ਨਹੀਂ ਮਹਿਸੂਸ ਹੋਇਆ ਪੈਸੇ ਵੱਲੋਂ ਕਦੇ ਕਮੀ ਨਹੀਂ ਮਹਿਸੂਸ ਹੋਈ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਪੈਸਾ ਕੀ ਹੈ ਮੈਂ ਵਨ ਆਫ ਦਾ ਫੈਕਟਰ ਦੀ ਗੱਲ ਕਰ ਰਿਹਾ ਪੈਸੇ ਦਾ ਜ਼ਿਕਰ ਮੈਂ ਤਾਂ ਕੀਤਾ ਇਹ ਚੀਜ਼ ਤੁਸੀਂ ਸਾਰਿਆਂ ਨੇ ਆਪਦੀ ਜ਼ਿੰਦਗੀ ਚ ਐਕਸਪੀਰੀਅੰਸ ਕੀਤੀ ਹੋਊਗੀ ਤੇ ਇਹਦੇ ਤੋਂ ਜੱਜ ਕਰਨਾ ਤੁਹਾਡੇ ਲਈ ਬੜਾ ਸੌਖਾ ਹੈ ਠੀਕ ਹੈ ਦੂਜੀ ਚੀਜ਼ ਫਿਜ਼ੀਕਲ ਫੈਕਟਰ ਸਾਡਾ ਖਾਣ ਪੀਣ ਜਿੰਨਾ ਚੰਗਾ ਸਾਡਾ ਖਾਣ ਪੀਣ ਹੋਊਗਾ ਅਸੀਂ ਹਰ ਚੀਜ਼ ਘਰੇ ਬਣਾ ਕੇ ਦੇ ਰਹੇ ਹਾਂ ਬੱਚੇ ਨੂੰ ਨਿਊਟ੍ਰੀਸ਼ਨ ਦਾ ਬੜਾ ਧਿਆਨ ਰੱਖ ਰਹੇ ਹਾਂ ਉਹਦੇ ਵਿਟਾਮਿਨਸ ਦਾ ਉਹਦੀ ਬਾਡੀ ਸਟਰਕਚਰ ਦਾ ਤਾਂ ਜੋ ਓਵਰ weight ਨਾ ਹੋ ਜੇ ਉਹਦੇ ਕਿਤੇ ਹਾਈਟ ਨਾ ਰੁਕ ਜੇ ਹਰ ਚੀਜ਼ ਦਾ ਧਿਆਨ ਰੱਖ ਰਹੇ ਹਾਂ ਤਾਂ ਬੱਚਾ ਜਦੋਂ ਵੱਡਾ ਹੋਊਗਾ ਨਾ ਉਹ ਆਪਦੇ ਆਪ ਨੂੰ ਫਿੱਟ ਮਹਿਸੂਸ ਕਰੂਗਾ ਉਹਦੀ ਹਾਈਟ ਅੱਛੀ ਹੈ ਉਹਦਾ weight ਨਾਰਮਲ ਹੈ ਉਹਦੀ ਫਿਜ਼ੀਕਲ ਸਟਰੈਂਥ ਅੱਛੀ ਹੈ ਤੋ ਉਹ ਹਮੇਸ਼ਾ ਕੌਨਫੀਡੈਂਟ ਰਹੂਗਾ ਠੀਕ ਹੈ ਤੁਸੀਂ ਵੇਖਣਾ ਕਈ ਓਵਰ weight ਹੋ ਜਾਂਦੇ ਆ ਆਪਦੇ ਆਪ ਤੋਂ ਹੀ ਪਰੇਸ਼ਾਨ ਹੁੰਦੇ ਨੇ ਆਪਦੇ ਆਪ ਤੋਂ ਦੁਖੀ ਹੁੰ ਕਈਆਂ ਦੀ ਹਾਈਟ ਛੋਟੀ ਰਹਿ ਜਾਂਦੀ ਹੈ ਉਹ ساری ਉਮਰ ਆਪਦੇ ਆਪ ਨੂੰ ਕੋਸਦੇ ਰਹਿੰਦੇ ਮੇਰੀ ਹਾਈਟ ਛੋਟੀ ਰਹੀ ਗਈ ਠੀਕ ਹੈ ਤਾਂ ਹੁੰਦਾ ਕਿ ਕਿਤੇ ਨਾ ਕਿਤੇ ਇਹ ਤੁਹਾਡੇ ਵਿਕਾਸ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਨੇ ਉਹ ਤੋਂ ਬਾਅਦ ਜਿਹੜੇ ਹੁਣ ਸਾਡੇ ਗਰੀਬ ਪਰਿਵਾਰ ਦੇ ਉਹਨਾਂ ਬੱਚਿਆਂ ਨੂੰ ਤੁਸੀਂ ਸੁਣਿਆ ਹੋਣਾ ਕੁਆਸ਼ੀਔਰਕਰ ਤੇ ਮਰਾਸਮਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਹੁੰਦਾ ਕਿ ਸਿਰ ਵੱਡੇ ਹੋ ਜਾਂਦੇ ਨੇ ਉਹ ਰੀਜ਼ਨ ਕੀ ਹੈ ਕਿ ਉਹਨਾਂ ਨੂੰ ਨਿਊਟ੍ਰੀਸ਼ਨ ਨਹੀਂ ਮਿਲ ਪਉਂਦਾ ਤਿੰਨ ਟਾਈਮ ਦੀ ਰੋਟੀ ਨਹੀਂ ਮਿਲ ਪਉਂਦੀ ਜੇ ਤੋ ਰੋਟੀ ਨਹੀਂ ਹੋਊਗੀ ਉਹ ਕਹਿੰਦੇ ਬਿਨਾਂ ਖਾਧੇ ਤਾਂ ਅਸੀਂ ਪੜ ਨਹੀਂ ਸਕਦੇ ਵਿਕਾਸ ਕਿੱਥੋਂ ਹੋਊਗਾ ਠੀਕ ਹੈ ਚਲੋ ਅੱਗੇ इमोशनल ਫੈਕਟਰਸ ਸਾਨੂੰ ਆਪਦੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਆਉਣਾ ਚਾਹੀਦਾ ਹੁੰਦਾ ਕਿ ਇਹ ਬੰਦਾ ਇੰਨਾ ਜ਼ਿਆਦਾ ਸੋਫਿਸਟੀਕੇਟਿਡ ਹੈ ਮਾੜੀ ਜੀ ਕੋ ਗੱਲ ਕਹਿਤੀ ਨਾਲ ਦੀ ਨਾਲ ਰੋਣਾ ਸ਼ੁਰੂ ਤਾਂ ਬੰਦਾ ਕਿ ਇਹ ਇਮੋਸ਼ਨਲੀ ਸਟੇਬਲ ਨਹੀਂ ਹੈ ਫਿਰ ਕਈ ਬੰਦਿਆਂ ਦੀ ਜ਼ਿੰਦਗੀ 'ਚ ਕਾਂਢੀ ਐਸੇ ਹੋ ਜਾਂਦੇ ਨੇ ਸਿਚੁਏਸ਼ਨ ਐ ਐਸੀ ਹੋ ਗਿਆ ਕਿ ਉਹ ਇਮੋਸ਼ਨਲੀ ਵੀਕ ਹੋ ਜਾਂਦਾ ਹੈ ਜੇ ਇਮੋਸ਼ਨਲੀ ਵੀਕ ਹੋਊਗਾ ਤਾਂ ਉਹਦੇ ਵਿਕਾਸ ਕੀ ਹੈ ਸਲੋ ਹੋ ਜਾਊਗਾ ਉਹ ਸਿੱਖ ਨਹੀਂ ਸਕਦਾ ਇਸ ਜ਼ਿੰਦਗੀ ਨਾਲ ਕੱਟਣ ਲਈ ਇਸ ਜ਼ਿੰਦਗੀ ਨਾਲ ਜੀਣ ਲਈ ਇਸ ਜ਼ਿੰਦਗੀ ਨਾਲ ਰੋਜ਼ ਲੜਨਾ ਪੈਂਦਾ ਰੋਜ਼ ਲੜਨਾ ਪੈਂਦਾ ਯਾਨੀ ਕਿ ਇਮੋਸ਼ਨਲੀ ਕੀ ਹੋਣਾ ਪੈਂਦਾ ਸਟੇਬਲ ਹੋਣਾ ਪੈਂਦਾ ਇਟ ਡਸਨਟ ਮੀਨ ਕਿ ਸਾਨੂੰ ਰੋਣਾ ਨਹੀਂ ਆਉਂਦਾ ਆ ਰੋ ਉਹਦੋਂ ਜਦੋਂ ਬਹੁਤ ਵਰਸ ਹੋ ਗਿਆ ਹੈ ਇਹ ਨਹੀਂ ਕਿ ਮੈਂ ਮਾੜੀ ਜੀ ਕਿਸੇ ਨੇ ਕਹਿਤਾ ਤੂੰ ਆਇਆ ਚੱਲ ਰੋਣਾ ਸ਼ੁਰੂ ਨਹੀਂ ਇਕ ਇਹ इमोशनल ਸਟੇਬਿਲਟੀ ਨਹੀਂ ਕਿਉਂਕਿ ਰੁੰਦਾ ਉਹੀ ਬੰਦਾ ਜਿਆਦਾ ਜਿਹੜਾ ਜਿਆਦਾ ਸੋਚਦਾ ਹੈ ਜਦੋਂ ਅਸੀਂ ਜਿਆਦਾ ਸੋਚਾਂਗੇ ਤਾਂ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ ਠੀਕ ਹੈ ਹਰਡਲਸ ਕ੍ਰੀਏਟ ਹੁੰਦੀਆਂ ਬੜੀਆਂ ਅਸੀਆਂ ਚੀਜ਼ਾਂ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ ਅਸੀਂ ਉਹ ਚੀਜ਼ਾਂ ਕੰਨੀ ਫੋਕਸ ਕਰਾਂਗੇ ਜਿਹੜੀਆਂ ਸਾਡੇ ਲਈ ਕੰਮ ਦੀਆਂ ਜਿਹੜੀਆਂ ਸਾਡੇ ਲਈ ਵੇਸਟ ਨੇ ਜੇ ਅਸੀਂ ਉਹਦੇ ਤੇ ਆਪਦਾ ਦਿਮਾਗ ਖਰਚ ਕਰਾਂਗੇ ਤਾਂ ਸਾਡਾ ਵਿਕਾਸ ਦਰ ਹੈ ਜਿਹੜੀ ਉਹ ਕੀ ਹੋ ਜਾਊਗੀ ਧੀਮੀ ਹੋ ਜਾਊਗੀ ਇਹ ਸਾਰੀਆਂ ਚੀਜ਼ਾਂ ਕਿਹਦੇ ਚਾਹੁੰਦੀਆਂ ਪਾਵਨਾਤਮਕ ਭਾਵਨਾਵਾਂ ਚਾਹੁੰਦੀਆਂ ਨੇ ਸਾਡੀਆਂ ਲਾਸਟ ਆਗੇ ਇੰਟੈਲੀਜੈਂਸ ਫੈਕਟਰ ਸੌਰੀ ਇੱਕ ਹੋਰ ਪਿਆ ਇੰਟੈਲੀਜੈਂਸ ਫੈਕਟਰ ਜਿੰਨੀ ਜ਼ਿਆਦਾ ਅਸੀਂ ਕਿਉਰਿਓਸਟੀ ਰੱਖਾਂਗੇ ਚੀਜ਼ਾਂ ਨੂੰ ਸਿੱਖਣ ਦੀ ਉਨਾ ਜ਼ਿਆਦਾ ਅਸੀਂ ਸਿੱਖਾਂਗੇ ਕਈ ਬੰਦਿਆਂ ਨੂੰ ਤੁਸੀਂ ਵੇਖਿਆ ਹੋਣਾ ਉਹਨਾਂ ਨੂੰ ਕੋਈ ਨਵੀਂ ਚੀਜ਼ ਦੱਸ ਦੋ ਉਹ ਉਹਦੀ ਤੁਹਾਨੂੰ ਕਹਿਣਗੇ ਹਾਂ ਹਾਂ ਮੈਨੂੰ ਦੱਸੀ ਯਾਨੀ ਕਿ ਉਹਨਾਂ ਚ ਕਿਹੜੇ ਹੈ ਕ੍ਰੀਏਟੀਵਿਟੀ ਇੰਟੈਲੀਜੈਂਸ ਜ਼ਿਆਦਾ ਹੈ ਸਿੱਖਣ ਦੀ ਇੱਛਾ ਕੀ ਹੈ ਜ਼ਿਆਦਾ ਜਿੰਨੀ ਤੁਹਾਡੀ ਸਿੱਖਣ ਦੀ ਇੱਛਾ ਜ਼ਿਆਦਾ ਹੋਊਗੀ ਜਿੰਨਾ ਤੁਹਾਡਾ ਪੋਜ਼ਿਟਿਵ ਐਟੀਟਿਊਡ ਹੋਊਗਾ ਉਨਾ ਤੁਸੀਂ ਜ਼ਿਆਦਾ ਸਿੱਖੋਗੇ ਜਿੰਨਾ ਤੁਸੀਂ ਹਰ ਗੱਲ ਨੂੰ ਨਾ ਕਰੋਗੇ ਉਨਾ ਤੁਸੀਂ ਘੱਟ ਸਿੱਖੋਗੇ ਹੈਗੀ ਕਿ ਨਹੀਂ ਗੱਲ ਇਹ ਕਈ ਹਰੇਕ ਗੱਲ ਨੂੰ ਨਾ ਕਰ ਦਿੰਦੇ ਨੇ ਉਹ ਫਿਰ ਸਿੱਖ ਨਹੀਂ ਸਕਦੇ ਜਿਹੜੇ ਹਰ ਗੱਲ ਨੂੰ ਪੋਜ਼ਿਟਿਵ ਕਹਿੰਦੇ ਹਾਂ ਮੈਂ ਸਿੱਖੂਗਾ ਮੈਂ ਪੋਜ਼ਿਟਿਵ ਗੱਲਾਂ ਸਿੱਖਣ ਦੀ ਗੱਲ ਕਰ ਰਿਹਾ ਕਈ ਸੋਚ ਰਹੇ ਹੋਣ ਇੱਥੇ ਆ ਜਾ ਗੇੜੀਆਂ ਮਾਰਨੀਆਂ ਸਿੱਖੀਏ ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿ ਰਿਹਾ ਮੈਂ ਠੀਕ ਹੈ ਇੱਕ ਲਾਸਟ ਹੈ ਜੀ ਹੈਰਿਡਿਟੀ ਹੈਰਿਡਿਟੀ ਦਾ ਬੜਾ ਮਾਇਨੇ ਰੱਖਦਾ ਹੈ ਸਾਡੇ ਜਿਹੜੇ ਮਦਰ ਤੇ ਫਾਦਰ ਦੇ profession ਨੇ ਮਦਰ ਤੇ ਫਾਦਰ ਦੀ ਜਿਹੜੀ ਜ਼ਿੰਦਗੀ ਦਾ ਵਿਕਾਸ ਹੈ ਮਦਰ ਤੇ ਫਾਦਰ ਦਾ ਜਿਹੜਾ ਸੋਫਿਸਟੀਕੇਟਿਡ ਐਟੀਟਿਊਡ ਹੈ ਜਿਹੜਾ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੈ ਜਿਹੜਾ ਉਹਨਾਂ ਨੇ ਜ਼ਿੰਦਗੀ ਚ ਗੇਨ ਕੀਤਾ ਉਹ ਤੁਹਾਡੇ ਚ ਕਿਵੇਂ ਆਊਗਾ ਜੀਨਸ ਦੇ ਥਰੂ ਆਊਗਾ ਦਾ ਹੈਰਿਡੀਟੀ ਕੈਰੈਕਟਰ ਬੜਾ ਮਾਇਨੇ ਰੱਖਦਾ ਹੈ ਤੁਹਾਡੇ ਵਿਕਾਸ ਚ ਜੇ ਤੁਹਾਡੇ ਜੀਨਸ ਬੜੇ ਸਟਰੋਂਗ ਨੇ ਤੁਹਾਡਾ ਵਿਕਾਸ ਬੜਾ ਜਲਦੀ ਹੋਊਗਾ ਤੇ ਬੜਾ ਵਧੀਆ ਹੋਊਗਾ ਤੇ ਤੁਹਾਡੇ ਜੀਨਸ ਪੂਰ ਨੇ ਤਾਂ ਤੁਹਾਡੀ ਵਿਕਾਸ ਦਰ ਧੀਮੀ ਹੋ ਸਕਦੀ ਹੈ ਇਹ ਕਦੇ ਵੀ ਨਹੀਂ ਹੁੰਦਾ ਵਿਕਾਸ ਹੋਊਗਾ ਨਹੀਂ ਵਿਕਾਸ ਦਰ ਤੇ ਫਰਕ ਪੈ ਸਕਦਾ ਠੀਕ ਹੈ ਵਿਕਾਸ ਦਰ ਤੇ ਫਰਕ ਜ਼ਰੂਰ ਪੈਂਦਾ ਹੁਣ ਮੈਨੂੰ ਦੱਸੋ ਕਿਸੇ ਵੀ ਫੈਕਟਰ ਨੂੰ ਲੈ ਕੇ ਕੋਈ ਕਨਫਿਊਜ਼ਨ ਹੈ ਹੁਣੇ ਦੱਸੋ that's so? ਹਾਂਜੀ ਕੋਈ ਡਾਊਟ ਇਹ ਵੈਰੀ ਗੁੱਡ ਬਾਕੀ ਵੀ ਦਿਓ ਜਵਾਬ ਬੱਚੇ ਕੋਈ ਡਾਊਟ ਨਹੀਂ 1 ਮਿੰਟ ਦਿਓ ਮੈਨੂੰ ਬਸ 1 ਮਿੰਟ ਮੈਂ ਮਾਈਕ ਸੈੱਟ ਕਰ ਲਾਂ ਹਾਂਜੀ ਬੱਚੇ ਇਹ ਲਾਸਟ ਨੇ ਸਾਡੇ ਐਕਸਟਰਨਲ ਫੈਕਟਰਸ ਹੁਣ ਤੁਸੀਂ ਆਪ ਸੋਚਣਾ ਐ ਐਕਸਟਰਨਲ ਫੈਕਟਰ ਹੁੰਦੇ ਨੇ ਜਿਹੜੇ ਸਾਨੂੰ ਸਾਡੇ ਦਿਖਦੇ ਨੇ ਐਕਸਟਰਨਲ ਫੈਕਟਰ ਜਿਵੇਂ ਸਭ ਨਾਲ ਪਹਿਲਾਂ ਰੋਲ ਸਾਡੀ ਫੈਮਲੀ ਦਾ ਹੁੰਦਾ ਹੈ ਫੈਮਲੀ ਦਾ ਬੜਾ ਵੱਡਾ ਰੋਲ ਹੈ ਫੈਮਲੀ ਸਾਨੂੰ ਬਣਾ ਵੀ ਸਕਦੀ ਹੈ ਸਾਨੂੰ ਵਿਗਾੜ ਵੀ ਸਕਦੀ ਹੈ ਦੇਖੋ ਕਈ ਜੇ ਸਾਡੀ ਫੈਮਲੀ ਸਾਨੂੰ ਡਿਸਪਲਿਨ ਚ ਰੱਖੇ ਤਾਂ ਅਸੀਂ ਡਿਸਪਲਿਨਡ ਬਣ ਜਾਗੇ ਇਹ ਸਾਨੂੰ ਕਿਸੇ ਗੱਲ ਦੀ ਰੋਕ ਟੋਕ ਹੀ ਨਹੀਂ ਤਾਂ ਅਸੀਂ ਵਿਗੜਾਂਗੇ ਠੀਕ ਹੈ ਨਾ ਤੁਸੀਂ ਇੱਕ ਵਾਰੀ ਜਿੱਦ ਕਰੋਗੇ ਦੋ ਵਾਰੀ ਕਰੋਗੇ ਜੇ ਹਰ ਵਾਰੀ ਤੁਹਾਡੀ ਜਿੱਦ ਪੂਰੀ ਹੋਣ ਲੱਗੀ ਤਾਂ ਤੁਸੀਂ ਵਿਗੜੋਗੇ ਵਿਗੜੋਗੇ 100% ਹੈ ਇਹ ਤੁਹਾਡੀ ਜਿੱਦ ਪੂਰੀ ਨਾ ਹੋਊਗੀ ਹਰ ਚੀਜ਼ ਤੁਹਾਨੂੰ ਕੋਈ ਬੈਂਚਮਾਰਕ ਅਚੀਵ ਕਰਨ ਤੋਂ ਬਾਅਦ ਮਿਲੂਗੀ ਯਾਨੀ ਕਿ ਪੇਰੈਂਟ ਜਦੋਂ ਕਹਿਣਗੇ ਤੂੰ ਫਸਟ ਆਏਂਗਾ ਜਾਂ 90% ਨੰਬਰ ਲੈ ਕੇ ਆਏਂਗਾ ਤਾਂ ਉਦੋਂ ਤੈਨੂੰ ਚੀਜ਼ ਮਿਲੂਗੀ ਤਾਂ ਬੱਚੇ ਨੂੰ ਇੱਕ ਐਨਕਰੇਜਿੰਗ ਰਹੂਗਾ ਕਿ ਮੈਂ ਜੇ ਕੋਈ ਬੈਂਚਮਾਰਕ ਅਚੀਵ ਕਰੂੰਗਾ ਫਿਰ ਮੈਨੂੰ ਉਦੋਂ ਹੀ ਇਹ ਚੀਜ਼ ਮਿਲੂਗੀ ਬੱਚਾ ਹਮੇਸ਼ਾ ਕੋਸ਼ਿਸ਼ਾਂ ਜ਼ਿਆਦਾ ਕਰੂਗਾ ਜੇ ਤੁਹਾਨੂੰ ਬਿਨਾ ਕਹੀ ਚੀਜ਼ ਮਿਲ ਜੂਗੀ ਤੁਹਾਨੂੰ ਚੀਜ਼ ਦੀ ਕਦਰ ਨਹੀਂ ਹੋਣੀ ਫਿਰ ਫੈਮਿਲੀ ਦਾ ਮਾਹੌਲ ਬੜਾ ਮਾਇਨੇ ਰੱਖਦਾ ਹੈ ਫੈਮਿਲੀ ਚ ਮਾਹੌਲ ਬੜਾ ਵਧੀਆ ਹੈ ਤਾਂ ਤੁਹਾਡੇ ਦਿਮਾਗ ਤੇ ਬੜਾ ਵਧੀਆ ਪ੍ਰਭਾਵ ਪਊਗਾ ਫੈਮਿਲੀ ਚ ਮਾਹੌਲ ਵਧੀਆ ਨਹੀਂ ਤਾਂ ਤੁਹਾਡੇ ਦਿਮਾਗ ਤੇ ਪ੍ਰਭਾਵ ਵਧੀਆ ਨਹੀਂ ਪਊਗਾ ਸੋਸ਼ਲ ਇਨਫਲੂਐਂਸ ਸੋਸ਼ਲ ਇਨਫਲੂਐਂਸ ਸੋਸ਼ਲ ਇਨਫਲੂਐਂਸ ਦਾ ਮਤਲਬ ਹੁੰਦਾ ਹੈ ਜਿਹੜਾ ਸਮਾਜਿਕ ਪ੍ਰਭਾਵ ਸਾਡੇ ਤੇ ਪੈਂਦਾ ਹੈ ਸਾਡੇ ਮਾਤਾ ਪਿਤਾ ਸਾਡੇ ਰੋਲ ਮਾਡਲ ਹੁੰਦੇ ਨੇ ਅਸੀਂ ਕੋਸ਼ਿਸ਼ ਕਰਦੇ ਆਂ ਸਾਰੀ ਜ਼ਿੰਦਗੀ 'ਚ ਅਸੀਂ ਉਹਨੇ ਵਰਗੇ ਉਹਨਾਂ ਵਰਗੇ ਬਣੀਏ ਸ਼ੁਰੂਆਤੀ ਦਿਨਾਂ 'ਚ ਤਾਂ ਸ਼ੁਰੂਆਤੀ ਸਾਲਾਂ 'ਚ ਸਾਡੇ ਰੋਲ ਮਾਡਲ ਸਾਡੇ ਮਾਪੇ ਹੁੰਦੇ ਆ ਸਭ ਨਾਲ ਜਿਹਾ ਜਿਹਾ ਸਾਡੀ ਮਾਂ ਦਾ ਪ੍ਰਭਾਵ ਸਾਡੇ ਤੇ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਆਪਦੀ ਮਾਂ ਵਰਗੇ ਬਣੀਏ ਅਸੀਂ ਉਹਨਾਂ ਤੋਂ ਬੜਾ ਕੁਝ ਸਿੱਖਦੇ ਆਂ ਜੇ ਖੁਦਾ ਨਾ ਖਾਸ ਤਾ ਉਹ ਸਾਨੂੰ ਨਾ ਸਿਖਾ ਪਾਏ ਨਾ ਅਸੀਂ ਜ਼ਿੰਦਗੀ 'ਚ ਕੁਝ ਨਹੀਂ ਸਿੱਖ ਪਾਉਂਦੇ ਜਾਂ ਅਸੀਂ ਇਹੋ ਜਿਹਾ ਕੁਝ ਸਿੱਖ ਲਾਂਗੇ ਜਿਹੜਾ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਠੀਕ ਹੈ ਨਾ ਸੋਸ਼ਲ ਇਨਫਲੂਐਂਸ ਸਾਡੀ ਮਾਪਿਓ ਦਾ ਸਾਡੀ ਜ਼ਿੰਦਗੀ ਚ ਬੜਾ ਵੱਡਾ ਰੋਲ ਹੁੰਦਾ ਨੇ ਅਸੀਂ ਉਹਨਾਂ ਤੋਂ ਬੜੇ ਜ਼ਿਆਦਾ ਪ੍ਰਭਾਵਿਤ ਹੁੰਨੇ ਉਹਨਾਂ ਨੂੰ ਆਪਦਾ ਰੋਲ ਮਾਡਲ ਮੰਨ ਲੈਣੇ ਆ ਉਹਨਾਂ ਦੇ ਚਰਿੱਤਰ ਤੋਂ ਉਹਨਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਦਾ ਜ਼ਿੰਦਗੀ ਨੂੰ ਦੇਖਣ ਦੇ ਨਜ਼ਰੀਏ ਤੋਂ ਅਸੀਂ ਬੜਾ ਪ੍ਰਭਾਵਿਤ ਹੁੰਨੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਜਿਵੇਂ ਉਹ ਜ਼ਿੰਦਗੀ ਨੂੰ ਦੇਖਦੇ ਅਸੀਂ ਵੀ ਓਦਾਂ ਜ਼ਿੰਦਗੀ ਨੂੰ ਦੇਖਣਾ ਸਿੱਖੀਏ ਥੈਨ ਅਗੇ ਸੋਸ਼ੀਓ ਇਕਨੋਮਿਕ ਕੰਡੀਸ਼ਨਸ ਸੋਸ਼ੀਓ ਇਕਨੋਮਿਕ ਸੋਸ਼ਲ ਤਾਸੀ ਪੜ ਲੈ ਇਕਨੋਮਿਕ ਕੰਡੀਸ਼ਨ ਸਾਡਾ ਫੈਮਿਲੀ ਬੈਕਗਰਾਉਂਡ ਬੜਾ ਮੈਟਰ ਕਰੂਗਾ ਅਸੀਂ ਬਹੁਤ ਜ਼ਿਆਦਾ ਰਈਸ ਜਾਂਦੇ ਆ ਤਾਂ ਸਾਡਾ ਵਿਕਾਸ ਹੋਏ ਜਾਊਗਾ ਅਸੀਂ ਮੱਧ ਵਰਗੀ ਪਰਿਵਾਰ ਤੋਂ ਮੀਡੀਓਕਰ ਫੈਮਿਲੀ ਤੋਂ ਸਾਡਾ ਵਿਕਾਸ ਹੋ ਜਾਊਗਾ ਅਸੀਂ ਗਰੀਬ ਵਰਗ ਤੋਂ ਸਾਡਾ ਵਿਕਾਸ ਹੋਏ ਜਾਊਗਾ ਗਰੀਬ ਹੋਏ ਸ਼ਾਇਦ ਸਕੂਲ ਜਾਣ ਦਾ ਮੌਕਾ ਹੀ ਨਾ ਮਿਲੇ ਸਕੂਲ ਜਾਣ ਦਾ ਮੌਕਾ ਹੀ ਨਾ ਮਿਲੇ ਸਿੱਖਣ ਦੀ ਇੱਛਾ ਵੀ ਬੜੀ ਸੀ ਪਰ ਹੁਣ ਰੋਟੀ ਖਾਵਾਂ ਕਿ ਪੜਾਂ ਦੋਵਾਂ ਚੋਂ ਇੱਕ ਚੀਜ਼ ਚੂਜ਼ ਕਰਨੀ ਪਈ ਤਾਂ ਮੈਂ ਸੋਚ ਸਕਦਾ ਮੇਰਾ ਵਿਕਾਸ ਕਿਹਜਾ ਹੋਊਗਾ ਠੀਕ ਹੈ ਅੱਗੇ ਸੁਣੋ ਤਾਂ ਸਾਡਾ ਇੱਕ ਲਾਸਟ ਹੈ ਜੈਂਡਰ ਸਾਡਾ ਜਿਹੜਾ ਜੈਂਡਰ ਮੇਕਅਪ ਹੈ ਵੈਦਰ ਹੈ ਮੇਲ ਹੈ ਫੀਮੇਲ ਹੈ ਉਹਨਾਂ ਦੇ ਡਿਵੈਲਪਮੈਂਟ 'ਚ ਵੀ ਬੜਾ ਫਰਕ ਹੈ ਉਹਨਾਂ ਦੇ ਡਿਵੈਲਪਮੈਂਟ 'ਚ ਵੀ ਬੜਾ ਫਰਕ ਹੈ ਤੁਸੀਂ ਵੇਖਿਆ ਹੋਣਾ ਇੱਕ ਮੁੰਡੇ ਨੂੰ ਅੱਡ ਨਜ਼ਰੀਏ ਨਾਲ ਪਾਲਿਆ ਜਾਂਦਾ ਇੱਕ ਕੁੜੀ ਨੂੰ ਅੱਡ ਨਜ਼ਰੀਏ ਨਾਲ ਕੁੜੀਆਂ ਤੇ ਰੈਸਟ੍ਰਿਕਸ਼ਨਸ ਜ਼ਿਆਦਾ ਰੱਖੀਆਂ ਜਾਂਦੀਆਂ ਉਹਨਾਂ ਦੀ ਵਿਕਾਸ ਦਰ ਰੁਕਦੀ ਹੈ ਉਹਦੇ ਨਾਲ ਅਸਲ 'ਚ ਕੀ ਹੈ ਜਿੰਨਾ ਜ਼ਿਆਦਾ ਸੀ ਆਜ਼ਾਦੀ ਨੂੰ ਫੀਲ ਕਰਦੇ ਉਹਨਾਂ ਜ਼ਿਆਦਾ ਵਿਕਾਸ ਹੁੰਦਾ ਹੈ ਇਹਦੇ ਮਗਰ ਮੈਂ ਕਹੂੰਗਾ ਚਲੋ এনवायरमेंट ਵੀ ਬੜਾ ਸਾਡਾ ਕੋਈ ਸਮਾਜ ਹੀ ਐਸਾ ਮਾਪਿਓ ਡਰਦੇ ਨੇ ਮਾਪਿਓ ਦੇ ਮਾਪਿਓ ਦੇ ਆਪਦੇ ਫਿਕਰ ਨੇ ਇਸ ਕਰਕੇ ਉਹ ਕੁੜੀਆਂ ਲਈ ਜਿਆਦਾ ਕੌਨਸ਼ੀਅਸ ਹੁੰਦੇ ਨੇ ਜਿਆਦਾ ਸੋਚਦੇ ਨੇ ਉਹਨਾਂ ਦੇ ਵਿਸ਼ੇ 'ਚ ਉਹਨਾਂ ਦਾ ਆਪਦਾ ਡਰ ਹੈ ਬਟ ਹੁੰਦਾ ਕਿ ਜਦੋਂ ਅਸੀਂ ਜਿਆਦਾ ਰੈਸਟ੍ਰਿਕਸ਼ਨਸ ਰੱਖਦੇ ਆ ਤਾਂ ਉਹਦੇ ਨਾਲ ਬੱਚੇ ਦੇ ਵਿਕਾਸ 'ਤੇ ਬੜਾ ਇਫੈਕਟ ਪੈਂਦਾ ਹੁੰਡਿਆਂ ਨੂੰ ਕੀ ਹੁੰਦਾ ਕਦੇ ਰੋਕ ਟੋਕ ਨਹੀਂ ਹੁੰਦੀ ਕਿਤੇ ਵੀ ਚਲੇ ਜਾਣ ਕਦੋਂ ਵੀ ਆ ਜਾਣ ਉਹ ਗਾਲ੍ਹਾਂ ਵੀ ਖਾ ਲੈਂਦੇ ਨੇ ਕੁੜੀਆਂ ਵਿਚਾਰੀਆਂ ਨੂੰ ਹਰ ਗੱਲ 'ਈ ਕੀ ਹੁੰਦਾ ਰੈਸਟ੍ਰਿਕਸ਼ਨਸ ਫੇਸ ਕਰਨੀਆਂ ਪੈਂਦੀਆਂ ਰੀਜ਼ਨ ਕੀ ਐ ਚਲੋ ਮਾਪਿਓ ਤਾਂ ਇਸ ਵਜ੍ਹਾ ਕਰਕੇ ਡਰਦੇ ਐ ਉਹ ਜ਼ਮਾਨੇ ਤੋਂ ਡਰਦੇ ਨੇ ਠੀਕ ਐ ਇਹਦਾ ਇਹ ਨਹੀਂ ਕਿ ਉਹ ਖੋਲ ਨਹੀਂ ਦੇਣਾ ਚਾਹੁੰਦੇ ਉਹ ਦੇਣਾ ਚਾਹੁੰਦੇ ਨੇ ਪਰ ਉਹ ਵਿਚਾਰੇ ਥੋੜੇ ਕੀ ਹੁੰਦੇ ਨੇ ਕੌਂਸ਼ੀਅਸ ਹੁੰਦੇ ਨੇ ਤਾਂ ਹਾਂ ਬਟ ਜੈਂਡਰ ਮੇਕਅਪ ਨਾਲ ਵਿਕਾਸ ਦਰ ਤੇ ਬੜਾ ਇਫੈਕਟ ਪੈਂਦਾ ਠੀਕ ਐ ਵੈਦਰ ਇੱਕ ਬੱਚੇ ਦਾ ਮੁੰਡੇ ਦਾ ਵਿਕਾਸ ਹੋ ਰਿਹਾ ਇੱਕ ਕੁੜੀ ਦੇ ਵਿਕਾਸ ਹੋ ਰਿਹਾ ਵਿਕਾਸ ਦਰ 'ਚ ਥੋੜਾ ਜਿਹਾ ਰੈਸਟ੍ਰਿਕਸ਼ਨਸ ਕਰਕੇ ਜਿਹੜੀ ਉਹਨਾਂ ਦੀ ਵਿਕਾਸ ਦਰ ਪ੍ਰਭਾਵਿਤ ਜ਼ਰੂਰ ਠੀਕ ਹੈ ਤਾਂ ਮੈਨੂੰ ਇਹਨਾਂ ਦੱਸੋ ਆ ਸਾਰੇ ਫੈਕਟਰਸ ਤੋਂ ਆ ਸਾਰੇ ਫੈਕਟਰਸ ਤੋਂ ਕਿਸੇ ਫੈਕਟਰ ਤੋਂ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਠੀਕ ਹੈ ਜਿਹੜੀ ਗੱਲ ਹੈ एग्जाम ਦੀ ਬੱਚੇ ਉਮੀਦ ਹੈ 3 ਮੰਥਸ ਤੱਕ ਆਫਟਰ 3 ਮੰਥਸ ਨੋਟੀਫਿਕੇਸ਼ਨ ਆ ਜੂਗੀ ਮੈਕਸਿਮਮ 6 ਮੰਥਸ ਬਟ ਇਹ ਤੋਂ ਜ਼ਿਆਦਾ ਲੇਟ ਨਹੀਂ ਬਟ ਇਹ ਦੋਨੇ ਹੀ ਸਮਾਂ ਲਈ ਸਾਡੀ ਅੱਜ ਤੋਂ ਤਿਆਰੀ ਸ਼ੁਰੂ ਕਰਨੀ ਬੜੀ ਜ਼ਰੂਰੀ ਹੈ ਜੇ ਕੰਫਰਟੇਬਲ ਤਿਆਰੀ ਕਰਨੀ ਹੈ ਜੇ ਫਾਇਆ ਵੱਡਣਾ ਹੈ ਉਹਦੀ ਗਾਰੰਟੀ ਨਹੀਂ ਮੈਂ ਲੈਂਦਾ 4 ਮਹੀਨੇ ਸਾਨੂੰ ਥਿਊਰੀ ਪੜ੍ਹਨੀ ਚਾਹੀਦੀ ਹੈ ਤੇ 2 ਮਹੀਨੇ ਦੇਣੇ ਚਾਹੀਦੇ ਆ ਆਪ ਦੇ MCQ ਸੈਕਸ਼ਨ ਨੂੰ ਆਪਦੇ ਆਪ ਨੂੰ ਐਨਲਾਈਜ਼ ਕਰਨ ਨੂੰ ਮੇਰਾ ਮੰਨਣਾ ਇਹ ਹੈ ਕਿ ਜਦੋਂ ਤੱਕ ਪੇਪਰ ਆਵੇ ਉਦੋਂ ਤੱਕ ਮੇਰਾ ਸਾਰਾ ਥਿਊਰੀ ਪਾਰਟ ਫਿਨਿਸ਼ ਹੋਵੇ ਮੈਂ ਜਸਟ ਕੀ ਕਰਨੇ ਹਾਂ ਐਮਸੀਕਿਊਜ਼ ਐਮਸੀਕਿਊ ਕਰੀ ਚੱਲੂੰਗਾ ਮੈਂ ਇੰਨਾ ਕੰਫਰਟੇਬਲੀ ਪੇਪਰ ਦੇਣ ਜਾਊਂਗਾ ਨਾ ਮੈਨੂੰ ਮਹਿਸੂਸ ਹੀ ਨਹੀਂ ਹੋਣਾ ਕਿ ਮੈਂ ਘਰੇ ਕੁਐਸਚਨ ਕਰ ਰਿਹਾ ਕਿ ਪੇਪਰ 'ਚ ਕਰ ਰਿਹਾ ਕਿਉਂਕਿ ਉਦੋਂ ਤੱਕ ਪ੍ਰੈਕਟਿਸ ਹੀ ਇੰਨੀ ਜ਼ਿਆਦਾ ਹੋ ਜਾਣੀ ਠੀਕ ਹੈ ਉਦੋਂ ਤੱਕ ਪ੍ਰੈਕਟਿਸ ਹੀ ਇੰਨੀ ਜ਼ਿਆਦਾ ਹੋ ਜਾਣੀ ਅੱਜ ਦਾ ਸੈਸ਼ਨ ਇੱਥੇ ਕਨਕਲੂਡ ਕਰਾਂਗੇ ਮੈਨੂੰ ਦੱਸੋ ਅੱਜ ਦਾ ਸੈਸ਼ਨ ਕਿਵੇਂ ਰਿਹਾ ਤੁਹਾਡਾ ਪੜ ਕੇ ਸਵਾਦ ਆਇਆ ਕਿ ਨਹੀਂ ਫੀਡਬੈਕ ਸਾਰਿਆਂ ਨੇ ਦੇਣੀ ਆ ਪੋਜ਼ਿਟਿਵ ਲੱਗਿਆ ਪੋਜ਼ਿਟਿਵ ਕਹ ਦਿਓ ਨੈਗੇਟਿਵ ਲੱਗਿਆ ਨੈਗੇਟਿਵ ਕਹ ਦਿਓ ਠੀਕ ਹੈ ਮੈਂ ਤੁਹਾਡੀ ਫੀਡਬੈਕ ਦੀ ਵੇਟ ਕਰ ਰਿਹਾ ਆਫੀਸ਼ੀਅਲ ਕੰਟੈਕਟ ਨੰਬਰ ਹੈ ਡ੍ਰੀਮਜ਼ ਇੰਸਟੀਚਿਊਟ ਦਾ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਇਸ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਠੀਕ ਹੈ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬੱਚੇ ਮੇਰੀਆਂ ਤਾਂ ਸਾਰੀਆਂ ਲੱਗਣ ਗਿਆ ਠੀਕ ਹੈ ਬਾਕੀ ਥੋੜਾ ਰਿਸਪੌਂਸ ਦੱਸੂਗਾ ਮੇਰੀਆਂ ਕਲਾਸਾਂ ਦਾ ਜਿੱਡਾ ਵਧੀਆ ਤੁਹਾਡਾ ਰਿਸਪੌਂਸ ਹੋਊਗਾ ਮੈਂ ਤਾਂ ਰੋਜ਼ ਲਾਉਣ ਨੂੰ ਤਿਆਰ ਆ ਮੈਂ ਰੋਜ਼ ਲਾਉਣ ਨੂੰ ਤਿਆਰ ਆ ਮੈਨੂੰ ਕੋਈ ਇਸ਼ੂ ਨਹੀਂ ਅੱਗੇ ਜਦੋਂ ਮੈਂ ਤਾਂ ਅੱਗੇ ਵੀ ਡੇਢ 2 ਮਹੀਨੇ ਕਲਾਸਾਂ ਲਾਈਆਂ ਉਹ ਸਿਰਫ ਐਮਸੀਕਿਊ ਤੇ ਲਗਾਤਾਰ YouTube ਤੇ ਜਾ ਕੇ ਚੈੱਕ ਕਰੋਗੇ ਤਾਂ ਪਲੇਲਿਸਟ ਬਣੀ ਵੀ ਐਡੀ ਵੱਡੀ ਚਲੋ ਆਈ ਹੋਪ ਅੱਜ ਦਾ ਆਈ ਹੋਪ ਅੱਜ ਦਾ ਸੈਸ਼ਨ ਤੁਹਾਨੂੰ ਸਮਝ ਆਇਆ ਹੋਊਗਾ ਬਹੁਤ ਕੁਝ ਨਵੇਂ ਕਨਸੈਪਟਸ ਸਮਝਣ ਦੀ ਤੁਹਾਨੂੰ ਸਮਝ ਕੇ ਮਜ਼ਾ ਆਇਆ ਹੋਊਗਾ ਚੀਜ਼ਾਂ ਨੂੰ ਬਸ ਪਿਆਰ ਨਾਲ ਸਮਝੋ ਧਿਆਨ ਨਾਲ ਸਮਝੋ ਐਨਾ ਚੰਗੀ ਤਰ੍ਹਾਂ ਸਮਝੋ ਕਿ ਜ਼ਿੰਦਗੀ 'ਚ ਦੁਬਾਰਾ ਪੜਨ ਦੀ ਨੌਬਤ ਨਾ ਆਵੇ ਫੈਕਟਸ ਦੁਬਾਰਾ ਪੜੀਦੇ ਹੁੰਦੇ ਨੇ ਕਨਸੈਪਟ ਨਹੀਂ ਕਨਸੈਪਟ ਇੱਕ ਵਾਰੀ ਸਮਝ ਲਿਆ ਥੈਟਸ ਇਟ ਠੀਕ ਹੈ ਆਪਾਂ ਡੇ ਟੂ ਡੇ ਜਿਹੜੀਆਂ ਸਾਡੀਆਂ ਮੌਜੂਦਾ ਜ਼ਿੰਦਗੀ ਚ ਐਗਜ਼ਾਮਪਲਸ ਨੇ ਉਹਨਾਂ ਐਗਜ਼ਾਮਪਲਸ ਨਾਲ ਸਮਝਣਾ ਤਾਂ ਜੋ ਕਦੇ ਵੀ ਸਾਨੂੰ ਕਨਫਿਊਜ਼ਨ ਨਾ ਹੋਵੇ ਠੀਕ ਹੈ ਚਲੋ ਆਈ ਹੋਪ ਤੁਸੀਂ ਅੱਜ ਦਾ ਸੈਸ਼ਨ ਇੰਜੋਏ ਕੀਤਾ ਹੋਗਾ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੇ ਠੀਕ ਹੈ ਥੈਂਕਸ ਫॉर ਵਾਚਿੰਗ ਦਾ ਵੀਡੀਓ ਗੋਡ ਬles